धरती पे हरियावली जिथे मेरा सतगुर बैठा आए से जंत पे हरियावले जिनी मेरा सतगुर देखिया जाए हर सतगुर मेलो दया कर जन नानक तोवे पाए एक नूर है एक प्रकाश है जो हर इंसान दे तुर अंदर समाया होया है एक शक्ति जेड़ी सृष्टि दी हर जीवात्मा दा आधार है दुनिया विच डुब्बे होन कारण असी तद तक उस प्रकाश वलों अचेत रहंदे हां जद तक साडा किसे पूरन पुरख नाल मिलाप नहीं हो जांदा अपने वक्त दे संत सतगुरु नाल फिर सानू उस प्रकाश की झलक दिखाई देन लग पैंदी है अते असी उस अद्भुत नूर वाल खिंचे जांदे हां ए डेरा बाबा जैमल सिंह है ब्यास ते संत सतगुरुआं दा निवास स्थान जिन्हां दी हजूरी अते दया मेहर ने इस स्थान नूं जो किसे समय बेआबाद उजाड़ सी एक निरंतर वध दे फुल दे चहल पहल वाली बस्ती विच बदल दिता है अजही बस्ती जो प्रेम श्रद्धा भगती अते निष्काम सेवा दी भावना दी नीं उत्ते उसारी गई है हर साल लखां लोग डेरे आउंदे हन उन्हां नूं केड़ी चीज़ इत्थे खिच के लियाउंदी है वो केड़ी चीज़ है जिहड़ी उन्हां नूं दुनिया दे इन्ने रुझेवें छड के सालां बद्दी इस परमार्थी भूमि वल आउण लई मजबूर कर दिंदी है इत्थे आउण वाले हर व्यक्ति कोल अपनी वक्री दास्तान है प्रेम दी अजिही पहेली जिसका पूरन संत सतगुरु दी अगवाई विच अनुभव हुंदा है मैं कई सालों बाद डेरे वापस जा रही सी मैं अपनी दुनिया विच इस कदर उलझ गई सी कि मैनू पता ही ना लगा कि किन्ना वक्त बीत चुका है पर कुछ देर तो मैनू अपने अंदर सूनेपन दा एहसास होना शुरू हो गया सी अजिहा एहसास जो मैं बयान नहीं कर सकती मेरे कोल वो सब कुछ है जिसकी इच्छा कोई भी कर सकता है प्यारा जिहा परिवार वधिया नौकरी आराम दे घर पर मेरे अंदर जीवन दे होर डूंगे मंतव की लोचा पैदा हो गई सी अते मैनु अपने सतगुरु हजूर महाराज जी की कमी महसूस होन लग पई हमेशा तो भी किते वध मैनू महसूस होया कि डेरे वापस जाके दोबारा अपने असल नाल जुड़न दा हुण वक्त आ गया है ब्यास स्टेशन मैनू यकीन नहीं सी हो रहा कि मैं सचमुच इत्थे पहुंच चुकी हाँ
ਜਿਸ ਤਰ੍ਹਾਂ ਮੈਨੂੰ ਇਹਦੀ ਯਾਦ ਸੀ, ਇਹ ਉਸ ਤੋਂ ਬਿਲਕੁਲ ਬਦਲੇ ਹੋਏ ਰੂਪ ਵਿੱਚ ਦਿਖਾਈ ਦੇ ਰਿਹਾ ਸੀ। ਜਿਉਂ ਹੀ ਮੈਂ ਗੱਡੀ 'ਚੋਂ ਉਤਰੀ, ਸੇਵਾਦਾਰਾਂ ਨੇ ਮੁਸਕਰਾਉਂਦੇ ਹੋਏ ਮੇਰਾ ਸਵਾਗਤ ਕੀਤਾ। ਸੇਵਾਦਾਰ ਜਿਹੜੇ ਸਤਿਗੁਰੂ ਦੀ ਸੇਵਾ ਵਿੱਚ ਲੱਗੇ ਹੋਏ ਹਨ। ਸੇਵਾਦਾਰ ਸਦਾ ਦੂਸਰਿਆਂ ਦੀ ਸਹਾਇਤਾ ਕਰਨ ਲਈ ਤਿਆਰ ਰਹਿੰਦੇ ਹਨ। ਮੈਨੂੰ ਇਹ ਦੇਖ ਕੇ ਬੜੀ ਤਸੱਲੀ ਹੋਈ ਕਿ ਕੁਝ ਚੀਜ਼ਾਂ ਬਿਲਕੁਲ ਨਹੀਂ ਬਦਲੀਆਂ ਸਨ। ਸੇਵਾਦਾਰਾਂ ਨੇ ਮੈਨੂੰ ਡੇਰੇ ਤੋਂ ਆਏ ਇੱਕ ਬੱਸ ਵਿੱਚ ਬਿਠਾ ਦਿੱਤਾ। ਇਹ ਬੱਸਾਂ ਕੁਝ ਕੁਝ ਮਿੰਟਾਂ ਬਾਅਦ ਲਗਾਤਾਰ ਆਉਂਦੀਆਂ ਰਹਿੰਦੀਆਂ ਹਨ। ਇਹ ਬੱਸ ਦੇਸ਼ ਵਿਦੇਸ਼ ਤੋਂ ਆਏ ਲੋਕਾਂ ਨਾਲ ਭਰੀ ਹੋਈ ਸੀ। ਮਾਹੌਲ ਵਿੱਚ ਉਤਸੁਕਤਾ ਸਾਫ਼ ਝਲਕ ਰਹੀ ਸੀ। ਸਭ ਲੋਕ ਇੱਕੋ ਮੰਤਵ ਲਈ ਇੱਥੇ ਆ ਰਹੇ ਸਨ ਕਿ ਉਹ ਸਤਿਗੁਰੂ ਦੀ ਪ੍ਰੇਮ ਭਰੀ ਹਜ਼ੂਰੀ ਵਿੱਚ ਕੁਝ ਵਕਤ ਬਿਤਾ ਸਕਣ। ਬੱਸ ਦੇ ਇਸ ਛੋਟੇ ਜਿਹੇ ਸਫ਼ਰ ਨੇ ਮੇਰੇ ਅੰਦਰ ਬਚਪਨ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ। ਜਦੋਂ ਮੈਂ ਆਪਣੇ ਮਾਤਾ ਪਿਤਾ ਨਾਲ ਇੱਥੇ ਆਉਂਦੀ ਸੀ ਅਤੇ ਅਸੀਂ ਟਾਂਗੇ ਵਿੱਚ ਬੈਠ ਕੇ ਡੇਰੇ ਦਾ 5 ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਸੀ। ਅਮਰਪੁਰ ਲੈ ਚੱਲ ਹੋ ਸਜਣਾ, ਅਮਰਪੁਰ ਲੈ ਚੱਲ ਹੋ ਸਜਣਾ, ਅਮਰਪੁਰ ਕੀ ਸੰਕਰੀ ਗਲੀਆਂ, ਅੜਬੜ ਹੈ ਚਲਣਾ, ਸੰਤ ਸਮਾਜ ਸਭਾ ਜਹਾਂ ਬੈਠੀ, ਵਾਹੀ ਪੁਰਸ਼ ਆਪਣਾ, ਅਮਰਪੁਰ ਲੈ ਚੱਲ ਹੋ ਸਜਣਾ। ਡੇਰੇ ਦੇ ਗੇਟ ਅੰਦਰ ਦਾਖਲ ਹੁੰਦੇ ਹੀ ਮੇਰੀ ਆਪਣੇ ਭਰਾ ਨਾਲ ਮੁਲਾਕਾਤ ਹੋਈ, ਜਿਹੜਾ ਇੱਥੇ ਰਹਿ ਕੇ ਸੇਵਾ ਕਰ ਰਿਹਾ ਹੈ। ਕੁਝ ਦੇਰ ਆਰਾਮ ਕਰ ਲੈਣ ਤੋਂ ਬਾਅਦ ਉਹ ਸਾਡੇ ਵਿੱਚੋਂ ਕੁਝ ਲੋਕਾਂ ਨੂੰ ਡੇਰਾ ਦਿਖਾਉਣ ਲਈ ਲੈ ਗਿਆ। ਡੇਰੇ ਦਾ ਨਾਂ ਇਸ ਦੇ ਬਾਨੀ ਬਾਬਾ ਜੈਮਲ ਸਿੰਘ ਜੀ ਦੇ ਨਾਂ ਉੱਤੇ ਰੱਖਿਆ ਗਿਆ ਹੈ, ਜੋ ਬਿਆਸ ਦੇ ਪਹਿਲੇ ਸੰਤ ਸਤਿਗੁਰੂ ਸਨ। ਅਫਸੋਸ ਹੈ ਕਿ ਬਾਬਾ ਜੈਮਲ ਸਿੰਘ ਜੀ ਦੀ ਕੋਈ ਫੋਟੋ ਪ੍ਰਾਪਤ ਨਹੀਂ ਹੈ। ਆਪ ਨੇ 1891 ਵਿੱਚ ਬਿਆਸ ਨਦੀ ਦੇ ਕਿਨਾਰੇ ਇਸ ਥਾਂ ਡੇਰਾ ਲਾ ਲਿਆ। ਆਪ ਆਪਣੇ ਸਤਿਗੁਰੂ ਸਵਾਮੀ ਜੀ ਮਹਾਰਾਜ ਦੁਆਰਾ ਸੌਂਪੇ ਕਾਰਜ ਦੀ ਪੂਰਤੀ ਲਈ ਇੱਥੇ ਆਏ ਸਨ। ਸਵਾਮੀ ਜੀ ਮਹਾਰਾਜ ਨੇ ਆਪ ਨੂੰ ਪੰਜਾਬ ਵਿੱਚ ਸੰਤ ਮਤ ਦਾ ਉਪਦੇਸ਼ ਫੈਲਾਉਣ ਦਾ ਹੁਕਮ ਦਿੱਤਾ ਸੀ। ਉਹਨਾਂ ਦਿਨਾਂ ਵਿੱਚ ਇਹ ਸਥਾਨ ਬਿਲਕੁਲ ਵੀਰਾਨ ਅਤੇ ਬਿਆਬਾਨ ਸੀ। ਕਈ ਲੋਕ ਤਾਂ ਇਹ ਵੀ ਸੋਚਦੇ ਸਨ ਕਿ ਇਸ ਥਾਂ 'ਤੇ ਭੂਤਾਂ ਪ੍ਰੇਤਾਂ ਦਾ ਵਾਸਾ ਹੈ, ਪਰ ਬਾਬਾ ਜੈਮਲ ਸਿੰਘ ਜੀ ਨੂੰ ਇਸ ਸਥਾਨ ਦਾ ਸ਼ਾਂਤ ਵਾਤਾਵਰਣ ਪਸੰਦ ਆਇਆ। ਬਾਬਾ ਜੀ ਨੇ ਇੱਕ ਛੋਟੀ ਜਿਹੀ ਗੁਫਾ ਨੂੰ ਆਪਣਾ ਨਿਵਾਸ ਬਣਾ ਲਿਆ, ਜਿੱਥੇ ਆਪ ਕਈ ਕਈ ਦਿਨ ਲਗਾਤਾਰ ਭਜਨ ਵਿੱਚ ਬੈਠੇ ਰਹਿੰਦੇ ਸਨ। ਆਖਰ ਇਸ ਸਥਾਨ ਨੂੰ ਡੇਰਾ ਕਿਹਾ ਜਾਣ ਲੱਗ ਪਿਆ, ਜਿਸ ਦਾ ਅਰਥ ਹੈ ਰਹਿਣ ਵਾਲੀ ਥਾਂ। ਬਾਬਾ ਜੈਮਲ ਸਿੰਘ ਜੀ ਦੇ ਸ਼ਿਸ਼ਿਆਂ ਨੇ ਆਪ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਕਿਸੇ ਬਿਹਤਰ ਥਾਂ ਦੀ ਤਲਾਸ਼ ਕੀਤੀ ਜਾਵੇ, ਪਰ ਆਪ ਨੇ ਉਹਨਾਂ ਨੂੰ ਸਮਝਾਇਆ ਕਿ ਇੱਕ ਦਿਨ ਇਹ ਸਥਾਨ ਹੀ ਪਰਮਾਰਥੀ ਕਾਰਜਾਂ ਦਾ ਮੁੱਖ ਕੇਂਦਰ ਬਣ ਜਾਵੇਗਾ। ਅੱਜ 120 ਸਾਲਾਂ ਬਾਅਦ ਆਪ ਦੇ ਬਚਨਾਂ ਦਾ ਸੱਚ ਸਾਡੇ ਸਾਹਮਣੇ ਹੈ।
डेरे दी सुंदरता हमेशा मेरे मन विच समाई रही, पर मैनू ए भुल गया सी कि इत्थे आके किन्ना आनंद मिलता है। डेरा एक ऐसी दुनिया है जो मेरी दुनियावी जिंदगी तो बिल्कुल अलग सी। इत्थों दी शांति दा मेरे मन उत्ते डूंगा प्रभाव पिया। मैं आले दुआले दे लोकां नू जानदी तां नहीं सी, पर फिर भी इन्हां नाल एक अपनापन महसूस हो रहा सी, जिवें मैं अपने ही परिवार विच होवां। इह महसूस हो रहा सी जिस तरह मैं कई सालां दी जुदाई तो बाद घर वापस आई होवां। मैनू महसूस होया कि इस विछोड़े ने मेरे मन विच किन्ना सोनापन पैदा कर दिता सी। इस नाल मैनू प्रेरणा मिली कि जेड़े अनमोल दिन बिताउण लई मैनू इत्थे मिले हन उन्हां दा वध तो वध लाभ उठा लेना चाहीदा है। हर रोज सवेरे 3 बजे सारे डेरे विच सायरन या घुग्गू की आवाज़ सुनाई देती है, जो सारे ससंगियां नू उठ के भजन सिमरन करन दा सद्दा देती है, ता जो वो अपने परमार्थी दिन की कुल मालक की भगती नाल शुरुआत कर सकन। भजन सिमरन, सत्संग अते निष्काम सेवा शुरू तो ही डेरे दे जीवन का आधार रहे हन। डेरे विच दो चीज़ां दी झलक दिखाई देंदी है, संत सतगुरुआं दे उपदेश दी अते जिग्यासुआं दे परमार्थ दी प्राप्ति दे निरंतर उद्यम दी। ब्यास दे सतगुरु हजूर महाराज चरण सिंह जी अक्सर कहा करदे सन कि डेरा बाबा जैमल सिंह विकसित होके जिस रूप विच अज दिखाई दे रहा है वह सतगुरुआं द्वारा बीजे प्रेम दे बीज दा फल है। If you see a seed of a banyan tree, it takes a time to grow to become a banyan tree, and 1,000 people then sit under the shade to enjoy that spirituality. Swamiji has come and he had sown that seed, and it is just growing and growing and growing, and we are enjoying the shade, that's all. Dere da itihas una mahan santa di jeevan gatha hai, जिन्हां ने अपना सारा जीवन प्रभु प्राप्ति की राह उत्ते चलन वाले सच्चे जिग्यासुआं की संभाल अते अगवाही लई अर्पण कर दिता। सतगुरु उपदेश देंदे हन कि जीवन का उद्देश्य प्रभु प्राप्ति है अते इसकी पूर्ति लई सानू मार्गदर्शक की अपने वक्त के अजिहे संत सतगुरु की लोड़ है जो खुद प्रभु रूपी सच का अनुभव कर चुका होवे। इस मंतव की पूर्ति लई संत सतगुरु भजन सिमरन की अजही सरल जही जुगती सिखाते हैं जिस द्वारा असी सुरत नू शरीर दे अंदर मौजूद शब्द या नाम नाल जोड़ सकते हैं। क्राइस्ट ने कहा सी इफ दाई आई बी सिंगल दाई होल बॉडी शैल बी फुल ऑफ लाइफ। अगर तुसी एक अख वाले बन जावो थोड़ा सारा जिसम नूर और प्रकाश के नाल भर जाएगा। तो असी अपने अंदरों उस शब्द या नाम की आवाज़ नू सुनना है, उस शब्द और नाम के प्रकाश नू देखना है। आवाज़ के जरिए अंदरों घर का रुख कायम करना है, प्रकाश के जरिए रूहानी सफलता करना है, मंजिल दर मंजिल अपने घर चले जाना है। अगर साड़ी आत्मा अखा पिछे आके उस शब्द का चोगा चुगना शुरू कर देवे, उस अमृत को अपने अंदरों पीना शुरू कर देवे, ये हमेशा वास्ते दे दिया बंधना तो आजाद हो जाएगी। डेरे के विकास बारे चर्चा करना आसान है, पर जिन्हां संत सतगुरुआं ने इसनू वर्तमान रूप बख्शिया है उन्हां दी वड्याई बयान कर सकना असंभव है। संत सतगुरु डेरे दी जिंद जान हन अते उन्हां तो बगैर इत्थों दी किसी चीज़ दा कोई महत्व नहीं।
ਬਾਬਾ ਜੈਮਲ ਸਿੰਘ ਜੀ 1903 ਵਿੱਚ ਜੋਤੀ ਜੋਤ ਸਮਾ ਗਏ। ਉਹਨਾਂ ਨੇ ਮਹਾਰਾਜ ਸਾਵਨ ਸਿੰਘ ਜੀ ਨੂੰ, ਜੋ ਭਾਰਤੀ ਫੌਜ ਵਿੱਚ ਇੰਜੀਨੀਅਰ ਸਨ, ਆਪਣੀ ਥਾਂ ਸਤਿਗੁਰੂ ਥਾਪਿਆ। ਬਾਬਾ ਜੈਮਲ ਸਿੰਘ ਜੀ ਨੇ ਇੱਕ ਵਾਰ ਫਰਮਾਇਆ ਸੀ ਕਿ ਮੇਰੀ ਥਾਂ ਆਉਣ ਵਾਲਾ ਮੇਰੇ ਤੋਂ ਕਿਤੇ ਵੱਧ ਤਾਕਤ ਲੈ ਕੇ ਆਵੇਗਾ। ਮੈਂ ਆਪਣੇ ਆਪ ਨੂੰ ਦੁਨੀਆ ਤੋਂ ਛੁਪਾ ਕੇ ਰੱਖਿਆ ਹੈ, ਪਰ ਉਸ ਦੀ ਮਹਿਮਾ ਸਾਰੇ ਸੰਸਾਰ ਵਿੱਚ ਫੈਲੇਗੀ। ਉਸ ਵਿੱਚ ਮੇਰੇ ਤੋਂ ਕਿਤੇ ਵੱਧ ਸ਼ਕਤੀ ਅਤੇ ਰੂਹਾਨੀ ਤੇਜ ਪ੍ਰਤਾਪ ਹੋਵੇਗਾ। ਉਹ ਲੱਖਾਂ ਜੀਵਾਂ ਦਾ ਉਦਾਰ ਕਰੇਗਾ ਅਤੇ ਪਿੰਡ ਪਿੰਡ, ਸ਼ਹਿਰ ਸ਼ਹਿਰ ਵਿੱਚ ਰਾਧਾ ਸੁਆਮੀ ਦੀ ਧੁਨੀ ਗੂੰਜੇਗੀ। ਜਦੋਂ ਹਜ਼ੂਰ ਮਹਾਰਾਜ ਸਾਵਨ ਸਿੰਘ ਜੀ ਨੂੰ ਗੁਰੂ ਗੱਦੀ ਮਿਲੀ ਤਾਂ ਡੇਰੇ ਵਿਖੇ ਸਿਰਫ ਇਹ ਗਿਣਤੀ ਦੀਆਂ ਇਮਾਰਤਾਂ ਸਨ। ਇੱਕ ਖੂਹ, ਸਤਿਗੁਰ ਲਈ ਛੋਟੀ ਜਿਹੀ ਕੋਠੜੀ, ਦੋ ਸਤਸੰਗ ਘਰ ਅਤੇ ਡੇਰੇ ਆਉਣ ਵਾਲੀ ਸੰਗਤ ਦੀ ਰਿਹਾਇਸ਼ ਵਾਲੀ ਛੋਟੀ ਜਿਹੀ ਇਮਾਰਤ, ਜੋ ਬਾਬਾ ਜੀ ਦੀਆਂ ਕੋਠੜੀਆਂ ਦੇ ਨਾਂ ਨਾਲ ਜਾਣੀ ਜਾਂਦੀ ਸੀ। ਇਹ ਸਧਾਰਨ ਜਿਹਾ ਢਾਂਚਾ ਹੀ ਅੱਜ ਦੇ ਡੇਰੇ ਦੀ ਨੀਂਹ ਬਣ ਗਿਆ। ਉਸ ਸਮੇਂ ਆਲੇ ਦੁਆਲੇ ਸਿਰਫ ਬੀਆਬਾਨ ਤੇ ਬੰਜਰ ਜ਼ਮੀਨ ਸੀ। ਮਹਾਰਾਜ ਚਰਨ ਸਿੰਘ ਜੀ ਨੇ ਉਹਨਾਂ ਸ਼ੁਰੂ ਦੇ ਦਿਨਾਂ ਦਾ ਹਾਲ ਬਿਆਨ ਕੀਤਾ ਹੈ ਕਿ ਬਾਬਾ ਜੈਮਲ ਸਿੰਘ ਜੀ ਦੇ ਸਮੇਂ ਛੋਟੇ ਛੋਟੇ ਵਿਕਾਸ ਕਾਰਜ ਕਿਵੇਂ ਹੋਏ। You may have read somewhere when Maharaji came here for the first time because he was in the service, in military services. And he said there used to be no charpai and no bed at all. So they had straw mats. So he would just, they would just pull straw mat and under some tree, they would just sleep in summer months. And then there used to be no water here because there was no well. And in the morning, he saw Bibi, who was in the service of Babaji Maharaj, bringing water for Babaji from somewhere. See, with a pitcher on her head. So Maharaji was absolutely new to the place. He didn't know anything about this place at all. Then he asked Bibi, from where do you bring it? She said, I bring from this village. And village is little quite far, you see this. Now our colony is spread so much, so it looks very near. But then when we all jungle and bushes, so it used to be practically to feel quite at a distance. Maharaji said, I very hesitatingly, lot of thinking, then I requested Babaji Maharaj, if you permit me, I would like to dig a well here so that Bibi doesn't have to go all the way to the village for the water. And so many people come, they'll make use of it. Babaji said, today I am here, tomorrow I may be somewhere else. And I don't want to bind myself to this particular place. So why dig a well? I have a straw hut and I can build anywhere if I go anywhere else. Then Maharaji said, I don't want to bind you at all to this place. Once you drink the water of that well and you can leave this place whenever you want. I don't want to bind you to the place. Then Maharaji said, Babaji just smiled. He said, all right, I won't bind myself to this place, but you'll be bound to this place. But anyway, well was dug. But he says, I never realized that it has a very deep-rooted meaning behind what Babaji is saying. Then after him, you see, then he realized what all it means. So slowly and slowly, this whole colony is springing up, you see. And now you can see what has come, how the flower blooms. Thank you.
ਮਹਾਰਾਜ ਸਾਵਨ ਸਿੰਘ ਜੀ ਨੇ, ਜਿਨ੍ਹਾਂ ਨੂੰ ਸੰਗਤ ਪਿਆਰ ਨਾਲ ਵੱਡੇ ਮਹਾਰਾਜ ਜੀ ਕਹਿੰਦੀ ਹੈ, ਪਿੰਡ ਪਿੰਡ ਸ਼ਹਿਰ ਸ਼ਹਿਰ ਵਿੱਚ ਜਾ ਕੇ ਸੰਤਾਂ ਦਾ ਸੰਦੇਸ਼ ਪਹੁੰਚਾਇਆ। ਆਪ ਦੇ ਸਰਲ ਅਤੇ ਪ੍ਰੇਰਣਾ ਭਰੇ ਸਤਸੰਗ ਅਤੇ ਪਿਆਰੇ ਅਤੇ ਪ੍ਰਭਾਵਸ਼ਾਲੀ ਵਿਅਕਤਿਤਵ ਕਾਰਨ ਸਾਰੇ ਭਾਰਤ ਅਤੇ ਵਿਦੇਸ਼ ਵਿੱਚ ਸੰਤਮਤ ਦੀਆਂ ਜੜ੍ਹਾਂ ਫੈਲਣੀਆਂ ਸ਼ੁਰੂ ਹੋ ਗਈਆਂ। ਇਸ ਦੇ ਫਲ ਰੂਪ ਆਪ ਦਾ ਉਪਦੇਸ਼ ਸੁਣਨ ਲਈ ਹੋਰ ਹੋਰ ਜਿਗਿਆਸੂ ਡੇਰੇ ਆਉਣ ਲੱਗ ਪਏ। ਜਿਉਂ ਜਿਉਂ ਸੰਗਤ ਵਧਦੀ ਗਈ, ਹੋਰ ਸਹੂਲਤਾਂ ਵੀ ਵਧਦੀਆਂ ਗਈਆਂ ਅਤੇ ਨਵੀਆਂ ਇਮਾਰਤਾਂ ਵੀ ਉਸਾਰੀਆਂ ਗਈਆਂ। ਵੱਡੇ ਮਹਾਰਾਜ ਜੀ ਨੂੰ ਡੇਰੇ ਦੇ ਪਹਿਲੇ ਭਵਨ ਨਿਰਮਾਤਾ ਕਿਹਾ ਜਾ ਸਕਦਾ ਹੈ। ਉਹਨਾਂ ਨੇ ਇੱਥੋਂ ਦੀਆਂ ਬਹੁਤੀਆਂ ਇਮਾਰਤਾਂ ਦੇ ਨਕਸ਼ੇ ਵੀ ਖੁਦ ਬਣਾਏ ਅਤੇ ਇਹਨਾਂ ਦੇ ਨਿਰਮਾਣ ਦੀ ਨਿਗਰਾਨੀ ਵੀ ਖੁਦ ਹੀ ਕੀਤੀ। ਆਪ ਘੰਟਿਆਂ ਬੱਧੀ ਖੁਦ ਖੜ੍ਹੇ ਹੋ ਕੇ ਇੰਜੀਨੀਅਰਾਂ ਅਤੇ ਰਾਜ ਮਿਸਤਰੀਆਂ ਨੂੰ ਨਿਰਦੇਸ਼ ਦਿੰਦੇ ਸਨ ਅਤੇ ਛੋਟੀ ਤੋਂ ਛੋਟੀ ਗੱਲ ਵੱਲ ਵੀ ਨਿੱਜੀ ਧਿਆਨ ਦਿੰਦੇ ਸਨ। ਸਤਸੰਗ ਕਰ ਆਪ ਦੀ ਇੰਜੀਨੀਅਰਿੰਗ ਦੀ ਕਾਬਲੀਅਤ ਦਾ ਪ੍ਰਤੱਖ ਪ੍ਰਮਾਣ ਹੈ। ਮੈਂ ਜਿੰਨੀ ਵਾਰ ਇਸ ਇਮਾਰਤ ਨੂੰ ਦੇਖਦੀ ਹਾਂ ਤਾਂ ਮੈਨੂੰ ਇਹ ਵਿਸ਼ਵਾਸ ਹੀ ਨਹੀਂ ਹੁੰਦਾ ਕਿ ਇਹ ਇਮਾਰਤ ਸਿਰਫ 3 ਸਾਲਾਂ ਵਿੱਚ ਬਣ ਕੇ ਤਿਆਰ ਹੋ ਗਈ ਸੀ। ਮੈਂ ਕਿਤਾਬਾਂ ਵਿੱਚ ਪੜ੍ਹਿਆ ਹੈ ਕਿ ਕਿਸੇ ਨਾਮੀ ਠੇਕੇਦਾਰ ਅਤੇ ਵੱਡੇ ਮਹਾਰਾਜ ਜੀ ਦੇ ਪ੍ਰੇਮੀ ਨੇ ਆਪ ਨੂੰ ਕਿਹਾ ਕਿ ਮੈਂ ਸਾਰੇ ਸਤਸੰਗ ਘਰ ਦੀ ਮੁਫ਼ਤ ਉਸਾਰੀ ਕਰਵਾ ਦਿੰਦਾ ਹਾਂ। ਵੱਡੇ ਮਹਾਰਾਜ ਜੀ ਨੇ ਪ੍ਰੇਮ ਪੂਰਵਕ ਇਨਕਾਰ ਕਰ ਦਿੱਤਾ। ਆਪ ਚਾਹੁੰਦੇ ਸਨ ਕਿ ਆਪ ਦੇ ਹਰ ਸੇਵਾਦਾਰ ਨੂੰ ਇਸ ਦੀ ਉਸਾਰੀ ਵਿੱਚ ਹਿੱਸਾ ਪਾਉਣ ਦਾ ਮੌਕਾ ਮਿਲੇ। ਆਪ ਸੇਵਾਦਾਰਾਂ ਦੇ ਛੋਟੇ ਤੋਂ ਛੋਟੇ ਯਤਨ ਨੂੰ ਵੀ ਬੇਸ਼ਕੀਮਤੀ ਸਮਝਦੇ ਸਨ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਤਸੰਗ ਘਰ ਬਣਿਆ ਵੀ ਇਸੇ ਤਰ੍ਹਾਂ। ਉਹ ਪਰੰਪਰਾ ਅੱਜ ਵੀ ਚੱਲ ਰਹੀ ਹੈ। ਸੰਤ ਸਤਿਗੁਰੂਆਂ ਅਤੇ ਉਹਨਾਂ ਦੀ ਸੰਗਤ ਦੇ ਨਿਸ਼ਕਾਮ ਸ਼ਰਧਾ ਭਾਵ ਦੁਆਰਾ ਇੱਟ ਇੱਟ ਜੋੜ ਕੇ ਇਸ ਸਾਰੇ ਨਗਰ ਦਾ ਨਿਰਮਾਣ ਹੋਇਆ ਹੈ। ਉਹਨਾਂ ਵਿੱਚ ਸੇਵਾ ਦੇ ਰੂਪ ਵਿੱਚ ਬਹਿ ਰਹੀ ਪ੍ਰੇਮ ਦੀ ਤਾਰਾ ਹੀ ਇਸ ਦੀ ਜਿੰਦ ਜਾਨ ਹੈ ਜਿਸ ਦੁਆਰਾ ਇਸ ਨਗਰ ਦਾ ਨਿਰਮਾਣ ਹੋਇਆ ਹੈ। ਸਾਡੀ ਮੁਲਾਕਾਤ ਕੁਝ ਅਜਿਹੇ ਲੋਕਾਂ ਨਾਲ ਹੋਈ ਜਿਨ੍ਹਾਂ ਨੇ ਵੱਡੇ ਮਹਾਰਾਜੇ ਨਾਲ ਬਿਤਾਏ ਦਿਨਾਂ ਦੀਆਂ ਅਪੁੱਲ ਯਾਦਾਂ ਸਾਡੇ ਨਾਲ ਸਾਂਝੀਆਂ ਕੀਤੀਆਂ। The foundation of the Satsang Ghar was laid in 1934. It was the great master who took on his head the first mitti ki tokri, and it was an occasion. After that, we used to go every day for seva to the Satsang Ghar. After Satsang, the great master would come every day to supervise the work. We were very, very eager that he see us doing seva. And when he was not there, the sevadar, because we were little children, he would give us just one brick. But when we saw the master coming, we would request him, please give me 2 bricks, so that at least he sees me doing good seva. And it so happened, on one day, he passed by and he saw me. And he said, Kako, tu bhi seva kar rahi? Oh, my day was made. And after that, you know what it means. I would go, I would request him to give me that, and we did seva every day till the Satsang Ghar was complete. Vade Maharaj Ji, ਸੇਵਾਦਾਰਾਂ ਦਾ ਸ਼ਰਧਾ ਭਾਵ ਦੇਖ ਕੇ ਬਹੁਤ ਪ੍ਰਸੰਨ ਹੋਏ। ਆਪਨੇ ਉਹਨਾਂ ਨੂੰ ਕਿਹਾ, ਮੇਰੇ ਕੋਲ ਆਪਣੀ ਖੁਸ਼ੀ ਅਤੇ ਧੰਨਵਾਦ ਜ਼ਾਹਰ ਕਰਨ ਲਈ ਕੋਈ ਸ਼ਬਦ ਨਹੀਂ ਹਨ। ਮੈਂ ਕਮਜ਼ੋਰੀਆਂ ਅਤੇ ਔਗਨਾਂ ਨਾਲ ਭਰਿਆ ਹੋਇਆ ਹਾਂ। ਸਤਸੰਗ ਅਤੇ ਸੰਗਤ ਵਿੱਚ ਜੋ ਵੀ ਵਾਧਾ ਹੋਇਆ ਹੈ, ਮੇਰੀ ਤਾਕਤ ਜਾਂ ਲਿਆਕਤ ਕਾਰਨ ਨਹੀਂ ਹੋਇਆ। ਇਹ ਸਭ ਉਸ ਪਰਮ ਸੰਤ ਬਾਬਾ ਜੈਮਲ ਸਿੰਘ ਜੀ ਦੀ ਬਦੌਲਤ ਹੈ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਭਜਨ ਵਿੱਚ ਲਾ ਦਿੱਤਾ। ਜੋ ਕੁਝ ਵੀ ਹੋ ਰਿਹਾ ਹੈ, ਉਸ ਮਹਾਤਮਾ ਦੀ ਕਮਾਈ ਸਦਕਾ ਹੈ।
ਇਹ ਸਭ ਉਸਦੀ ਕਮਾਈ ਦਾ ਜ਼ਹੂਰ ਹੈ। ਸਭ ਕੁਛ ਬਾਬਾ ਜੀ ਮਹਾਰਾਜ ਆਪ ਕਰ ਰਹੇ ਹਨ। ਮੈਂ ਤਾਂ ਇੱਕ ਸੇਵਾਦਾਰ ਹਾਂ ਅਤੇ ਉਸ ਮਹਾਂਪੁਰਸ਼ ਦਾ ਅਤਿਅੰਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਸਾਧ ਸੰਗਤ ਦੇ ਜੋੜੇ ਝਾੜਨ ਦੀ ਸੇਵਾ ਬਖਸ਼ੀ ਹੋਈ ਹੈ। ਵੱਡੇ ਮਹਾਰਾਜ ਜੀ ਦੇ ਅਤਿਅੰਤ ਨਿਮਰਤਾ ਨਾਲ ਭਰਪੂਰ ਇਹ ਬਚਨ ਆਪ ਦੇ ਗੌਰਵਸ਼ਾਲੀ ਵਿਅਕਤਿਤਵ ਦੀ ਮਾਮੂਲੀ ਜਿਹੀ ਝਲਕ ਪੇਸ਼ ਕਰਦੇ ਹਨ। ਆਪ ਦੇ ਇੱਕ ਸਤਸੰਗੀ ਡਾਕਟਰ ਜੂਲੀਅਨ ਜੌਨਸਨ ਨੇ ਵੱਡੇ ਮਹਾਰਾਜ ਜੀ ਦਾ ਇਹਨਾਂ ਸ਼ਬਦਾਂ ਵਿੱਚ ਵਰਣਨ ਕਰਨ ਦਾ ਯਤਨ ਕੀਤਾ ਹੈ। ਕਾਸ਼ ਮੈਂ ਸਤਿਗੁਰ ਬਾਰੇ ਆਪਣੇ ਹਿਰਦੇ ਦੇ ਅਸਲ ਭਾਵ ਇੰਨ ਭਿੰਨ ਪ੍ਰਗਟ ਕਰ ਪਾਉਂਦਾ, ਪਰ ਕੀ ਕੋਈ ਪੱਛਮ ਵਿੱਚ ਦੁਮੇਲ ਉੱਤੇ ਸੂਰਜ ਅਸਤ ਦੇ ਅਲੌਕਿਕ ਦ੍ਰਿਸ਼ ਦਾ ਵਰਣਨ ਕਰ ਸਕਦਾ ਹੈ? ਕਿਸੇ ਸ਼ਹਿਨਸ਼ਾਹ ਦਾ ਵੀ ਅਜਿਹਾ ਰੂਪ ਜਾਂ ਦਬਦਬਾ ਅਤੇ ਸ਼ਾਨ ਨਹੀਂ ਹੋ ਸਕਦੀ। ਪਰੇਸ਼ਾਨ ਵਿੱਚ ਨਿਮਰਤਾ ਦਾ ਅਜਿਹਾ ਪ੍ਰਭਾਵ ਹੈ ਜੋ ਬਦੋਬਦੀ ਹਰੇਕ ਨੂੰ ਆਪਣੇ ਵੱਲ ਖਿੱਚਦਾ ਹੈ। ਉਹਨਾਂ ਦਾ ਬੋਲ ਹਲੀਮੀ ਵਾਲਾ ਅਤੇ ਸਾਫ ਹੈ, ਜਿਵੇਂ ਚਾਂਦੀ ਦੀਆਂ ਟੱਲੀਆਂ ਟਨਕ ਰਹੀਆਂ ਹੋਣ। ਉਹਨਾਂ ਦੀ ਮੁਸਕਾਨ ਚੋਂ ਰਹਿਮਤ ਦੀ ਵਰਖਾ ਹੁੰਦੀ ਹੈ ਅਤੇ ਹਰ ਕੋਈ ਮਹਿਸੂਸ ਕਰ ਸਕਦਾ ਹੈ ਕਿ ਉਹਨਾਂ ਦੇ ਹਿਰਦੇ ਵਿੱਚ ਹਰ ਜੀਵ ਲਈ ਪ੍ਰੇਮ ਦਾ ਸਾਗਰ ਠਾਠਾ ਮਾਰ ਰਿਹਾ ਹੈ। ਉਹਨਾਂ ਦਾ ਜਲਾਲ ਸੱਚਮੁੱਚ ਹੀ ਵੇਖਣ ਵਾਲਾ ਹੈ, ਬਿਆਨ ਕਰਨ ਵਾਲਾ ਨਹੀਂ। ਜਦੋਂ ਦੇ ਉਹਨਾਂ ਦੇ ਦਰਸ਼ਨ ਕੀਤੇ ਹਨ, ਮੈਨੂੰ ਕੁਝ ਨਹੀਂ ਸੁਝਦਾ ਅਤੇ ਮੈਂ ਕਿਸੇ ਹੋਰ ਚੀਜ਼ ਬਾਰੇ ਨਹੀਂ ਸੋਚ ਸਕਦਾ। ਉਹਨਾਂ ਦਾ ਸਰੂਪ ਹਰ ਸਮੇਂ ਮੇਰੇ ਸਾਹਮਣੇ ਰਹਿੰਦਾ ਹੈ। ਮੈਂ ਕਦੇ ਪਹਿਲੋਂ ਅਜਿਹਾ ਸਰੂਪ ਨਹੀਂ ਸੀ ਦੇਖਿਆ ਅਤੇ ਨਾ ਹੀ ਮੈਂ ਕਦੇ ਇਹ ਸੋਚ ਸਕਦਾ ਸੀ ਕਿ ਮਨੁੱਖ ਜਾਤੀ ਵਿੱਚ ਵੀ ਕੋਈ ਅਜਿਹਾ ਸਰੂਪ ਹੋ ਸਕਦਾ ਹੈ। ਜੇ ਕਿਤੇ ਕੋਈ ਚਿਹਰਾ ਬੁਢਾਪੇ ਵਿੱਚ ਵੀ ਇੰਨਾ ਮਨਮੋਹਣਾ, ਜਲਾਲ ਭਰਪੂਰ ਅਤੇ ਸ਼ਾਂਤੀਪੂਰਨ ਹੋ ਸਕਦਾ ਹੈ ਤਾਂ ਉਹ ਸਿਰਫ ਮਹਾਰਾਜ ਜੀ ਦਾ ਹੀ ਹੈ। ਪਰ ਇਸ ਸਭ ਕੁਝ ਦੇ ਬਾਵਜੂਦ ਉਹਨਾਂ ਦੇ ਚਿਹਰੇ ਉੱਤੇ ਉਹ ਅਲੌਕਿਕ ਆਤਮਕ ਤੇਜ ਹੈ ਜਿਸ ਨੂੰ ਸ਼ਬਦਾਂ ਵਿੱਚ ਨਹੀਂ ਬਿਆਨ ਕੀਤਾ ਜਾ ਸਕਦਾ। ਪਰ ਇਸ ਨਾਲ ਐਸੀ ਅਦਭੁਤ ਸ਼ਾਂਤੀ ਮਹਿਸੂਸ ਹੁੰਦੀ ਹੈ ਜਿਵੇਂ ਉਹਨਾਂ ਦੀ ਹਜ਼ੂਰੀ ਵਿੱਚ ਦੁਨੀਆ ਦੀ ਕੋਈ ਪਰੇਸ਼ਾਨੀ ਜਾਂ ਬੇਚੈਨੀ ਕਦੇ ਠਹਿਰ ਹੀ ਨਾ ਸਕਦੀ ਹੋਵੇ। ਉਹਨਾਂ ਦੇ ਦਰਸ਼ਨ ਕਰਦਿਆਂ ਕੁਝ ਬੋਲਣ ਜਾਂ ਪੁੱਛਣ ਦੀ ਇੱਛਾ ਨਹੀਂ ਰਹਿੰਦੀ। ਜੀ ਕਰਦਾ ਹੈ ਕਿ ਉਹਨਾਂ ਦੇ ਪ੍ਰੇਮ ਵਿੱਚ ਸਮਾ ਜਾਈਏ। ਉਹਨਾਂ ਦੇ ਬੋਲਾਂ ਵਿੱਚ ਪ੍ਰੇਮ ਦੀ ਛਨਕਾਰ ਹੈ ਅਤੇ ਉਹਨਾਂ ਦੀ ਮੁਸਕਾਨ ਨਾਲ ਸਾਰਾ ਵਾਤਾਵਰਣ ਪ੍ਰਕਾਸ਼ਵਾਨ ਹੋ ਜਾਂਦਾ ਹੈ। Now, I must tell you my first impression, because I didn't know much about Sant Math. My first impression when he came off the, out of this car, he was shining. He was radiant. And funnily enough, what I thought was, oh my God. And then he walked very stately up the stairs and everybody bowed to him. I was feeling a little hesitant. And then he looked at me, and although he was tired, he straight away asked Bibi Lajo to bring us in, and he talked to us. The next morning, I heard my first satsang. I had many doubts, and I'd written them all down. And the master did ask me that if there was anything I'd like to ask, and I couldn't think of anything. But at the satsang, he answered all my questions. All my doubts were cleared. Oh, his satsangs were very long, and he told beautiful stories, which we all enjoyed, and he laughed. His laugh was beautiful. He used to shake with laughter and tell our stories. And we used to sit quite close to the stage. I have something to say about the great master, that he wrote beautiful letters to me. And in his last letter, which was in 47, a year before, a few months before, he wrote that, Main tumhari sambhal kar raha hoon aur karunga.
I am looking after you, and I will continue looking after you. And Babaji has fulfilled that. He's looking after me in my old age. And I'm very grateful to him for everything that I'm getting. ਹਜ਼ੂਰ ਵੱਡੇ ਮਹਾਰਾਜ ਜੀ ਕਿਰਪਾ ਅਤੇ ਦਇਆ ਮਿਹਰ ਲਈ ਪ੍ਰਸਿੱਧ ਸਨ। ਜੇ ਕੋਈ ਉਹਨਾਂ ਦੇ ਸਾਹਮਣੇ ਆਪਣੇ ਔਗਣਾਂ ਲਈ ਪਛਤਾਪ ਕਰਦਾ ਤਾਂ ਆਪ ਉਸਨੂੰ ਇੱਕਦਮ ਬਖਸ਼ ਦਿੰਦੇ ਅਤੇ ਨਾਲ ਹੀ ਨਸੀਹਤ ਕਰਦੇ ਕਿ ਪ੍ਰੇਮ ਭਰੋਸੇ ਨਾਲ ਭਜਨ ਸਿਮਰਨ ਕਰਦੇ ਰਿਹਾ ਕਰੋ ਅਤੇ ਅੱਗੇ ਤੋਂ ਇਹਨਾਂ ਗਲਤੀਆਂ ਤੋਂ ਬਚ ਕੇ ਰਿਹਾ ਕਰੋ। ਵੱਡੇ ਮਹਾਰਾਜ ਜੀ ਆਪਣੇ ਸਤਸੰਗੀਆਂ ਦੀਆਂ ਕਮਜ਼ੋਰੀਆਂ ਚੰਗੀ ਤਰ੍ਹਾਂ ਜਾਣਦੇ ਸਨ, ਪਰ ਉਹ ਕਦੇ ਪਰੋਖ ਢੰਗ ਨਾਲ ਵੀ ਉਹਨਾਂ ਵੱਲ ਇਸ਼ਾਰਾ ਨਹੀਂ ਸਨ ਕਰਦੇ। ਆਪ ਕਦੇ ਵੀ ਕਿਸੇ ਦਾ ਦਿਲ ਦੁਖਾਉਣ ਵਾਲੀ ਗੱਲ ਨਹੀਂ ਸਨ ਕਰਦੇ। ਆਪ ਕਿਹਾ ਕਰਦੇ ਸਨ, ਸੰਤ ਮਹਾਤਮਾ ਕਦੇ ਵੀ ਜੀਵਾਂ ਦੇ ਐਬਾਂ, ਪਾਪਾਂ ਅਤੇ ਕਮਜ਼ੋਰੀਆਂ ਵੱਲ ਧਿਆਨ ਨਹੀਂ ਦਿੰਦੇ। ਜੇ ਉਹ ਇੱਦਾਂ ਕਰਨ ਤਾਂ ਕਿਹੜਾ ਜੀਵ ਉਹਨਾਂ ਦੇ ਸਾਹਮਣੇ ਠਹਿਰ ਸਕੇਗਾ? ਸਭ ਪੂਰਨ ਸੰਤਾਂ ਵਾਂਗ ਆਪ ਦੀ ਦ੍ਰਿਸ਼ਟੀ ਸਿਰਫ ਆਤਮਾ ਉੱਤੇ ਹੁੰਦੀ ਸੀ। ਆਪ ਫਰਮਾਇਆ ਕਰਦੇ ਸਨ, ਹਰ ਆਤਮਾ ਨਿਰਮਲ ਹੈ, ਹਰ ਇਨਸਾਨ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਿਵਾਸ ਹੈ। ਜੇ ਸਾਨੂੰ ਕਿਸੇ ਵਿੱਚ ਗੁਣ ਦਿਖਾਈ ਨਹੀਂ ਦਿੰਦੇ ਤਾਂ ਇਹ ਸਾਡੀ ਦ੍ਰਿਸ਼ਟੀ ਅਤੇ ਮਨ ਦਾ ਕਸੂਰ ਹੈ। ਵੱਡੇ ਮਹਾਰਾਜ ਜੀ ਦਾ ਸਤਸੰਗ 2 ਘੰਟੇ ਜਾਂ ਉਸ ਤੋਂ ਵੀ ਵੱਧ ਸਮੇਂ ਦਾ ਹੁੰਦਾ ਸੀ। ਆਪ ਆਮ ਤੌਰ 'ਤੇ ਦਿਨ ਵਿੱਚ 2 ਵਾਰ ਸਤਸੰਗ ਫਰਮਾਉਂਦੇ ਸਨ, ਸਵੇਰੇ ਅਤੇ ਦੁਪਹਿਰ ਤੋਂ ਬਾਅਦ। ਆਪ ਦਾ ਸਤਸੰਗ 2 ਤਰਫਾ ਹੁੰਦਾ ਸੀ। ਲੋਕ ਵਿੱਚੇ ਹੀ ਸਵਾਲ ਵੀ ਪੁੱਛ ਲੈਂਦੇ ਸਨ ਅਤੇ ਕਈ ਵਾਰ ਤਾਂ ਸਤਸੰਗ ਸਵਾਲਾਂ ਜਵਾਬਾਂ ਦਾ ਰੂਪ ਧਾਰ ਲੈਂਦਾ ਸੀ। ਕਈ ਵਾਰ ਕੋਈ ਵਿਅਕਤੀ ਕਿਸੇ ਧਰਮ ਗ੍ਰੰਥ ਦਾ ਕੋਈ ਸ਼ਲੋਕ ਸੁਣਾ ਦਿੰਦਾ ਸੀ ਅਤੇ ਵੱਡੇ ਮਹਾਰਾਜ ਜੀ ਸੰਗਤ ਨੂੰ ਉਸ ਦੀ ਵਿਆਖਿਆ ਕਰਕੇ ਸਮਝਾ ਦਿੰਦੇ ਸਨ। ਕਈ ਵਾਰ ਕੋਈ ਸਤਸੰਗੀ ਮਹਾਰਾਜ ਜੀ ਦੇ ਬਾਰੇ ਲਿਖੀ ਕੋਈ ਕਵਿਤਾ ਸੁਣਾ ਦਿੰਦਾ ਅਤੇ ਮਹਾਰਾਜ ਜੀ ਪ੍ਰੇਮ ਪੂਰਵਕ ਕਵਿਤਾ ਸੁਣ ਲੈਂਦੇ ਸਨ। ਵੱਡੇ ਮਹਾਰਾਜ ਜੀ ਦੇ ਰੋਜ਼ਾਨਾ ਪ੍ਰੋਗਰਾਮ ਦਾ ਬਹੁਤ ਸਮਾਂ ਸਤਸੰਗ ਕਰਨ, ਡੇਰੇ ਦੇ ਵਿਕਾਸ ਕਾਰਜਾਂ ਅਤੇ ਸੇਵਾ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਨ ਅਤੇ ਪ੍ਰਬੰਧਕੀ ਮਾਮਲਿਆਂ ਵੱਲ ਧਿਆਨ ਦੇਣ ਆਦਿ ਵਿੱਚ ਖਰਚ ਹੁੰਦਾ ਸੀ। ਆਪ ਅਦਭੁਤ ਮਨੋਬਲ ਦੇ ਸਵਾਮੀ ਸਨ ਅਤੇ ਆਪ ਦੇ ਅੰਦਰ ਕੰਮ ਕਰਨ ਦੀ ਅਥਾਹ ਸਮਰੱਥਾ ਸੀ। ਆਪ ਆਪਣੇ ਆਰਾਮ, ਸੁੱਖ ਸਹੂਲਤ ਅਤੇ ਸਿਹਤ ਬਾਰੇ ਬਹੁਤੀ ਪਰਵਾਹ ਨਹੀਂ ਸਨ ਕਰਦੇ। ਆਪ ਆਪਣੇ ਕਰਤੱਵ ਦੀ ਪਾਲਣਾ ਵਿੱਚ ਆਉਣ ਵਾਲੇ ਸਰੀਰਕ ਕਸ਼ਟ ਵੱਲ ਵੀ ਧਿਆਨ ਨਹੀਂ ਸਨ ਦਿੰਦੇ। ਕੁਝ ਵੀ ਉਹਨਾਂ ਨੂੰ ਕੁੱਲ ਮਾਲਕ ਦੀ ਸੇਵਾ ਤੋਂ ਨਹੀਂ ਸੀ ਰੋਕ ਸਕਦਾ। ਵੱਡੇ ਮਹਾਰਾਜ ਜੀ ਦੇ ਸਮੇਂ ਤੇਜ਼ੀ ਨਾਲ ਵੱਧ ਰਹੀ ਸੰਗਤ ਦੀ ਸਹੂਲੀਅਤ ਲਈ ਹੋਰ ਜਾਇਦਾਦਾਂ ਦੀ ਸ਼ਮੂਲੀਅਤ ਨਾਲ ਡੇਰੇ ਦਾ ਬਹੁਤ ਵਿਕਾਸ ਹੋਇਆ। ਬੇਸ਼ੱਕ ਵੱਡੇ ਮਹਾਰਾਜ ਜੀ ਡੇਰੇ ਦੀ ਸਾਰੀ ਜਾਇਦਾਦ ਦੇ ਕਾਨੂੰਨੀ ਵਾਰਸ ਸਨ, ਪਰ ਉਹਨਾਂ ਨੇ ਕਦੇ ਵੀ ਡੇਰੇ ਦੀ ਕਿਸੇ ਚੀਜ਼ ਦੀ ਆਪਣੇ ਜਾਂ ਆਪਣੇ ਪਰਿਵਾਰ ਦੇ ਲਾਭ ਲਈ ਵਰਤੋਂ ਨਾ ਕੀਤੀ। ਆਪ ਆਪਣੇ ਆਪ ਨੂੰ ਸਾਰੀ ਜਾਇਦਾਦ ਦਾ ਸਰਪ੍ਰਸਤ ਸਮਝਦੇ ਹੋਏ ਸੰਗਤ ਦੇ ਲਾਭ ਲਈ ਇਸ ਦੇ ਵਿਕਾਸ ਵਾਸਤੇ ਪੂਰਾ ਯਤਨ ਕਰਦੇ ਰਹਿੰਦੇ ਸਨ।
ਹਜ਼ੂਰ ਵੱਡੇ ਮਹਾਰਾਜ ਜੀ ਦਾ ਜੀਵਨ ਸਾਦਗੀ ਦੀ ਮਿਸਾਲ ਸੀ। ਆਪ ਦਾ ਖਾਣਾ ਅਤੇ ਸੌਣਾ ਨਾਮ ਮਾਤਰ ਸੀ। ਆਪ ਦੇ ਸਤਸੰਗੀਆਂ ਨੂੰ ਹਮੇਸ਼ਾ ਆਪ ਦੀ ਸਿਹਤ ਬਾਰੇ ਚਿੰਤਾ ਲੱਗੀ ਰਹਿੰਦੀ, ਪਰ ਆਪ ਉਹਨਾਂ ਨੂੰ ਭਰੋਸਾ ਦਵਾਉਂਦੇ ਹੋਏ ਫਰਮਾਉਂਦੇ, ਚਿੰਤਾ ਨਾ ਕਰੋ, ਨਾਮ ਦਾ ਅੰਮ੍ਰਿਤ ਸਰੀਰ ਨੂੰ ਨਿਰਬਲ ਨਹੀਂ ਹੋਣ ਦੇਵੇਗਾ। ਜਿਹੜਾ ਨਾਮ ਸਾਰੀ ਸ੍ਰਿਸ਼ਟੀ ਨੂੰ ਲਈ ਖੜਾ ਹੈ, ਉਹਦੇ ਨਾਲ ਪੂਰੀ ਤਰ੍ਹਾਂ ਲਿਵ ਜੁੜੀ ਹੋਵੇ, ਤਾਂ ਉਹਦੇ ਲਈ ਮਨੁੱਖ ਸਰੀਰ ਨੂੰ ਕਾਇਮ ਰੱਖਣਾ ਕੋਈ ਮੁਸ਼ਕਿਲ ਨਹੀਂ। ਸਤਿਗੁਰ ਹੈ ਰੰਗਰੀਜ਼ ਚੁਨਰ ਮੇਰੀ ਰੰਗਦਾਰੀ, ਸਤਿਗੁਰ ਹੈ ਰੰਗਰੀਜ਼ ਚੁਨਰ ਮੇਰੀ ਰੰਗਦਾਰੀ, ਸਿਆਹੀ ਰੰਗ ਛਡਾਏ ਕੇਰੇ ਦੇਉ ਮਜੀਠਾ ਰੰਗ, ਤੋਏਸੇ ਛੂਟੇ ਨਹੀਂ ਰੇ ਦਿਨ ਦਿਨ ਸੁਰੰਗ, ਸਤਿਗੁਰ ਹੈ ਰੰਗਰੀਜ਼ ਚੁਨਰ ਮੇਰੀ ਰੰਗਦਾਰੀ, ਪਾਵ ਕੇ ਕੁੰਡ ਨਹਿਕੇ ਜਲ ਪ੍ਰੇਮ ਰੰਗ ਦੇ ਬੋਰ, ਚਸ ਕੀ ਚਾਸ ਲਗਾਏ ਕੇਰੇ ਖੂਬ ਰੰਗੀ ਚੱਕ ਚੋਰ, ਸਤਿਗੁਰ ਹੈ ਰੰਗਰੀਜ਼ ਚੁਨਰ ਮੇਰੀ ਰੰਗਦਾਰੀ, ਸਤਿਗੁਰੂ ਨੇ ਚੁਨਰੀ ਰੰਗੀਰੇ, ਸਤ ਗੁਰੂ ਚਤੁਰ ਸੁਜਾਨ ਸਭ ਕੁਛ ਉਨ ਪਰ ਵਾਰ ਦੂਰੇ, ਤਨ ਮਨ ਤਨ ਔਰ ਪ੍ਰਾਨ, ਸਤਿਗੁਰੂ ਰੰਗਰੀਜ਼ ਚੁਨਰ ਮੇਰੀ ਰੰਗਦਾਰੀ, ਕਹਿ ਕਬੀਰ ਰੰਗਰੇਜ਼ ਗੁਰੂ ਰੇ ਮੁਝ ਪਰ ਰੰਗਰੀਜ਼
Satguru hai rang de ਇੱਕ ਵਾਰ ਹਜ਼ੂਰ ਮਹਾਰਾਜ ਚਰਨ ਸਿੰਘ ਜੀ ਨੇ ਪੁਰਾਣੀਆਂ ਯਾਦਾਂ ਤਾਜ਼ਾ ਕਰਦੇ ਹੋਏ ਵੱਡੇ ਮਹਾਰਾਜ ਜੀ ਦੇ ਨਿਰੰਤਰ ਚੱਲਦੇ ਰਹਿਣ ਵਾਲੇ ਕਾਰਜਕ੍ਰਮ ਬਾਰੇ ਫਰਮਾਇਆ। ਆਲ ਵਟ ਆਈ ਟਾਕ ਵਟ ਆਈ ਹੀਅਰ ਇਜ਼ ਨਥਿੰਗ ਬਟ ਦ ਗ੍ਰੇਟ ਮਾਸਟਰ ਐਵਰੀ ਪਾਰਟੀਕਲ ਆਫ ਦਿਸ ਪਲੇਸ ਸਮੈਲ ਆਫ ਹਿਮ ਹੀ ਗਿਵਜ਼ ਅਸ ਦੈਟ ਫ੍ਰੈਗਰੈਂਸ ਆਫ ਹਿਸ ਲਵ ਐਂਡ ਡਿਵੋਸ਼ਨ ਵਟ ਹੀ ਹੈਜ਼ ਡਨ ਇਨ ਦਿਸ ਕਾਲਰ। He was much more busy than I am, I must tell you. In the morning he would go out, see all the fields, work going on, and with every department he would be in touch. And then he would sit in the office, he would attend to his whole mail in the night in the office. Professor Bhatnagar's father was there in charge of the office correspondence. Then people would be coming and whole day it would be interviewed till 1:30, 2. We really would go and remind him so many times for lunch because we won't be served meals unless he served. Then in the evening he used to hold Satsang. And sometime in the morning he would go and sit in the Seva. And then so much Dera was developing, you see, in a very developing stage. And so many meetings with engineers and the meetings would go on till 12 at night, 1 at night. So it went on. I mean, he was a very busy person. A very busy person. And he had very long tours also, but he won't fix any time. He would say, all right, I'll come on a tour for 10 days. And then if one place he's holding Satsang, those people are anxious for him to extend his stay, he would stay another one day, 2 days. And then he will go to another city. So it was a tour for 10 days, 20 days, 30 days. But no particular timing was fixed, you see, beforehand. He traveled a lot. So he was mostly travelling to Lahore and Mindumumri, Multan side, Karachi side, and then Rawalpindi, Peshawar side, Ahmedabad side. That was his main field of Satsang. And then he devoted also a lot of time to Sarsar, Swab. And he would go for 2 months, 1 month, he would stay there and look after the children and the form and their progress and everything. He would give full attention to the form and everything. He was very busy. I don't think one can work, anybody can work harder than him. His one leg was a little short of the other leg, but he had no problem in walking because we could never keep pace with him. Never. I know he used to go to the hills and I had sometime the opportunity to follow him with his stick or umbrella. But we could never keep pace with him. He was so walking so fast. And it was very difficult for anybody to keep pace with him. He was so fast. Even at that age, you see, when he was 87, 88, 90.
actually great master has labored a lot to spread Sanat teaching. You just visit those centers which he has created for the spreading of the teaching, you will simply be amazed how can he reach to these places. I go to this Himachal Pradesh, now it is known. Very rough roads, now they are roads. At that time there were no roads. Sometimes he will be on a pony, sometimes he will be walking. With his staff you see at his back, luggage on their head. And no place to stay, no rest houses, no sanitary convenience you see. And just a nightfall, this small hut comes and probably the man is staying up and the shop is down and that will be vacated for him. Maharaji never, you see, said a single word that he's uncomfortable. And this is how he has spread his teachings. Nobody can reach those places. You see, now after 2 years or 3 years, I am just in my comfortable car, I can hardly reach there. After 2-3 years, I get a chance to visit such places. The centers which he has made, beautiful centers. And they are all simple people, full with love and devotion. And that is all the seed which he has sown. But slowly and slowly, Maharaji just penetrated into their heart. Now whole hills, you see, are singing his praises. That is the seed, you see, which has sown, which is springing up now. ਵੱਡੇ ਮਹਾਰਾਜ ਜੀ ਦੇ ਦੌਰੇ ਬਹੁਤ ਕਠਿਨਾਈ ਭਰੇ ਹੁੰਦੇ ਸਨ ਅਤੇ ਮੌਸਮ ਅਕਸਰ ਬਹੁਤ ਗਰਮੀ ਜਾਂ ਬਹੁਤ ਸਰਦੀ ਵਾਲਾ ਹੁੰਦਾ ਸੀ। ਇੱਕ ਵਾਰ ਵੱਡੇ ਮਹਾਰਾਜ ਜੀ ਨੇ ਡੇਢ ਦਿਨ ਵਿੱਚ ਕਾਰ ਦੁਆਰਾ 350 ਕਿਲੋਮੀਟਰ ਸਫ਼ਰ ਕੀਤਾ। ਆਪ 6 ਵੱਖ ਵੱਖ ਸ਼ਹਿਰਾਂ ਵਿੱਚ ਗਏ ਅਤੇ 3 ਸਤਸੰਗ ਫਰਮਾਏ, ਜਿਨ੍ਹਾਂ ਵਿੱਚੋਂ 1-2 ਘੰਟੇ ਦਾ ਸੀ ਅਤੇ 1 ਸਤਸੰਗ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਸੀ। ਇਸ ਤੋਂ ਇਲਾਵਾ ਆਪ ਇੱਕ ਸ਼ਾਦੀ ਵਿੱਚ ਵੀ ਸ਼ਰੀਕ ਹੋਏ। ਜਦੋਂ ਵੱਡੇ ਮਹਾਰਾਜ ਜੀ ਨੇ ਕਾਰ ਦੇ ਡਰਾਈਵਰ ਦਾ ਸ਼ੁਕਰੀਆ ਕੀਤਾ ਜਿਹੜਾ ਦੂਜੇ ਸ਼ਹਿਰ ਤੋਂ ਆਪ ਦੇ ਨਾਲ ਰਿਹਾ ਸੀ, ਤਾਂ ਉਹਨੇ ਕਿਹਾ, ਬਾਬਾ ਹਮ ਲੋਕੋਂ ਕੋ ਫਿਰ ਵੀ ਯਾਦ ਕਰਨਾ, ਹਮ 30 ਸਾਲ ਕਾ ਜਵਾਨ ਆਦਮੀ ਨੀਂਦ ਔਰ ਥਕਾਨ ਸੇ ਬੇਹਾਲ ਹੋ ਗਿਆ, ਮਗਰ ਤੁਮ ਨਾ ਤੋ ਸੋਇਆ ਨਾ ਖਾਇਆ ਪੀਆ, ਚਿਹਰੇ ਪਰ ਇਲਾਹੀ ਨੂਰ ਬਰਸਤਾ ਹੈ, ਤੁਮ ਆਦਮੀ ਨਹੀਂ ਹੈ, ਖੁਦਾ ਕਾ ਦੀਦਾਰ ਹੈ। ਉਸ ਸਮੇਂ ਵੱਡੇ ਮਹਾਰਾਜ ਜੀ ਦੀ ਉਮਰ 80 ਸਾਲ ਤੋਂ ਉੱਪਰ ਸੀ। ਡਾਕਟਰ ਜੌਨਸਨ ਨੇ ਵੱਡੇ ਮਹਾਰਾਜ ਜੀ ਦੇ ਦੌਰਿਆਂ ਅਤੇ ਦੂਸਰੀਆਂ ਗਤੀਵਿਧੀਆਂ ਦਾ ਇਹਨਾਂ ਸ਼ਬਦਾਂ ਵਿੱਚ ਵਰਣਨ ਕੀਤਾ ਹੈ, ਪਿਆਰੇ ਸਤਿਗੁਰੂ ਉੱਤੇ ਲੰਮੇ ਦਬਾਅ ਅਤੇ ਲਗਾਤਾਰ ਸਖ਼ਤ ਮਿਹਨਤ ਦਾ ਅਸਰ ਦਿਖਾਈ ਦੇ ਰਿਹਾ ਹੈ। ਆਪ ਨੂੰ ਨਾ ਦਿਨੇ ਆਰਾਮ ਲਈ ਵਕਤ ਮਿਲਦਾ ਹੈ ਨਾ ਰਾਤ ਨੂੰ। ਅਸੀਂ ਬੇਨਤੀ ਕੀਤੀ ਕਿ ਤੁਸੀਂ ਆਪਣੀ ਸਿਹਤ ਵੱਲ ਤਾਂ ਧਿਆਨ ਦਿਓ,
ਉਹਨਾਂ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ, ਚਲੋ ਦੇਖਿਆ ਜਾਵੇਗਾ। ਜਦੋਂ ਅਸੀਂ ਹਜ਼ੂਰ ਨੂੰ ਕਿਹਾ ਕਿ ਅੱਜ ਤੋਂ ਹਜ਼ਾਰ ਸਾਲ ਬਾਅਦ ਵੀ ਇੱਥੇ ਕਾਫੀ ਕੰਮ ਬਾਕੀ ਹੋਵੇਗਾ ਤਾਂ ਆਪ ਨੇ ਹੱਸ ਕੇ ਜਵਾਬ ਦਿੱਤਾ, ਹਾਂ ਜ਼ਰੂਰ ਹੋਵੇਗਾ। ਇੱਕ ਵਾਰ ਜਦੋਂ ਵੱਡੇ ਮਹਾਰਾਜ ਜੀ ਦੀ ਤਬੀਅਤ ਠੀਕ ਨਹੀਂ ਸੀ, ਆਪ ਦੇ ਸਤਸੰਗੀਆਂ ਨੇ ਬੇਨਤੀ ਕੀਤੀ ਕਿ ਤੁਸੀਂ ਘਰ ਵਿੱਚ ਆਰਾਮ ਕਰੋ ਅਤੇ ਸਤਸੰਗ ਲਈ ਨਾ ਜਾਵੋ। ਆਪ ਨੇ ਜਵਾਬ ਦਿੱਤਾ, ਇਸ ਦੇਹ ਤੋਂ ਜਿੰਨਾ ਕੰਮ ਲੈ ਲਿਆ ਜਾਵੇ ਚੰਗਾ ਹੈ, ਇੱਕ ਦਿਨ ਇਹਨੂੰ ਅੱਗ ਦੇ ਹਵਾਲੇ ਹੀ ਕਰਨਾ ਹੈ। ਸਤਸੰਗ ਫਰਮਾਉਂਦੇ ਸਮੇਂ ਮਹਾਰਾਜ ਜੀ ਦੇ ਚਿਹਰੇ ਉੱਤੇ ਅਜਿਹਾ ਜਲਾਲ ਸੀ ਅਤੇ ਆਪ ਦੀ ਆਵਾਜ਼ ਇੰਨੀ ਜ਼ੋਰਦਾਰ ਸੀ ਕਿ ਕਿਸੇ ਨੂੰ ਸ਼ੱਕ ਨਹੀਂ ਹੋਇਆ ਕਿ ਆਪ ਦੀ ਤਬੀਅਤ ਠੀਕ ਨਹੀਂ ਹੈ। ਸ਼ਿਸ਼ ਕਾ ਮਾਨਾ ਸਤ ਗੁਰੂ, ਗੁਰ ਝਿੜਕੇ ਲਖ ਬਾਰ, ਸਹਿਜੋ ਦੁਆਰ ਨਾ ਛੋੜੀਏ, ਯਹੀ ਧਾਰ ਨਾ ਧਾਰ, ਗੁਰ ਦਰਸ਼ਨ ਕਰ ਸਹਿਜ ਗੁਰ ਕਾ ਕੀਜੈ ਧਿਆਨ, ਗੁਰ ਕੀ ਸੇਵਾ ਕੀਜੀਏ, ਤਜੀਏ ਕੁਲ ਅਭਿਮਾਨ। ਗੁਰ ਸੋ ਕਛੁ ਨਾ ਦੁਰਾਈਏ, ਗੁਰ ਸੋ ਝੂਠ ਨਾ ਬੋਲ, ਬੁਰੀ ਭਲੀ ਖੋਟੀ ਖਰੀ ਗੁਰ ਆਗੇ ਸਭ ਖੋਲ, ਸਹਿਜੋ ਗੁਰ ਰਕਸ਼ਾ ਕਰੇ, ਮੀਟੈਂ ਸਭ ਦੁੱਖ ਦੁੰਦ, ਮਨ ਕੀ ਜਾਣੇ ਸਭ ਗੁਰ, ਕਹਾਂ ਛਿਪਾਵੇ ਅੰਧ। ਸਹਿਜੋ ਗੁਰ ਕਿਰਪਾ ਕਰੀ, ਕਹਾ ਕਹੂੰ ਮੈਂ ਖੋਲ, ਰੋਮ ਰੋਮ ਫੁੱਲਤ ਭਈ, ਮੁਖੇ ਨਾ ਆਵੇ ਬੋਲ। ਵੱਡੇ ਮਹਾਰਾਜ ਜੀ ਨੇ ਚੋਲਾ ਛੱਡਣ ਤੋਂ 2 ਹਫ਼ਤੇ ਪਹਿਲੋਂ ਸਰਦਾਰ ਬਹਾਦਰ ਜਗਤ ਸਿੰਘ ਜੀ ਨੂੰ ਬੁਲਾਇਆ ਅਤੇ ਫਰਮਾਇਆ ਕਿ ਤੁਸੀਂ ਮੇਰੀ ਥਾਂ ਕੰਮ ਕਰੋਗੇ। ਸਰਦਾਰ ਬਹਾਦਰ ਜੀ ਨੇ ਅਤਿਅੰਤ ਨਿਮਰਤਾ ਪੂਰਵਕ
ਦੋਵੇਂ ਹੱਥ ਜੋੜ ਕੇ ਆਪਣੇ ਪਿਆਰੇ ਸਤਿਗੁਰ ਨੂੰ ਕਿਹਾ, ਇਹ ਸ਼ਹਿਨਸ਼ਾਹ ਦੀ ਗੱਦੀ ਸ਼ਹਿਨਸ਼ਾਹ ਨੂੰ ਹੀ ਸਜਦੀ ਹੈ, ਤੁਸੀਂ ਸਦਾ ਸਲਾਮਤ ਰਹੋ, ਮੈਂ ਤਾਂ ਦਾਸ ਹਾਂ। ਵੱਡੇ ਮਹਾਰਾਜ ਜੀ ਨੇ ਉਹਨਾਂ ਉੱਤੇ ਪ੍ਰੇਮ ਭਰੀ ਦ੍ਰਿਸ਼ਟੀ ਪਾਉਂਦੇ ਹੋਏ ਕਿਹਾ ਕਿ ਇਹ ਹੁਕਮ ਉੱਪਰੋਂ ਆਇਆ ਹੈ। ਸਰਦਾਰ ਬਹਾਦਰ ਦੇ ਨੇਤਰਾਂ ਵਿੱਚੋਂ ਹੰਝੂ ਵਗ ਤੁਰੇ ਅਤੇ ਆਪ ਨੇ ਵੱਡੇ ਮਹਾਰਾਜ ਜੀ ਦੇ ਹੁਕਮ ਅੱਗੇ ਸਿਰ ਝੁਕਾ ਦਿੱਤਾ। ਵੱਡੇ ਮਹਾਰਾਜ ਜੀ 2 ਅਪ੍ਰੈਲ 1948 ਵਾਲੇ ਦਿਨ 45 ਸਾਲ ਤੱਕ ਸੰਗਤ ਦੀ ਸੇਵਾ ਕਰਨ ਤੋਂ ਬਾਅਦ 90 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ। ਸਰਦਾਰ ਬਹਾਦਰ ਜਗਤ ਸਿੰਘ ਜੀ ਵਿੱਚ ਛੋਟੀ ਉਮਰ ਤੋਂ ਹੀ ਅਨੁਪਮ ਇਮਾਨਦਾਰੀ, ਨਿਰਮਲਤਾ ਅਤੇ ਦੀਨਤਾ ਦੇ ਗੁਣ ਭਰਪੂਰ ਸਨ। ਇਹੋ ਕਾਰਨ ਹੈ ਕਿ ਕਾਲਜ ਵਿੱਚ ਉਹਨਾਂ ਦੇ ਮਿੱਤਰ ਉਹਨਾਂ ਨੂੰ ਗੁਰੂ ਜੀ ਕਹਿ ਕੇ ਬੁਲਾਉਂਦੇ ਸਨ। ਸਰਦਾਰ ਬਹਾਦਰ ਜੀ ਨੇ ਲਗਭਗ 20 ਸਾਲ ਤੱਕ ਐਗਰੀਕਲਚਰਲ ਕਾਲਜ ਲਾਇਲਪੁਰ ਵਿਖੇ ਨੌਕਰੀ ਕੀਤੀ ਅਤੇ ਆਪ ਵਾਈਸ ਪ੍ਰਿੰਸੀਪਲ ਦੇ ਰੂਪ ਵਿੱਚ ਰਿਟਾਇਰ ਹੋਏ। ਇਸ ਦੌਰਾਨ ਕੀਤੀ ਗਈ ਉਹਨਾਂ ਦੀ ਭਰਪੂਰ ਸ਼ਲਾਘਾ ਦੇ ਅਨੇਕ ਲਿਖਤੀ ਵੇਰਵੇ ਮੌਜੂਦ ਹਨ। ਐਗਰੀਕਲਚਰਲ ਵਿਭਾਗ ਦੇ ਡਾਇਰੈਕਟਰ ਨੇ ਆਪਣੀ ਰਿਪੋਰਟ ਵਿੱਚ ਲਿਖਿਆ, ਇਹਨਾਂ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਥੋੜ੍ਹੀ ਹੈ। ਕਾਲਜ ਦੇ ਇਸ ਬਜ਼ੁਰਗ ਮਹਾਂਪੁਰਖ ਤੋਂ ਵਿਦਿਆਰਥੀ ਅਤੇ ਉਹਨਾਂ ਦੇ ਸੰਪਰਕ ਵਿੱਚ ਆਉਣ ਵਾਲੇ ਸਭ ਵਿਅਕਤੀ ਬਹੁਤ ਪ੍ਰਭਾਵਿਤ ਹਨ। ਸ਼ਿਸ਼ ਦੇ ਨਾਤੇ ਸਰਦਾਰ ਬਹਾਦਰ ਜੀ ਬਹੁਤ ਪ੍ਰੇਮ ਅਤੇ ਸ਼ਰਧਾ ਨਾਲ ਭਜਨ ਸਿਮਰਨ ਅਤੇ ਸੇਵਾ ਕਰਦੇ ਸਨ। ਸਰਦਾਰ ਬਹਾਦਰ ਸੱਚੇ ਸ਼ਿਸ਼ ਦੀ ਰਹਿਣੀ ਦੀ ਪੂਰਨ ਮਿਸਾਲ ਸਨ। ਜਦੋਂ ਵੀ ਆਪ ਨੂੰ ਵੱਡੇ ਮਹਾਰਾਜ ਜੀ ਕੋਲ ਜਾਣ ਦਾ ਮੌਕਾ ਮਿਲਦਾ, ਆਪ ਇੱਕ ਕੋਨੇ ਵਿੱਚ ਚੁੱਪਚਾਪ ਬੈਠ ਕੇ ਸਤਿਗੁਰੂ ਦੇ ਦਰਸ਼ਨ ਵਿੱਚ ਮਗਨ ਰਹਿੰਦੇ ਸਨ। ਆਪ ਨੇ ਨਾ ਕਦੇ ਉਹਨਾਂ ਤੋਂ ਕੋਈ ਸਵਾਲ ਪੁੱਛਿਆ ਅਤੇ ਨਾ ਹੀ ਕਦੇ ਖੁਦ ਵੱਡੇ ਮਹਾਰਾਜ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਸਰਦਾਰ ਬਹਾਦਰ ਜੀ ਗੁਰੂਗੱਦੀ ਉੱਤੇ ਬਿਰਾਜਮਾਨ ਹੋਏ ਤਾਂ ਆਪ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਆ ਪਈ। ਵੱਡੇ ਮਹਾਰਾਜ ਜੀ ਦਾ ਚੋਲਾ ਤਿਆਗ ਜਾਣ ਕਾਰਨ ਸੰਗਤ ਅਪਾਰ ਦੁੱਖ ਵਿੱਚ ਡੁੱਬੀ ਹੋਈ ਸੀ। ਕਈ ਸਤਸੰਗੀਆਂ ਨੂੰ ਡੇਰੇ ਆਉਣ ਦਾ ਹੌਸਲਾ ਨਹੀਂ ਸੀ ਪੈਂਦਾ। ਸੰਗਤ ਵਿੱਚੋਂ ਕੁਝ ਲੋਕਾਂ ਨੇ ਤਾਂ ਡੇਰੇ ਤੋਂ ਰਿਸ਼ਤਾ ਹੀ ਤੋੜ ਲਿਆ। ਕਈ ਲੋਕਾਂ ਦੇ ਦਿਲਾਂ ਵਿੱਚ ਅਨੇਕ ਭਰਮ ਅਤੇ ਸ਼ੰਕੇ ਭਰ ਗਏ। ਹਜ਼ੂਰ ਮਹਾਰਾਜ ਚਰਨ ਸਿੰਘ ਜੀ ਨੇ ਇਸ ਬਾਰੇ ਆਪਣਾ ਅਨੁਭਵ ਸੁਣਾਇਆ। I remember when he became master, said, you see, it's very difficult for the satsangis to come to the era after the death of the master, because we are so attached to the great master, and this whole place had so much association with the great master, each and every building, every place, I mean, where we used to play with him, or hear a satsang and all that. So to come to the colony without him is something very hard for any disciple, you see. So naturally, I was also feeling very depressed after the death of the great master. And I didn't come to Beas for about 6-7 months. And Sardar Bahadur went to Satsang. And he asked me that you didn't come to Beas. I couldn't say him anything. Not that we didn't respect him, I loved him. And I had tears in my eyes. I said, I can't stand that place of the great master. He said, you are fortunate, you can afford not to come, but I can't escape from that place. I even can't bear it without him, that place. But I can't even leave that place.
Next day, I came along with him to dinner. ਬਹੁਤ ਥੋੜ੍ਹੇ ਸਮੇਂ ਵਿੱਚ ਹੀ ਸਰਦਾਰ ਬਹਾਦਰ ਮਹਾਰਾਜ ਜੀ ਦੀ ਦਇਆ, ਸੇਵਾ ਪ੍ਰਤੀ ਸ਼ਰਧਾ ਦੇ ਭਾਵ ਅਤੇ ਆਪ ਦੇ ਪ੍ਰੇਰਣਾ ਭਰੇ ਸਤਸੰਗ ਕਾਰਨ ਸੰਗਤ ਮੁੜ ਡੇਰੇ ਵੱਲ ਖਿੱਚੀ ਗਈ। Once when I was here at the Dera, Sardar Bahadurji was sitting in his office. In those days, there was a long veranda near the great master's house. And I was standing, not visible to him physically, somewhere near the Nichiko buildings. And I'm feeling very sorry for myself, lonesome. I was not mature enough to accept anyone in his place. And he called Bibi Lajo and he said, go there, you'll find Kamal standing there. And you go and ask how she is, otherwise she'll feel that the great master is not here, no one's looking after her. It was, you know, like a shock, because that was what I was thinking. ਭਾਵੇਂ ਸਰਦਾਰ ਬਹਾਦੁਰ ਜੀ ਦੀ ਸਿਹਤ ਠੀਕ ਨਹੀਂ ਸੀ ਰਹਿੰਦੀ, ਪਰ ਆਪ ਨੇ 3 ਸਾਲ ਤੱਕ ਸਤਿਗੁਰੂ ਦੇ ਰੂਪ ਵਿੱਚ ਕੁੱਲ ਮਾਲਕ ਦੀ ਸੇਵਾ ਲਈ ਅਣਥੱਕ ਮਿਹਨਤ ਕੀਤੀ। 23 ਅਕਤੂਬਰ 1951 ਵਾਲੇ ਦਿਨ 67 ਸਾਲ ਦੀ ਉਮਰ ਵਿੱਚ ਸਰਦਾਰ ਬਹਾਦੁਰ ਜੀ ਨੇ ਦੇਹ ਦਾ ਚੋਲਾ ਤਿਆਗ ਦਿੱਤਾ। ਆਪ ਨੇ ਆਪਣੀ ਵਸੀਅਤ ਦੁਆਰਾ ਮਹਾਰਾਜ ਚਰਨ ਸਿੰਘ ਜੀ ਨੂੰ ਆਪਣੀ ਥਾਂ ਸਤਿਗੁਰੂ ਥਾਪਿਆ। ਮਹਾਰਾਜ ਚਰਨ ਸਿੰਘ ਜੀ ਨੇ 35 ਸਾਲ ਦੀ ਉਮਰ ਵਿੱਚ ਨਿਮਰਤਾਪੂਰਵਕ ਬਿਆਸ ਦੇ ਸੰਤ ਸਤਿਗੁਰੂਆਂ ਦੀ ਪਰੰਪਰਾ ਵਿੱਚ ਅਗਲਾ ਪਰਮਾਰਥੀ ਆਗੂ ਹੋਣ ਦੀ ਜ਼ਿੰਮੇਵਾਰੀ ਪ੍ਰਵਾਨ ਕਰ ਲਈ। ਆਜ ਮੇਰੇ ਸਤਿਗੁਰ ਆਏ, ਰਹਿਸ ਰਹਿਸ ਮੈਂ ਅੰਗਨਾ ਬਹਾਰੂੰ। ਆਪਨੇ ਦਸਤਾਰਬੰਦੀ ਸਮੇਂ ਕਿਹਾ, ਬੇਨਤੀ ਹੈ ਕਿ ਮੈਨੂੰ ਅਜ਼ੀਜ਼ ਸਮਝ ਕੇ, ਛੋਟਾ ਭਰਾ ਸਮਝ ਕੇ ਸੰਗਤ ਅਤੇ ਡੇਰੇ ਦੀ ਸੇਵਾ ਕਰਨ ਵਿੱਚ ਮੇਰੀ ਮਦਦ ਕਰੋ। ਪਾਂਚ ਸਖੀ ਮੇਲ ਮੰਗਲ ਗਾਵੇ। ਆਪਨੇ ਫਰਮਾਇਆ, ਮੈਂ ਆਪਣੇ ਆਪ ਨੂੰ ਇਸ ਕਾਬਲ ਨਹੀਂ ਸਮਝਦਾ ਕਿ ਇੰਨੇ ਉੱਚੇ ਮਹਾਂਪੁਰਖਾਂ ਦੀ ਪਗੜੀ ਆਪਣੇ ਸਿਰ ਉੱਤੇ ਬੰਨ ਸਕਾਂ, ਲੇਕਿਨ ਸੰਗਤ ਦੇ ਹਜ਼ੂਰ ਮਹਾਰਾਜ ਪ੍ਰਤੀ ਪ੍ਰੇਮ ਭਰੋਸੇ ਨੂੰ ਦੇਖਦੇ ਹੋਏ ਮੈਂ ਆਪਣੇ ਆਪ ਨੂੰ ਸੰਗਤ ਦੇ ਹਵਾਲੇ ਕਰ ਦਿੱਤਾ ਹੈ। ਪਰਮ ਪੁਰਸ਼ ਬਾਰ ਪਾਉਂ। ਵਕੀਲ ਦੇ ਨਾਤੇ ਆਪਣੇ ਅਨੁਭਵ ਦੇ ਆਧਾਰ 'ਤੇ ਹਜ਼ੂਰ ਮਹਾਰਾਜ ਚਰਨ ਸਿੰਘ ਜੀ ਨੇ ਇੱਥੇ ਸਭ ਤੋਂ ਵੱਡੀ ਤਬਦੀਲੀ ਇਹ ਕੀਤੀ ਕਿ ਡੇਰੇ ਨੂੰ ਇੱਕ ਚੈਰੀਟੇਬਲ ਟਰੱਸਟ ਸੁਸਾਇਟੀ ਦੇ ਰੂਪ ਵਿੱਚ ਰਜਿਸਟਰ ਕਰਵਾ ਦਿੱਤਾ। ਇਸ ਤੋਂ ਬਾਅਦ ਡੇਰੇ ਦੀ ਸਾਰੀ ਧਨ ਸੰਪੱਤੀ ਇਸ ਟਰੱਸਟ ਦੀ ਮਲਕੀਅਤ ਹੋ ਗਈ। ਮਹਾਰਾਜ ਚਰਨ ਸਿੰਘ ਜੀ ਨੇ, ਜਿਨ੍ਹਾਂ ਨੂੰ ਬਾਅਦ ਵਿੱਚ ਸੰਗਤ ਨੇ ਪਿਆਰ ਨਾਲ ਹਜ਼ੂਰ ਮਹਾਰਾਜ ਜੀ ਕਹਿਣਾ ਸ਼ੁਰੂ ਕਰ ਦਿੱਤਾ ਸੀ, ਪਰਮਾਰਥ ਦੀ ਜੋਤ ਪੂਰੀ ਸ਼ਾਨ ਨਾਲ ਜਗਦੀ ਰੱਖੀ। ਆਪ ਨਿਸ਼ਕਾਮ ਭਾਵ ਨਾਲ ਹਰ ਦਿਨ ਅਤੇ ਹਰ ਸਾਲ ਨਿਰੰਤਰ ਪ੍ਰੇਮ ਅਤੇ ਮੁਕਤੀ ਪ੍ਰਾਪਤੀ ਦਾ ਸੰਦੇਸ਼ ਦਿੰਦੇ ਰਹੇ। ਆਪ ਦੇ ਲੰਮੇ ਦੌਰਿਆਂ, ਗਿਆਨ ਨਾਲ ਭਰਪੂਰ ਸਤਸੰਗਾਂ ਅਤੇ ਖਿੱਚ ਭਰੇ ਵਿਅਕਤਿਤਵ ਕਾਰਨ ਸੰਤ ਮਤ ਦਾ ਉਪਦੇਸ਼ ਲਗਭਗ ਸਾਰੇ ਦੇਸ਼ ਅਤੇ ਸੰਸਾਰ ਵਿੱਚ ਫੈਲ ਗਿਆ। ਭਾਗ ਬੜੇ ਜੋ ਸੰਤ ਪਧਾਰੇ, ਸੰਤ ਪਧਾਰੇ, ਸੰਤ ਪਧਾਰੇ, ਸੰਤ ਪਧਾਰੇ।
संत पधारे पाग बड़े जो संत पधारे कर सिमरन पव सागर तारे कर सिमरन पव सागर तारे संत पधारे पाग बड़े जो संत पधारे एहे संत है परे उपकारी शरण आए वाकुलेत उबारी शरण आए वाकुलेत उबारी संत पधारे संत पधारे संत पधारे पाग बड़े जो संत पधारे कहे कबीर संत भले पधारे जन्म जन्म के कारज सारे जन्म जन्म के कारज सारे संत पधारे पाग बड़े जो संत पधारे पाग बड़े जो संत पधारे हुजूर महाराज दी देख रेख विच अगले 40 साल तक डेरे दा बहुत तेजी नाल विकास होया। इस दा पहलों तो 4 गुना वध विस्तार हो गया। निरंतर वधदी जा रही संगत दी सहूलियत लई सधारण शैडा तो लैके होस्टल रिहायशी मकान शौचालय ते गुसलखाने बनाए गए। सड़कां बनाईयां गईयां अते जल निकास नालियां बिजली अते टेलीफोन आदि दीयां सहूलतां दा प्रबंध कीता गया। ये सब कुछ भविख विच होण वाले विकास दा आधार साबित होए। जदों मैं दोबारा सत्संग पंडाल विच पहुंची तां मैं देखिया कि इत्थे शामियानिया अते तंबुआ दे थां स्टील दा शैड बन चुका है। सानू दस्या गया कि जदों संगत थोड़ी होंदी है तां हाले भी इत्थे ही सत्संग होंदा है। मेरे मन विच हजूर महाराज जी दीयां यादां ताज़ा हो आईयां। सत्संग विच उन्हां दी हजूरी विच बैठन दा आनंद उन्हां दे बचना विच लीन हो जाना उन्हां दा सुंदर मुखड़ा उन्हां दी मुस्कान अते उन्हां दी शांति भरी हजूरी इस सब दी याद मुरताजा हो गई। I said wherever you collect in my name I'll be there. Master is always here at the eye center and every disciple. When you hold your attention here and do simran you are with your master. Meditation is simple. We just attend to it every day. It's not in our hands how to adjust our karmas. It is in His hands. He knows best how to make us go through those karmas. You see, it's a lifelong struggle. We have not only to continue, but we have to continue for whole of our life in meditation. Master is never harsh to the disciple. Mother and father are never harsh to the child. They are always loving. There is love behind that punishment. Nobody can love the child more than father and mother. And those who couldn't come,
They are as dear and near to me as all of you sitting here. And you can give them my regards and love. Everyone is very dear and near to me. If you read the Bible, in the last probably chapter, Christ says, it is expedient for me to leave you now. How can it be expedient for the disciple that his master should leave them, leave the body? He said, no, now you are so much attracted by my physical presence that you are always surrounding me. When you won't find me outside, then you will try to search me within. You will convert all this emotion and love which you have for me to meditation. And I have given you the way, I have given you the truth, which will bring you back to my level within, to my spiritual body within. So this emotion which we have within ourselves, this helps us to grow to his level, to be him, to become him. And ultimately, practice will lead us to the real master within, the radiant form of the master. And that is real love, where there is no separation. ਮੈਂ ਡੇਰੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸੇਠੀ ਸਾਹਿਬ ਨੂੰ ਪੁੱਛਿਆ ਕਿ ਹਜ਼ੂਰ ਦੇ ਚੋਲਾ ਛੱਡਣ ਸਮੇਂ ਡੇਰੇ ਦੀ ਕੀ ਹਾਲਤ ਸੀ। ਕੀ ਤੁਸੀਂ ਕਦੇ ਪਾਣੀ ਤੋਂ ਬਾਹਰ ਤੜਪ ਰਹੀ ਮੱਛੀ ਨੂੰ ਦੇਖਿਆ ਹੈ? ਕੀ ਤੁਸੀਂ ਪ੍ਰੀਤਮ ਦੇ ਵਿਛੋੜੇ ਵਿੱਚ ਤੜਪ ਰਹੇ ਪ੍ਰੇਮੀ ਜਾਂ ਪ੍ਰੇਮਿਕਾ ਦੇ ਦਰਦ ਦੀ ਕਲਪਨਾ ਕਰ ਸਕਦੇ ਹੋ? ਇਹ ਦਰਦ ਆਪਣੇ ਪਿਆਰੇ ਸਤਿਗੁਰ ਦੇ ਦੇਸ ਰੂਪ ਦੇ ਵਿਛੋੜੇ ਦੀ ਪੀੜ ਦੇ ਮੁਕਾਬਲੇ ਵਿੱਚ ਕੁਛ ਵੀ ਨਹੀਂ ਹੈ। ਖਾਸ ਤੌਰ 'ਤੇ ਅਜਿਹੇ ਸਤਿਗੁਰਾਂ ਦੇ ਵਿਛੋੜੇ ਦੀ ਜਿਨ੍ਹਾਂ ਦੀ ਦ੍ਰਿਸ਼ਟੀ 'ਚੋਂ ਸਦਾ ਦਿਆ ਹੀ ਦਿਆ ਵਰਦੀ ਰਹਿੰਦੀ ਸੀ ਅਤੇ ਉਹਨਾਂ ਦੀ ਇੱਕ ਝਲਕ ਅਨੇਕ ਵਿਆਕੁਲ ਅਤੇ ਪਿਆਸੀਆਂ ਅੱਖਾਂ ਅਤੇ ਤੜਪ ਰਹੇ ਹਿਰਦਿਆਂ ਨੂੰ ਸ਼ਾਂਤ ਕਰ ਦਿੰਦੀ ਸੀ। ਮੈਂ 1 June 1990 ਦਾ ਉਹ ਦਿਨ ਕਦੇ ਨਹੀਂ ਭੁੱਲ ਸਕਦਾ ਜਦ ਹਜ਼ੂਰ ਮਹਾਰਾਜ ਜੀ ਅਕਾਲ ਚਲਾਣਾ ਕਰ ਗਏ। ਕਾਸ਼ ਕਿਸੇ ਸ਼ਿਸ਼ ਨੂੰ ਕਦੇ ਆਪਣੇ ਸਤਿਗੁਰੂ ਦਾ ਵਿਛੋੜਾ ਨਾ ਸਹਿਣਾ ਪਵੇ। ਚੋਲਾ ਛੱਡਣ ਤੋਂ 2 ਦਿਨ ਪਹਿਲੋਂ ਹਜ਼ੂਰ ਮਹਾਰਾਜ ਜੀ ਨੇ ਆਪਣੀ ਵਸੀਅਤ ਲਿਖਵਾਈ ਅਤੇ ਬਾਬਾ ਗੁਰਿੰਦਰ ਸਿੰਘ ਜੀ ਨੂੰ ਆਪਣੀ ਥਾਂ ਸਤਿਗੁਰੂ ਥਾਪਿਆ। ਆਪ 35 ਸਾਲ ਦੀ ਉਮਰ ਵਿੱਚ ਨਵੇਂ ਸਤਿਗੁਰੂ ਬਣ ਗਏ। ਆਪ ਕਮਰਸ ਦੇ ਵਿਵਸਾਏ ਨਾਲ ਜੁੜੇ ਹੋਏ ਸਨ। ਸਾਨੂੰ ਦਸਤਾਰਬੰਦੀ ਦੇ ਅਵਸਰ 'ਤੇ ਪਹਿਲੀ ਵਾਰ ਮੌਜੂਦਾ ਸਤਿਗੁਰੂ ਦੇ ਦਰਸ਼ਨ ਹੋਏ। ਉਹ ਸਭ ਨੂੰ ਦਿਲਾਸਾ ਦੇ ਰਹੇ ਸਨ ਅਤੇ ਉਹਨਾਂ ਨੇ ਸਾਡੇ ਸਾਰਿਆਂ ਦੇ ਦੁੱਖ ਦਾ ਭਾਰ ਆਪਣੇ ਮੋਢਿਆਂ 'ਤੇ ਚੁੱਕਿਆ ਹੋਇਆ ਸੀ। ਸਤਿਗੁਰ ਮੇਰੇ ਕੋਈ ਪਲ ਭਰ ਵਿੱਚ ਸਭ ਕੁਛ ਗਵਾ ਲੈਣ ਅਤੇ ਮੁੜ ਸਭ ਕੁਛ ਮਿਲ ਜਾਣ ਦਾ ਭਾਵ ਸ਼ਬਦਾਂ ਵਿੱਚ ਕਿਵੇਂ ਬਿਆਨ ਕਰ ਸਕਦਾ ਹੈ? ਨਵੇਂ ਸਤਿਗੁਰੂ ਨੇ ਸੰਗਤ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ਮੈਂ ਆਪਣੇ ਆਪ ਨੂੰ ਬਖਸ਼ੀ ਗਈ ਸੇਵਾ ਦੇ ਲਾਇਕ ਨਹੀਂ ਸਮਝਦਾ, ਮੈਂ ਤਾਂ ਸੰਗਤ ਦੇ ਚਰਨਾਂ ਦੀ ਧੂੜ ਹਾਂ। ਆਪ ਨੇ ਅਤਿਅੰਤ ਨਿਮਰਤਾ ਦੇ ਭਾਵ ਨਾਲ ਕਿਹਾ ਕਿ ਹਜ਼ੂਰ ਮਹਾਰਾਜ ਜੀ ਦੀ ਦਇਆ ਮਿਹਰ ਤੋਂ ਬਗੈਰ ਮੈਂ ਕੁਝ ਵੀ ਕਰ ਸਕਣ ਦੇ ਕਾਬਲ ਨਹੀਂ।
100 ਸਾਲਾਂ ਤੋਂ ਵੱਧ ਹੋ ਗਏ ਹਨ ਕਿ ਬਿਆਸ ਦੇ ਸੰਤ ਸਤਿਗੁਰੂਆਂ ਨੇ ਡੇਰੇ ਦੇ ਵਿਕਾਸ ਦਾ ਕਾਰਜ ਲਗਾਤਾਰ ਜਾਰੀ ਰੱਖਿਆ ਹੈ। ਪਿਛਲੇ ਕਈ ਸਾਲਾਂ ਵਿੱਚ ਡੇਰੇ ਨੇ ਇੱਕ ਛੋਟੀ ਜਿਹੀ ਬਸਤੀ ਤੋਂ ਇੱਕ ਵੱਡੀ ਬਰਾਦਰੀ ਵਾਲੇ ਨਗਰ ਦਾ ਰੂਪ ਧਾਰ ਲਿਆ ਹੈ। ਤੇਜ਼ ਰਫ਼ਤਾਰ ਨਾਲ ਚੱਲਣ ਵਾਲੀ ਜਿਸ ਜ਼ਿੰਦਗੀ ਦੇ ਅਸੀਂ ਆਦੀ ਹੋ ਚੁੱਕੇ ਹਾਂ, ਡੇਰੇ ਦੀ ਰੋਜ਼ਾਨਾ ਕਾਰਵਾਈ ਉਸ ਤੋਂ ਬਿਲਕੁਲ ਅਲੱਗ ਹੈ। ਇੱਥੇ ਨਾ ਤਾਂ ਧਿਆਨ ਭੰਗ ਕਰਨ ਵਾਲੇ ਬਿਜਲੀ ਦੇ ਤਰ੍ਹਾਂ ਤਰ੍ਹਾਂ ਦੇ ਯੰਤਰ ਹਨ, ਨਾ ਹੀ ਬਾਹਰੋਂ ਕੋਈ ਸੰਦੇਸ਼ ਆਉਂਦੇ ਹਨ, ਅਤੇ ਨਾ ਹੀ ਦਿਨ ਵਿੱਚ ਕਰਨ ਵਾਲੇ ਕੰਮਾਂ ਦੀ ਕੋਈ ਸੂਚੀ ਹੀ ਬਣਾਉਣੀ ਪੈਂਦੀ ਹੈ। ਸਤਿਗੁਰੂ ਅਤੇ ਡੇਰਾ ਮੈਨੂੰ ਜੀਵਨ ਦੇ ਸੁਪਨੇ ਤੋਂ ਜਗਾ ਰਹੇ ਸਨ। ਮੈਨੂੰ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਕਿ ਮੇਰੇ ਜੀਵਨ ਦਾ ਅਸਲ ਮੰਤਵ ਰੂਹਾਨੀ ਮਾਰਗ ਉੱਤੇ ਤਰੱਕੀ ਕਰਨਾ ਹੈ। ਸਾਡੇ ਦਿਨ ਦੀ ਸ਼ੁਰੂਆਤ ਜਲਦੀ ਹੀ ਹੋ ਜਾਂਦੀ ਸੀ। ਮੈਂ ਸਵੇਰੇ 7 ਵਜੇ ਸਤਸੰਗ ਲਈ ਜਾ ਰਹੀ ਸੰਗਤ ਵਿੱਚ ਸ਼ਾਮਲ ਹੋ ਗਈ। ਸਵੇਰੇ ਸੰਗਤ ਨਾਲ ਪੈਦਲ ਚੱਲਦੇ ਹੋਏ ਮੈਨੂੰ ਇੱਥੋਂ ਦੇ ਲੋਕਾਂ ਦੀ ਪਿਆਰੀ ਸਾਦਗੀ ਅਤੇ ਅਟੁੱਟ ਭਰੋਸੇ ਦੀ ਝਲਕ ਦਿਖਾਈ ਦਿੱਤੀ। ਮੈਂ ਇੱਕ ਬਜ਼ੁਰਗ ਨੂੰ ਹੌਲੀ ਹੌਲੀ ਸੰਗਤ ਵਿੱਚ ਅੱਗੇ ਵਧਦੇ ਦੇਖਿਆ। ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਕੱਲੇ ਆਏ ਹੋ ਅਤੇ ਕੀ ਤੁਹਾਨੂੰ ਕਿਸੇ ਸਹਾਇਤਾ ਦੀ ਲੋੜ ਹੈ। ਉਹਨਾਂ ਦਾ ਚਿਹਰਾ ਚਮਕ ਪਿਆ ਅਤੇ ਮੁਸਕਰਾਉਂਦੇ ਹੋਏ ਉਹਨਾਂ ਨੇ ਕਿਹਾ, ਇਕੱਲਾ? ਮੈਂ ਇਕੱਲਾ ਨਹੀਂ ਹਾਂ, ਕੁੱਲ ਮਾਲਿਕ ਸਦਾ ਮੇਰੇ ਨਾਲ ਹੈ। ਉਹ ਰੋਜ਼ ਮੈਨੂੰ ਇੱਥੇ ਲੈ ਆਉਂਦਾ ਹੈ। ਇਹ ਕਹਿ ਕੇ ਉਹ ਮੁਸਕਰਾਉਂਦੇ ਹੋਏ ਅੱਗੇ ਵਧ ਗਿਆ। ਡੇਰੇ ਵਿੱਚ ਰੋਜ਼ ਸਤਸੰਗ ਹੁੰਦਾ ਹੈ। ਪੁਰਾਣੇ ਵਕਤਾਂ ਵਿੱਚ ਪਿਛਲੇ ਸਤਿਗੁਰੂਆਂ ਦੀ ਯਾਦ ਵਿੱਚ ਮਨਾਏ ਜਾਣ ਵਾਲੇ ਭੰਡਾਰਿਆਂ ਸਮੇਂ ਸੰਗਤ ਦੂਰੋਂ ਨੇੜਿਓਂ ਭਾਰੀ ਗਿਣਤੀ ਵਿੱਚ ਡੇਰੇ ਆ ਜਾਂਦੀ ਸੀ। ਹੁਣ ਭੰਡਾਰਿਆਂ ਦੀ ਥਾਂ ਹਰ ਸਾਲ ਨਿਰਧਾਰਿਤ ਪ੍ਰੋਗਰਾਮ ਅਨੁਸਾਰ 19 ਸਤਸੰਗ ਹੁੰਦੇ ਹਨ। ਸਤਸੰਗ ਐਤਵਾਰ ਵਾਲੇ ਦਿਨ ਹੁੰਦੇ ਹਨ ਅਤੇ ਸਤਿਗੁਰੂ ਖੁਦ ਸਤਸੰਗ ਫਰਮਾਉਂਦੇ ਹਨ। ਇਹਨਾਂ ਸਤਸੰਗਾਂ ਦੌਰਾਨ ਡੇਰੇ ਦੀ ਆਬਾਦੀ ਇੱਕਦਮ ਵੱਧ ਕੇ 5 ਲੱਖ ਤੱਕ ਪਹੁੰਚ ਜਾਂਦੀ ਹੈ। ਲੋਕ ਸਾਰੀ ਦੁਨੀਆ ਤੋਂ ਸਤਿਗੁਰੂ ਦੇ ਦਰਸ਼ਨ ਲਈ ਡੇਰੇ ਪਹੁੰਚ ਜਾਂਦੇ ਹਨ ਅਤੇ ਡੇਰੇ ਦੀ ਚਹਿਲ ਪਹਿਲ ਵਿੱਚ ਬਹੁਤ ਵਾਧਾ ਹੋ ਜਾਂਦਾ ਹੈ। ਉਸ ਸਮੇਂ ਸਾਰੇ ਸਤਸੰਗ ਮੰਡ ਪੰਡਾਲ ਦੇ ਵੱਡੇ ਸ਼ੈੱਡ ਵਿੱਚ ਹੁੰਦੇ ਹਨ। ਇਹ ਸ਼ੈੱਡ 34 ਏਕੜ ਰਕਬੇ ਉੱਤੇ ਫੈਲਿਆ ਹੋਇਆ ਹੈ ਅਤੇ ਇਸ ਵਿੱਚ 4 ਲੱਖ ਦੇ ਕਰੀਬ ਲੋਕ ਬੈਠ ਸਕਦੇ ਹਨ। ਇਹਦੀ ਛੱਤ ਸਟੀਲ ਦੇ ਹਲਕੇ ਫਰੇਮ ਨਾਲ ਬਣਾਈ ਗਈ ਹੈ, ਜਿਸ ਦਾ ਢਾਂਚਾ ਏਸ਼ੀਆ ਦੀਆਂ ਸਭ ਤੋਂ ਵੱਡੀਆਂ ਛੱਤਾਂ ਦੇ ਢਾਂਚਿਆਂ ਵਿੱਚੋਂ ਹੈ। ਜਦੋਂ ਸੇਵਾਦਾਰ ਨੇ ਮੈਨੂੰ ਆਪਣੀ ਥਾਂ ਉੱਤੇ ਬਿਠਾ ਦਿੱਤਾ ਤਾਂ ਮੈਨੂੰ ਯਾਦ ਆਇਆ ਕਿ ਮੈਂ ਕਿਤੇ ਪੜ੍ਹਿਆ ਸੀ ਕਿ ਸਭ ਤੋਂ ਪਹਿਲੋ ਸਤਸੰਗ ਨਾਮਘਰ ਵਿੱਚ ਹੋਇਆ ਕਰਦਾ ਸੀ। ਉਸ ਵੇਲੇ ਬਾਬਾ ਜੈਮਲ ਸਿੰਘ ਜੀ ਨੇ ਨਾਮਘਰ ਦੀ ਪਹਿਲੀ ਪੰਕਤੀ ਵਿੱਚ ਬੈਠੇ ਇੱਕ ਸਤਸੰਗੀ ਨੂੰ ਕਿਹਾ ਸੀ, ਇੱਕ ਦਿਨ ਸੰਗਤ ਇੰਨੀ ਵੱਧ ਜਾਵੇਗੀ ਕਿ ਤੁਹਾਨੂੰ ਆਖਰੀ ਕਤਾਰ ਦਿਖਾਈ ਨਹੀਂ ਦੇਵੇਗੀ। ਜਿਸ ਤਰ੍ਹਾਂ ਆਪਨੇ ਭਵਿੱਖਬਾਣੀ ਕੀਤੀ ਸੀ, ਅੱਜ ਇਹ ਵਿਸ਼ਾਲ ਪੰਡਾਲ ਕਤਾਰ ਦਰ ਕਤਾਰ ਬੈਠੇ ਪਿਆਰੇ ਚਿਹਰਿਆਂ ਨਾਲ ਭਰਿਆ ਹੁੰਦਾ ਹੈ। ਸੰਗਤ ਨਜ਼ਰ ਦੀ ਮਾਰ ਤੋਂ ਦੂਰ ਤੱਕ ਫੈਲੀ ਹੁੰਦੀ ਹੈ। ਸੰਗਤ ਦੀ ਆਖਰੀ ਕਤਾਰ ਸਟੇਜ ਤੋਂ 600 ਮੀਟਰ ਦੀ ਦੂਰੀ ਉੱਤੇ ਹੁੰਦੀ ਹੈ, ਜਿੱਥੋਂ ਸਤਿਗੁਰੂ ਸੂਖਮ ਬਿੰਦੂ ਮਾਤਰ ਦਿਖਾਈ ਦਿੰਦੇ ਹਨ। ਇਸ ਦੇ ਬਾਵਜੂਦ ਹਰ ਜੀਵ ਸ਼ੁਕਰ ਕਰਦਾ ਹੈ ਕਿ ਉਸਨੂੰ ਸਤਿਗੁਰ ਦੀ ਹਜ਼ੂਰੀ ਵਿੱਚ ਆਉਣ ਦਾ ਮੌਕਾ ਮਿਲ ਗਿਆ ਹੈ। ਮੁੱਖ ਸਤਸੰਗ ਸ਼ੈੱਡ ਵਿੱਚ ਥਾਂ ਥਾਂ ਵੱਡੀਆਂ ਸਕਰੀਨਾਂ ਲਾਈਆਂ ਗਈਆਂ ਹਨ ਤਾਂ ਜੋ ਸੰਗਤ ਜਿੱਥੇ ਵੀ ਬੈਠੀ ਹੋਵੇ ਉਸਨੂੰ ਉੱਥੋਂ ਸਤਿਗੁਰੂ ਸਪਸ਼ਟ ਨਜ਼ਰ ਆ ਜਾਣ। ਹਫ਼ਤੇ ਦੇ ਅੰਤ ਵਿੱਚ ਹੋਣ ਵਾਲੇ ਪੂਰਵ ਨਿਰਧਾਰਿਤ ਸਤਸੰਗਾਂ ਤੋਂ ਅੱਧਾ ਘੰਟਾ ਪਹਿਲੋਂ
ਸੰਗਤ ਵਿੱਚ ਜਾਗਰਿਤਾ ਲਿਆਉਣ ਲਈ ਕੁਝ ਡਾਕੂਮੈਂਟਰੀ ਫਿਲਮਾਂ ਦਿਖਾਈਆਂ ਜਾਂਦੀਆਂ ਹਨ। ਇਨ੍ਹਾਂ ਫਿਲਮਾਂ 'ਚੋਂ ਸਪਸ਼ਟ ਸੰਦੇਸ਼ ਮਿਲਦਾ ਹੈ ਕਿ ਦਇਆ, ਪ੍ਰੇਮ ਅਤੇ ਸਤਿਕਾਰ ਦਾ ਭਾਵ ਬੁਨਿਆਦੀ ਮਾਨਵੀ ਕਦਰਾਂ ਕੀਮਤਾਂ ਹਨ ਅਤੇ ਇੱਕੋ ਪਿਤਾ ਪਰਮੇਸ਼ਵਰ ਦੀ ਸੰਤਾਨ ਦੇ ਨਾਤੇ ਇੱਕ ਦੂਜੇ ਦੀ ਸਹਾਇਤਾ ਕਰਨਾ ਸਾਡੀ ਜ਼ਿੰਮੇਵਾਰੀ ਹੈ। नन्ही बेटी को जीवन का वर दो, नन्ही बेटी को जीवन का वर दो, जीवन का वर दो। सतगुरु कुछ ही देर विच पधारन वाले सन, ਲੱਖਾਂ ਲੋਕਾਂ ਦੇ ਦਿਲਾਂ ਵਿੱਚ ਸਮਾਈ ਪਿਆਰੇ ਸਤਿਗੁਰੂ ਦੇ ਦਰਸ਼ਨਾਂ ਦੀ ਆਸ ਅਤੇ ਉਤਸੁਕਤਾ ਕਿਵੇਂ ਬਿਆਨ ਕੀਤੀ ਜਾ ਸਕਦੀ ਹੈ। ਅੰਤ ਨੂੰ ਜਦੋਂ ਸਤਿਗੁਰੂ ਮੰਚ 'ਤੇ ਬਿਰਾਜਮਾਨ ਹੋ ਜਾਂਦੇ ਹਨ ਤਾਂ ਉਹ ਪਲ ਦੇਖਿਆ ਹੀ ਬਣਦਾ ਹੈ। ਬਿਨਾਂ ਬੋਲੇ ਹੀ ਸਭ ਕੁਛ ਕਿਹਾ ਸੁਣਿਆ ਜਾਂਦਾ ਹੈ, ਦਿਲ ਦਾ ਦਿਲ ਨਾਲ ਰਿਸ਼ਤਾ ਜੁੜ ਜਾਂਦਾ ਹੈ ਅਤੇ ਸ਼ਬਦਾਂ ਦੀ ਕੋਈ ਲੋੜ ਨਹੀਂ ਰਹਿ ਜਾਂਦੀ। ਜਦੋਂ ਸੰਗਤ ਦੇਹਧਾਰੀ ਸਤਿਗੁਰੂ ਦੇ ਦਰਸ਼ਨ ਕਰਦੀ ਹੈ ਤਾਂ ਉਹਨਾਂ ਨੂੰ ਕੀ ਦਿਖਾਈ ਦਿੰਦਾ ਹੈ? ਹਜ਼ੂਰ ਮਹਾਰਾਜ ਸਾਵਨ ਸਿੰਘ ਜੀ ਨੇ ਇੱਕ ਵਾਰ ਫਰਮਾਇਆ, ਸੱਚਾ ਸਤਿਗੁਰੂ ਪਰਮੇਸ਼ਰ ਦਾ ਪ੍ਰੇਮੀ ਹੁੰਦਾ ਹੈ, ਉਹਦੇ ਅੰਦਰ ਸੱਚੇ ਪ੍ਰੇਮ ਦੀਆਂ ਅਨੰਤ ਤਰੰਗਾਂ ਹੁੰਦੀਆਂ ਹਨ। ਉਸਨੂੰ ਪ੍ਰੇਮ ਕਰਨ ਨਾਲ ਆਪਣੇ ਅੰਦਰ ਪਰਮੇਸ਼ਰ ਦਾ ਪ੍ਰੇਮ ਪੈਦਾ ਕਰਨ ਦਾ ਸਭ ਤੋਂ ਉੱਤਮ ਸਾਧਨ ਪ੍ਰਾਪਤ ਹੋ ਜਾਂਦਾ ਹੈ। ਇਹੋ ਅਸਲ ਦਰਸ਼ਨ ਹਨ। ਜਦ ਸਿਰਫ ਉਹ ਹੁੰਦਾ ਹੈ, ਜਦ ਤੱਕ ਦੋ ਹਨ ਉਹ ਨਹੀਂ, ਜਦੋਂ ਇੱਕ ਹੁੰਦਾ ਹੈ ਤਾਂ ਸਿਰਫ ਉਹੀ ਹੁੰਦਾ ਹੈ। ਹਜ਼ੂਰ ਮਹਾਰਾਜ ਜੀ ਅਕਸਰ ਕਿਹਾ ਕਰਦੇ ਸਨ ਕਿ ਪ੍ਰੇਮੀ ਦੀ ਪ੍ਰੀਤਮ ਨੂੰ ਦੇਖਦੇ ਰਹਿਣ ਦੀ ਬੇਬਸੀ ਦਾ ਨਾਂ ਦਰਸ਼ਨ ਹੈ। ਉਸ ਵੇਲੇ ਉਹਦੇ ਅੰਦਰ ਨਾ ਕੋਈ ਖਿਆਲ ਹੁੰਦਾ ਹੈ, ਨਾ ਕੋਈ ਇੱਛਾ, ਨਾ ਹੀ ਕੋਈ ਆਸ਼ਾ। ਪ੍ਰੇਮੀ ਦਾ ਮਨ ਇਸ ਤਰ੍ਹਾਂ ਦਰਸ਼ਨਾਂ ਵਿੱਚ ਲੀਨ ਹੋ ਜਾਂਦਾ ਹੈ ਕਿ ਉਹਦੇ ਅੰਦਰ ਕੁੱਲ ਮਾਲਿਕ ਨਾਲ ਮਿਲਾਪ ਦੀ ਪ੍ਰਬਲ ਤੜਪ ਜਾਗ ਉੱਠਦੀ ਹੈ। ਆਲੇ ਦੁਆਲੇ ਬੈਠੀ ਸੰਗਤ ਦੇ ਅਨੁਸ਼ਾਸਨ ਅਤੇ ਭਗਤੀ ਭਾਵ ਦਾ ਮੇਰੇ ਉੱਤੇ ਡੂੰਘਾ ਪ੍ਰਭਾਵ ਪਿਆ। ਸੰਗਤ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਸਤਿਗੁਰੂ ਦੇ ਬਚਨ ਸੁਣ ਰਹੀ ਸੀ। ਵਿਦੇਸ਼ਾਂ ਦੀ ਸੰਗਤ ਵੀ ਇਹਨਾਂ ਸਤਸੰਗਾਂ ਤੋਂ ਲਾਭ ਉਠਾ ਸਕਦੀ ਹੈ, ਕਿਉਂਕਿ ਹਿੰਦੀ ਅਤੇ ਪੰਜਾਬੀ ਦੇ ਹਰ ਸਤਸੰਗ ਦਾ ਨਾਲੋਂ ਨਾਲ ਅੰਗਰੇਜ਼ੀ, ਇੰਡੋਨੇਸ਼ੀਅਨ, ਥਾਈ, ਫਰਾਂਸੀਸੀ, ਜਰਮਨ, ਯੂਨਾਨੀ, ਸਪੈਨਿਸ਼, ਬੁਲਗੇਰੀਅਨ ਅਤੇ ਚੈੱਕ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾਂਦਾ ਹੈ। Tan pronto que nos asociemos con la compañía del maestro verdadero.
Et dans les prochaines lignes, Guru Sahib nous dit. Satguru ne डेढ़ घंटे तक बहुत सरल अते स्पष्ट रूप विच संता दे उपदेश उते प्रकाश पाया। आप दा सत्संग बहुत भावपूर्ण सी। आप दा हर शब्द सानू अपने असल उद्देश दी याद करवा रिया सी। निर्धारित सत्संगा समय सतगुरु शनिवार नू सत्संग तो बाद भी संगत नू दर्शना दी दात बख्शते हन। बेनती है बाबा जी कुछ पिंडा बाद दर्शना नहीं आउंगे। 1980 दे दहाके दौरान हजूर महाराज जी सत्संग दे अद्धा घंटा बाद दर्शन देन ले आउंदे सन। आप ते मंच उते विराजमान होंदे सार आप ते प्रेम दी तार विच बह रही संगत हौली हौली अगे वधदी जांदी सी। गर्मी दा मौसम होंदा सी अते पीड़ बहुत ज्यादा होंदी सी। फिर भी असी कुछ अनमोल पलां ले सतगुरु दे नेड़ियो दर्शन करना चाहुंदे सी। असी उन्हां पलां दा आनंद लैण लई ही जी रहे सी। साडे लई होर किसे चीज़ दी कोई अहमियत नहीं सी। हजूर महाराज दे चोला त्याग जाण तों बाद भी कई सालां तक इहो दस्तूर चलदा रहा। उस तों बाद जदों मौजूदा सतगुरु ने देखिया कि संगत दी गिनती विच जबरदस्त वाधा हो गया है तां आप ने पहले वाला प्रबंध बदल दिता। इस तों साफ जाहर सी कि आप अपनी प्यारी संगत नूं दर्शना लई इन्ना कष्ट उठांदे सहन नहीं सी कर सकते। आपने वो कर दिता जो आप हमेशा करदे आए हन। आपने संगत दी कठिनाई दूर कर दिती। हुण बजाए इस दे कि संगत आप कोल जाए आप खुद संगत कोल पहुंच जांदे हन। शनिवार दे सत्संग तो तुरंत बाद सतगुरु खुली कार विच बैठ के हर चेहरे उत्ते दृष्टि पाउंदे होए हर जीव दी प्यास बुझांदे हन। इस प्रेम दे प्रवाह नूं देख के किसे नूं कुछ समझ नहीं लगदी कि प्रेमी कौन है अते प्रीतम कौन है। एक दिन सवेरे सत्संग तो बाद मैनू लोकां दी लंबी कतार दिखाई दित्ती। उन्हां दी गिनती हजारां विच होवेगी। मैनू बाद विच पता लगा कि ये नामदान दे जाचक सन अते इंटरव्यू लई इंतजार कर रहे सन। नामदान निरी रौ रीत जां रसम मात्र नहीं है। नामदान समय शिष्य नूं दुनिया विच रहिंदे होए अते अपनी सारियां दुनियावी जिम्मेवारियां पूरियां करदे होए परमात्मा नाल मिलाप दी युक्ति सिखाई जांदी है। नामदान द्वारा शिष्य दे जीवन विच नवा मोड़ आ जांदा है। नामदान प्राप्त हुंदे ही सतगुरु दी अगवाई विच हर कदम नाल शिष्य दे अंदरले सफर दी सच्ची शुरुआत हो जांदी है। जिस दिन मैनू नामदान मिलिया उस दिन दी याद मेरे हिरदे विच हमेशा बनी रहेगी। मैं हजूर महाराज जी दे सामने खड़ी घबराई हुई सी। मैनू पता सी कि मैं इस अनमोल दात दे काबिल नहीं हाँ
ਮੈਨੂੰ ਇਉਂ ਮਹਿਸੂਸ ਹੋਇਆ ਕਿ ਹਜ਼ੂਰ ਨੇ ਮੇਰੀ ਆਤਮਾ ਦੇ ਅੰਦਰ ਤੱਕ ਜਾਂਦੀ ਪਾ ਲਈ ਹੈ ਅਤੇ ਫਿਰ ਉਹਨਾਂ ਨੇ ਮੈਨੂੰ ਸਵੀਕਾਰ ਕਰ ਲਿਆ। ਇਹ ਮੇਰੇ ਜੀਵਨ ਦਾ ਸਭ ਤੋਂ ਵੱਧ ਖੁਸ਼ੀ ਵਾਲਾ ਪਲ ਸੀ। ਹਫ਼ਤੇ ਦੇ ਅੰਤ ਵਿੱਚ ਹੋਣ ਵਾਲੇ ਸਤਸੰਗਾਂ ਦੇ ਦੌਰਾਨ ਅਸੀਂ ਨੌਜਵਾਨ ਮੁੰਡਿਆਂ ਅਤੇ ਕੁੜੀਆਂ ਦੇ ਸਵਾਲਾਂ ਜਵਾਬਾਂ ਦੇ ਸਮਾਗਮ ਵਿੱਚ ਸ਼ਾਮਲ ਹੋਏ ਜਿਸ ਵਿੱਚ ਸਾਰੀ ਸੰਗਤ ਜਾ ਸਕਦੀ ਹੈ। ਮੈਂ ਉੱਥੇ ਇੰਨੀ ਭਾਰੀ ਗਿਣਤੀ ਵਿੱਚ ਨੌਜਵਾਨ ਮੁੰਡਿਆਂ ਅਤੇ ਕੁੜੀਆਂ ਨੂੰ ਦੇਖ ਕੇ ਹੈਰਾਨ ਰਹਿ ਗਈ। ਕਿੰਨੀ ਖੁਸ਼ਕਿਸਮਤੀ ਦੀ ਗੱਲ ਹੈ ਕਿ ਅੱਜ ਦੀ ਇਸ ਹਫਰਾ ਦਫਰੀ ਨਾਲ ਭਰੀ ਦੁਨੀਆਂ ਵਿੱਚ ਇਹਨਾਂ ਨੂੰ ਦੇਹ ਤਾਰੀ ਸਤਿਗੁਰੂ ਦੀ ਅਗਵਾਈ ਅਤੇ ਸਹਾਰਾ ਮਿਲਿਆ ਹੋਇਆ ਹੈ। ਸ਼ੁਰੂ ਦੇ 20 ਮਿੰਟਾਂ ਵਿੱਚ ਕੁਝ ਮੁੰਡਿਆਂ ਅਤੇ ਕੁੜੀਆਂ ਨੂੰ ਸਤਿਗੁਰੂ ਦੀ ਹਜ਼ੂਰੀ ਵਿੱਚ ਸ਼ਬਦ ਗਾਉਣ ਦਾ ਮੌਕਾ ਦਿੱਤਾ ਗਿਆ। ਇਸ ਤੋਂ ਬਾਅਦ ਉਹਨਾਂ ਨੂੰ ਸਤਿਗੁਰੂ ਤੋਂ ਪ੍ਰਸ਼ਨ ਪੁੱਛਣ ਦਾ ਮੌਕਾ ਦਿੱਤਾ ਗਿਆ। ਕੁਝ ਸਵਾਲ ਅਤੇ ਉਹਨਾਂ ਦੇ ਜਵਾਬ ਦਿਲ ਨੂੰ ਛੂਹ ਲੈਣ ਵਾਲੇ ਸਨ। ਕੁਝ ਹਾਸੇ ਠੱਠੇ ਨਾਲ ਭਰਪੂਰ ਸਨ। ਸਤਿਗੁਰੂ ਅਤੇ ਨੌਜਵਾਨ ਪੀੜ੍ਹੀ ਵਿਚਕਾਰ ਵਹਿਰੀ ਪ੍ਰੇਮ ਅਤੇ ਹਾਸੇ ਦੀ ਤਾਰਾ ਨੇ ਉਹਨਾਂ ਵਿੱਚ ਇੱਕਦਮ ਇੱਕ ਰਿਸ਼ਤਾ ਕਾਇਮ ਕਰ ਦਿੱਤਾ। ਸਾਰੀ ਸੰਗਤ ਖੁਸ਼ੀ ਨਾਲ ਝੂਮ ਰਹੀ ਸੀ। ਆਪਾਂ ਜਿੱਦਾਂ ਸੇਵਾ ਕਰਦੇ ਹਾਂ ਅਤੇ ਤੁਸੀਂ ਕਹਿੰਦੇ ਨਿਸ਼ਕਾਮ ਹੋ ਕੇ ਕਰਨੀ ਚਾਹੀਦੀ ਆ, ਕੋਈ ਫਲ ਦੀ ਉਮੀਦ ਨਹੀਂ ਰੱਖਣੀ ਚਾਹੀਦੀ ਆ, ਬਟ ਬਾਬਾ ਜੀ ਥੋੜ੍ਹੇ ਬਹੁਤੇ ਤਾਂ ਡਿਜ਼ਾਇਰ ਹੁੰਦੇ ਹੀ ਆ ਬੰਦੇ ਦੇ, ਸਾਰਿਆਂ ਦੇ ਹੁੰਦੇ? ਮੈਨੂੰ ਇਸ ਤੋਂ ਪਹਿਲਾਂ ਅਜਿਹੇ ਅਨੁਭਵ ਦਾ ਮੌਕਾ ਕਦੀ ਨਹੀਂ ਸੀ ਮਿਲਿਆ। ਇੰਨੀ ਵੱਧ ਸੰਗਤ ਹੋਣ ਦੇ ਬਾਵਜੂਦ ਇਸ ਨੌਜਵਾਨ ਪੀੜ੍ਹੀ ਨੂੰ ਵਕਤ ਦੇ ਸਤਿਗੁਰੂ ਨਾਲ ਆਹਮਣੇ ਸਾਹਮਣੇ ਗੱਲਬਾਤ ਦਾ ਅਨਮੋਲ ਅਵਸਰ ਮਿਲ ਰਿਹਾ ਸੀ। ਆਪਣੇ ਤੋਂ ਪਹਿਲਾਂ ਹੋਏ ਸਤਿਗੁਰੂਆਂ ਵਾਂਗ ਮੌਜੂਦਾ ਸਤਿਗੁਰੂ ਵੀ ਆਪਣੇ ਆਪ ਨੂੰ ਵਕਤ ਦੀਆਂ ਲੋੜਾਂ ਅਨੁਸਾਰ ਢਾਲ ਰਹੇ ਹਨ। ਆਪ ਨਵੀਂ ਪੀੜ੍ਹੀ ਦੀ ਸੰਗਤ ਤੱਕ ਪਹੁੰਚ ਕੇ ਉਸ ਦੀ ਸੰਭਾਲ ਕਰ ਰਹੇ ਹਨ। ਮੌਜੂਦਾ ਸਤਿਗੁਰੂ ਦੀ ਸੰਗਤ ਵਿੱਚ ਆ ਕੇ ਅਤੇ ਉਹਨਾਂ ਦੀ ਨਿਮਰਤਾ ਦੇਖ ਕੇ ਮੈਨੂੰ ਹਜ਼ੂਰ ਮਹਾਰਾਜ ਜੀ ਦੀ ਯਾਦ ਆ ਗਈ। ਇੱਕ ਵਾਰ ਪਹਿਲੀ ਵਾਰ ਡੇਰੇ ਆਏ ਕਿਸੇ ਜਗਿਆਸੂ ਨੇ ਹਜ਼ੂਰ ਮਹਾਰਾਜ ਜੀ ਨੂੰ ਪੁੱਛਿਆ, ਅਸੀਂ ਜਦੋਂ ਵੀ ਕਿਸੇ ਸਾਧੂ ਜਾਂ ਧਾਰਮਿਕ ਆਗੂ ਕੋਲ ਜਾਂਦੇ ਹਾਂ ਉਹ ਸਾਡੇ ਤੋਂ ਆਸ ਰੱਖਦੇ ਹਨ ਕਿ ਅਸੀਂ ਉਹਨਾਂ ਨੂੰ ਮੱਥਾ ਟੇਕੀਏ। ਸਿਰਫ ਇਹੋ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਮੈਂ ਦੇਖਿਆ ਹੈ ਕਿ ਪਹਿਲਾਂ ਸਤਿਗੁਰੂ ਸ਼ਿਸ਼ਨ ਨੂੰ ਮੱਥਾ ਟੇਕਦੇ ਹਨ। ਇਸ ਦਾ ਕੀ ਕਾਰਨ ਹੈ? ਹਜ਼ੂਰ ਮਹਾਰਾਜ ਨੇ ਜਵਾਬ ਦਿੱਤਾ, ਮੈਂ ਕੁੱਲ ਮਾਲਕ ਦਾ ਦਾਸ ਹਾਂ ਅਤੇ ਹਰ ਇੱਕ ਦੇ ਅੰਦਰ ਕੁੱਲ ਮਾਲਕ ਦਾ ਨਿਵਾਸ ਹੈ।
निर्धारित सत्संगा दे दौरान हफ्ते दे किसे दिन दोपहर तो बाद पंडाल दे एक हिस्से नू छोटे जिहे सिनेमा घर दा रूप दे दिता गया। उत्थे हजूर महाराज जी दे सवालां जवाबां उत्ते आधारित वीडियो देखन गए। जिन्हां नू अंग्रेजी समझ नहीं सी आ रही वह भी बड़े ध्यान नाल वीडियो देख रहे सन। मैनू पता सी कि मेरे वांग इन्हां विचों भी कई लोग अपने प्यारे सतगुरु दियां यादां ताज़ा कर रहे सन। Brother, I have said so many times, I don't know whom you are thanking, because the institution belongs to every satsangi, every seeker. So we all one big family, and you can thank each one of you. See, just one another, that's all. I'm nothing to be particularly thanked for. It belongs to every satsangi. They are the host and they are the guest. जिन्हां सच्चे जिज्ञासुआं नूं रूहानी मार्गदर्शन की जरूरत हुंदी है अपने रुझेवें परे कार्यक्रम के बावजूद सतगुरु उन्हां नूं मुलाकात लई वक्त देंदे हन। जो लोग सतगुरु नाल निजी मुलाकात लई बेनती करते हैं पब्लिक रिलेशन ऑफिस वाले पहलों उन्हां नाल गलबात करते हैं ता जो ये पता लग जाए कि उन्हां दे सवाल वाजब अते परमार्थ संबंधी हैं। विदेशी संगत अक्सर शाम वेले एक ऑडिटोरियम विच इकट्ठी हो जाती है जिथे पहलों थोड़ी देर लई सत्संग हुंदा है अते बाद विच सतगुरु प्रश्नां दे उत्तर देंदे हन। ये सारी कार्रवाई अंग्रेजी विच हुंदी है पर इस दे नालो नाल वख-वख भाषावां विच अनुवाद भी कीता जांदा है। हफ्ते दे अंत विच असी विदेशी भारतीयां दे सवालां जवाबां दे समागम विच शामिल होए। इस सचमुच कदे ना भुलन वाला मौका सी। सतगुरु ने हर व्यक्ति अते उसके सवाल वल पूरा ध्यान दिता। सतगुरु दे जवाब आशावादी अते विश्वास भरपूर सन। मेरा हिरदा शुकराने नाल भरपूर सी अते मैं मन विच ए लफज दोहरा रही सी, शुकर है तेरा, शुकर है तेरा, शुकर है तेरा। तेरी मेहरदान एक दरिया वगदा जेदा नहीं कंडा आर पार कोई ना दिल तक दा ओनू हैरान होया जी बा सकदी शुक्र गुजार कोई ना तेरी मेहरदान एक दरिया वगदा जेदा नहीं कंडा आर पार कोई ना। डेरे दा हर पहलू सत्संगी ले आदर्श रहने दी मिसाल पेश करदा है। डेरा सिर्फ एक जगह ही नहीं एक जीवन दा एक खास अनुभव है, संतुलित जीवन जीवन ले रूप रेखा है। असी डेरे दे पुराने इतिहासिक इलाके नू देखन गए जिस नू सुरक्षित रखिया गया है अते नवी चमक दमक प्रदान कर दित्ती गई है। जिथों डेरे दी शुरुआत हुई सी उथे वापस आके हजूर महाराज जी नाल बिताए अनेक अनमोल पलां दी याद ताजा हो गई। उन्हां दिनां विच डेरा सिर्फ कुछ एक इमारतां दा समूह सी। वड्डे महाराज जी दी कोठी तों बाहर थोड़ी दूर ते एक गेट हुंदा सी अते सारा डेरा इसी गेट दे अंदर हुंदा सी।
ਮੈਨੂੰ ਯਾਦ ਹੈ ਕਿ ਉਹਨਾਂ ਦਿਨਾਂ ਵਿੱਚ ਇਹ ਸੜਕ ਪੱਕੀ ਨਹੀਂ, ਸਿਰਫ ਕੇਰੀ ਵਿਛੀ ਹੁੰਦੀ ਸੀ। ਉਹਨਾਂ ਦਿਨਾਂ ਵਿੱਚ ਮਹਾਰਾਜ ਜੀ ਸਤਸੰਗ ਲਈ ਸਾਰਾ ਰਸਤਾ ਪੈਦਲ ਜਾਂਦੇ ਸਨ ਅਤੇ ਅਸੀਂ ਬੱਚੇ ਮਹਾਰਾਜ ਜੀ ਦੀ ਕੋਠੀ ਦੇ ਬਾਹਰ ਉਹਨਾਂ ਦੇ ਦਰਸ਼ਨ ਕਰਨ ਲਈ ਪਹਿਲਾਂ ਤੋਂ ਹੀ ਖੜ੍ਹੇ ਹੋ ਜਾਂਦੇ ਸੀ। ਜਦੋਂ ਮਹਾਰਾਜ ਜੀ ਆਪਣੇ ਨਾਲ ਜਾ ਰਹੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਅੱਗੇ ਨਿਕਲ ਜਾਂਦੇ ਤਾਂ ਅਸੀਂ ਦੌੜ ਕੇ ਹੋਰ ਅੱਗੇ ਚਲੇ ਜਾਂਦੇ ਅਤੇ ਉਹਨਾਂ ਦਾ ਦੁਬਾਰਾ ਦਰਸ਼ਨ ਕਰਨ ਲਈ ਸਤਸੰਗ ਕਰਦੇ ਨੇੜੇ ਜਾਂ ਕਿਸੇ ਹੋਰ ਥਾਂ ਜਾ ਖੜ੍ਹੇ ਹੁੰਦੇ। ਅਤੇ ਇੱਥੋਂ ਬਾਹਰ ਸੱਜੇ ਪਾਸੇ ਜਿੱਥੇ ਪੁਰਾਣੀ ਲਾਇਬ੍ਰੇਰੀ ਹੁੰਦੀ ਸੀ, ਇੱਕ ਛੋਟੀ ਜਿਹੀ ਖੁੱਲ੍ਹੀ ਥਾਂ ਸੀ। ਮੈਨੂੰ ਯਾਦ ਹੈ ਕਿ ਮੈਂ ਛੋਟੇ ਹੁੰਦਿਆਂ ਉਸ ਥਾਂ ਬੈਠ ਕੇ ਹਜ਼ੂਰ ਮਹਾਰਾਜ ਦਾ ਸਤਸੰਗ ਸੁਣਿਆ ਕਰਦਾ ਸੀ। ਤੁਸੀਂ ਖੁਦ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਉਹਨਾਂ ਦਿਨਾਂ ਵਿੱਚ ਸੰਗਤ ਵਿੱਚ ਸਿਰਫ 150 ਜਾਂ 200 ਲੋਕ ਹੁੰਦੇ ਸਨ ਅਤੇ ਹਜ਼ੂਰ ਮਹਾਰਾਜ ਜੀ ਉਸ ਛੋਟੀ ਜਿਹੀ ਥਾਂ ਉੱਤੇ ਸਤਸੰਗ ਫਰਮਾਇਆ ਕਰਦੇ ਸਨ। ਅਤੇ ਜਦੋਂ ਸੰਗਤ ਦੀ ਗਿਣਤੀ ਵੱਧ ਜਾਂਦੀ ਸੀ ਤਾਂ ਸਤਸੰਗ ਵੱਡੇ ਸਤਸੰਗ ਘਰ ਵਿੱਚ ਹੁੰਦਾ ਸੀ। ਮੈਂ ਪਿਛਲੇ 5 ਦਹਾਕਿਆਂ ਵਿੱਚ ਡੇਰੇ ਦਾ ਵਿਕਾਸ ਹੁੰਦਾ ਦੇਖਿਆ ਹੈ, ਪਰ ਅੱਜ ਵੀ ਇੱਥੇ ਪ੍ਰੇਮ, ਪਿਆਰ, ਨਿੱਘ ਅਤੇ ਅਪਣੱਤ ਦਾ ਉਹੀ ਭਾਵ ਦਿਖਾਈ ਦਿੰਦਾ ਹੈ ਜੋ ਮੈਨੂੰ ਪਹਿਲੀ ਵਾਰ ਡੇਰੇ ਆਉਣ 'ਤੇ ਮਹਿਸੂਸ ਹੋਇਆ ਸੀ। ਜਦੋਂ ਇੱਥੇ ਸਿਰਫ ਥੋੜ੍ਹੀਆਂ ਜਿਹੀਆਂ ਇਮਾਰਤਾਂ ਹੀ ਹੁੰਦੀਆਂ ਸਨ, ਨਿਸ਼ਚੈ ਹੀ ਇਹ ਸੰਤ ਸਤਿਗੁਰੂਆਂ ਦੀ ਨਿਰੰਤਰ ਬਰਸ ਰਹੀ ਦਇਆ ਮਿਹਰ ਦਾ ਫਲ ਹੈ। ਅਸੀਂ ਡੇਰੇ ਵਿੱਚ ਅਨੇਕ ਪ੍ਰਕਾਰ ਦੀਆਂ ਸਹੂਲਤਾਂ ਦੇਖਣ ਲਈ ਗਏ। ਸਭ ਤੋਂ ਪਹਿਲਾਂ ਲੰਗਰ ਵਿੱਚ ਗਏ ਜਿੱਥੇ ਸੰਗਤ ਨੂੰ ਮੁਫਤ ਭੋਜਨ ਵਰਤਾਇਆ ਜਾਂਦਾ ਹੈ। ਬਾਬਾ ਜੈਮਲ ਸਿੰਘ ਜੀ ਮਹਾਰਾਜ ਕਿਹਾ ਕਰਦੇ ਸਨ, ਮਹਾਤਮਾ ਜਿੱਥੇ ਵੀ ਆਪਣੇ ਰਹਿਣ ਲਈ ਟਿਕਾਣਾ ਬਣਾਉਂਦੇ ਹਨ ਉਹਨਾਂ ਨੂੰ ਉੱਥੇ ਸੰਗਤ ਲਈ ਲੰਗਰ ਵੀ ਚਲਾਉਣਾ ਪੈਂਦਾ ਹੈ, ਕਿਉਂਕਿ ਭੋਜਨ ਤੋਂ ਬਗੈਰ ਲੋਕਾਂ ਦਾ ਗੁਜ਼ਾਰਾ ਨਹੀਂ ਹੋ ਸਕਦਾ। 1950 ਦੇ ਦਹਾਕੇ ਵਿੱਚ ਜਦੋਂ ਹਜ਼ੂਰ ਮਹਾਰਾਜ ਜੀ ਗੁਰੂ ਗੱਦੀ ਉੱਤੇ ਵਿਰਾਜਮਾਨ ਹੋਏ ਤਾਂ ਲੰਗਰ ਵਿੱਚ ਇੱਕ ਬੈਠਕ ਵਿੱਚ 3 ਤੋਂ 4 ਹਜ਼ਾਰ ਲੋਕ ਖਾਣਾ ਖਾ ਸਕਦੇ ਸਨ, ਪਰ ਸੰਗਤ ਇੰਨੀ ਤੇਜ਼ੀ ਨਾਲ ਵੱਧ ਰਹੀ ਸੀ ਕਿ ਕਈ ਵਾਰ ਲੋਕਾਂ ਨੂੰ ਰਾਤ ਦੇ ਭੋਜਨ ਲਈ ਅਗਲੇ ਦਿਨ ਦੀ ਸਵੇਰ ਤੱਕ ਇੰਤਜ਼ਾਰ ਕਰਨੀ ਪੈਂਦੀ ਸੀ। ਇਸ ਲਈ ਹਜ਼ੂਰ ਮਹਾਰਾਜ ਜੀ ਨੇ ਲੰਗਰ ਦੇ ਵਿਕਾਸ ਲਈ ਸਲਾਹ ਮਸ਼ਵਰਾ ਕਰਨ ਲਈ ਕਮੇਟੀ ਦੀ ਮੀਟਿੰਗ ਬੁਲਾਈ। ਆਪ ਚਾਹੁੰਦੇ ਸਨ ਕਿ ਇੱਕ ਬੈਠਕ ਵਿੱਚ ਘੱਟੋ ਘੱਟ 20,000 ਲੋਕ ਖਾਣਾ ਖਾ ਸਕਣ ਤਾਂ ਜੋ 2 ਜਾਂ 3 ਬੈਠਕਾਂ ਵਿੱਚ ਸਭ ਨੂੰ ਖਾਣਾ ਖਿਲਾਇਆ ਜਾ ਸਕੇ। ਹਜ਼ੂਰ ਦੀ ਰਾਏ ਸੀ ਕਿ ਇਹਦੇ ਲਈ ਜਿੰਨੀ ਥਾਂ ਦੀ ਲੋੜ ਹੈ ਉਹਦੇ ਲਈ ਡੂੰਘੀਆਂ ਖੱਡਾਂ ਨੂੰ ਭਰ ਲਿਆ ਜਾਵੇ ਤਾਂ ਜੋ ਇਸ ਤਰ੍ਹਾਂ ਪ੍ਰਾਪਤ ਹੋਈ ਜ਼ਮੀਨ ਦਾ ਬਹੁਤਾ ਸਾਰਾ ਹਿੱਸਾ ਲੰਗਰ ਲਈ ਵਰਤਿਆ ਜਾ ਸਕੇ। ਇਹ ਸੁਣ ਕੇ ਕਮੇਟੀ ਨੇ ਇਹ ਸੁਝਾਅ ਇਸ ਲਈ ਮਨਜ਼ੂਰ ਨਾ ਕੀਤਾ ਕਿ ਇੰਨੇ ਵੱਡੇ ਕਾਰਜ ਨੂੰ ਪੂਰਾ ਕਰਨ ਲਈ 10-12 ਸਾਲ ਲੱਗ ਜਾਣਗੇ। ਪਰ ਹਜ਼ੂਰ ਮਹਾਰਾਜ ਜੀ ਨੂੰ ਇਸ ਬਾਰੇ ਫਿਕਰ ਨਹੀਂ ਸੀ ਕਿ ਇਸ ਕਾਰਜ ਨੂੰ ਪੂਰਾ ਕਰਨ ਲਈ ਕਿੰਨਾ ਵਕਤ ਲੱਗ ਜਾਵੇਗਾ। ਆਪ ਨੂੰ ਤਾਂ ਸਿਰਫ ਸੰਗਤ ਦੀ ਸਹੂਲਤ ਬਾਰੇ ਚਿੰਤਾ ਸੀ। ਇਸ ਲਈ ਹਜ਼ੂਰ ਨੇ ਟੋਕਰੀਆਂ ਵਿੱਚ ਮਿੱਟੀ ਭਰ ਕੇ ਖੱਡਾਂ ਖਾਈਆਂ ਨੂੰ ਭਰ ਕੇ ਪੱਧਰਾ ਕਰਨ ਦੀ ਸੇਵਾ ਬਾਰੇ ਐਲਾਨ ਕਰ ਦਿੱਤਾ। ਇਸ ਨੂੰ ਮਿੱਟੀ ਦੀ ਸੇਵਾ ਕਿਹਾ ਜਾਣਾ ਸ਼ੁਰੂ ਹੋ ਗਿਆ। ਪਹਿਲੇ ਕੁਝ ਦਿਨਾਂ ਵਿੱਚ ਇਹ ਸੇਵਾ ਇੰਨੀ ਮੱਧਮ ਰਫ਼ਤਾਰ ਨਾਲ ਚੱਲ ਰਹੀ ਸੀ ਕਿ ਇਉਂ ਲੱਗਦਾ ਸੀ ਕਿ ਇਸ ਕਾਰਜ ਨੂੰ ਪੂਰਾ ਕਰਨ ਲਈ 10 ਸਾਲ ਵੀ ਘੱਟ ਪੈ ਜਾਣਗੇ। ਪਰ ਹਜ਼ੂਰ ਮਹਾਰਾਜ ਜੀ ਨੇ ਨੇਮ ਪੂਰਵਕ ਸੇਵਾ ਵਾਲੀ ਥਾਂ ਉੱਤੇ ਆਉਣਾ ਸ਼ੁਰੂ ਕਰ ਦਿੱਤਾ ਅਤੇ ਆਪ ਦੀ ਮੌਜੂਦਗੀ ਤੋਂ ਸੰਗਤ ਨੂੰ ਭਾਰੀ ਪ੍ਰੇਰਣਾ ਮਿਲੀ। ਇਸ ਨਾਲ ਵੱਧ ਤੋਂ ਵੱਧ ਸੇਵਾਦਾਰ ਉਤਸ਼ਾਹਪੂਰਵਕ ਸੇਵਾ ਲਈ ਆਉਣੇ ਸ਼ੁਰੂ ਹੋ ਗਏ। ਕਈ ਵਾਰ ਤਾਂ 10,000 ਦੇ ਲਗਭਗ ਸੇਵਾਦਾਰ ਮਿੱਟੀ ਦੀ ਸੇਵਾ ਲਈ ਆ ਜਾਂਦੇ ਸਨ। ਕਹਾਵਤ ਹੈ, ਪ੍ਰੇਮ ਪਰਬਤ ਵੀ ਹਿਲਾ ਸਕਦਾ ਹੈ, ਅਤੇ ਮਿੱਟੀ ਦੀ ਸੇਵਾ ਸਮੇਂ ਐਸੇ ਤਰ੍ਹਾਂ ਹੀ ਹੋਇਆ। ਇਸ ਪ੍ਰੇਮ ਨੇ ਹੌਲੀ ਹੌਲੀ ਟੋਕਰੀ ਟੋਕਰੀ ਨਾਲ ਉੱਚੇ ਟਿੱਲੇ ਪੱਧਰੇ ਕਰਕੇ ਖੱਡਾਂ ਖਾਈਆਂ ਭਰ ਦਿੱਤੀਆਂ ਅਤੇ 2 ਸਾਲਾਂ ਤੋਂ ਘੱਟ ਸਮੇਂ ਵਿੱਚ ਲੰਗਰ ਲਈ ਮੈਦਾਨ ਤਿਆਰ ਕਰ ਦਿੱਤਾ। ਇੱਕ ਵਾਰ ਮਿੱਟੀ ਦੀ ਸੇਵਾ ਦੌਰਾਨ ਹਜ਼ੂਰ ਮਹਾਰਾਜ ਜੀ ਕੋਲ ਬੈਠੇ ਇੱਕ ਸ਼ਿਸ਼ ਨੇ ਕਿਹਾ ਕਿ ਕੁਝ ਲੋਕ ਤਾਂ ਟੋਕਰੀਆਂ ਨੱਕੋ ਨੱਕ ਭਰ ਕੇ ਲਿਆ ਰਹੇ ਹਨ ਅਤੇ ਕਈ ਅਜਿਹੇ ਵੀ ਹਨ ਜਿਨ੍ਹਾਂ ਦੀ ਟੋਕਰੀ ਵਿੱਚ ਮੁਸ਼ਕਲ ਨਾਲ ਮਿੱਟੀ ਦੀਆਂ 2 ਮੁੱਠਾਂ ਹੀ ਹੁੰਦੀਆਂ ਹਨ। ਉਹਨੇ ਕਿਹਾ, ਜਦ ਉਹ ਇੰਨੀ ਥੋੜ੍ਹੀ ਮਿੱਟੀ ਲਿਆ ਰਹੇ ਹਨ ਤਾਂ ਅਜਿਹੀ ਸੇਵਾ ਦਾ ਕੀ ਫਾਇਦਾ ਹੈ? ਹਜ਼ੂਰ ਨੇ ਜਵਾਬ ਦਿੱਤਾ,
इस सेवा विच असल महत्व उस प्रेम अते भगती दी भावना दा है जिस नाल कोई सेवा करदा है, ना कि इस गल दा कि कोई किन्नी थोड़ी या बहुती मिट्टी लियांदा है। संगत ने एक साल विच अपने हत्थी लगभग 40 तो 50 लाख क्यूबिक फुट मिट्टी एक थां तो चुक के दूजी थां पा के धरती पदरी कर दिती, जिस नाल सिर्फ लंगर ले ही नहीं बल्कि सत्संग दे पंडाल अते दूसरे इमारतां लई भी खुली थां मिल गई। सतगुरु चाहुंदे ता इस कारज की पूर्ति लई वड्डियां वड्डियां मशीनां दी वरतों कर सकते सन, पर उह सानू सेवा दा मौका बख्शना चाहुंदे सन। सब ने मिलजुल के इस सेवा कीती, असी सब एक परिवार वांग एक जुट होके सतगुरु की सेवा करदे सी। सचमुच ये एक अनोखा एहसास सी। अज मैं अपने अखां नाल देख रही हाँ कि हजूर महाराज जी की दया मेहर नाल किन्ना विकास हो चुका है। आपने प्रेम भाव नाल सेवा करन दी जिहड़ी प्रेरणा सानू दित्ती, ये उसे दा नतीजा है। इस धरती ते मनो असी अपना दिल छड़ आए सी, अते मैं सतगुरां दी शुकर गुजार हाँ कि उन्हां ने मैनू इस सेवा दा मौका दित्ता। एक बजुर्ग सत्संगी ने मिट्टी दी सेवा दी साडे भजन सिमरन नाल तुलना करदे होए कहा, जिस तरह मिट्टी नाल भरियां होईयां अनगिनत टोकरियां नाल एक दिन डूंगी खाई भर जांदी है, उसी तरह भजन सिमरन विच लाए हर पल नाल साडे अंदर कुल मालिक दा प्रेम वधदा जांदा है, अते एक दिन साडे हिरदे दी बंजर धरती एक सुंदर बगीचे दा रूप तार लैंदी है अते परमात्मा दे निवास दे काबिल बन जांदी है। वक्त दे नाल वध रही संगत नूं भोजन खुआन लई लंगर दा लगातार विस्तार हुंदा रहा है। अज लंगर 48 एकड़ रकबे उत्ते फैलिया होया है, जिस विच भोजन तैयार करन वाले शैड, दफ्तर, अनाज दे गोदाम अते भोजन करन वाली थां शामिल है। लंगर विच सारा साल हर रोज मुफ्त भोजन वरताया जाता है। लंगर दिन रात चलता रहता है, विचकार बहुत थोड़ी देर लई बंद हुंदा है। आज लंगर विच लगभग 50,000 लोग इकट्ठे बैठ के भोजन कर सकते हैं अते एक वक्त विच 3,00,000 लोग भोजन कर सकते हैं। इसका यह मतलब होया कि लंगर विच दोपहर अते शाम वेले 5,00,000 लोगों नू भोजन करवा सकन दी समर्था है, जो एक छोटे शहर की आबादी के बराबर है। लंगर दे भोजन दा आनंद माणदे होए मैनू अपने पुराने दिन याद आ गए, जदों मैं इत्थे आउंदी हुंदी सी। लंगर दा अनुभव अजब है। इत्थों चले जाण तों बहुत देर बाद भी उसदी याद कायम रहिंदी है। वड्डे महाराज जी सेवादारां नूं कहा करदे सन कि संगत नूं खुले दिल नाल प्रेम पूर्वक भोजन बरताया करो, क्योंकि बाबा जैमल सिंह जी का भंडार अखुट है। आज भी एहो नेम कायम है। सेवादारा ने साड़िया खाली थालिया विच दाल, सब्जी, रोटी अते चौल परोस दिते। असी जिन्नी बार चाहिए खाना ले सकते सी। सिर्फ इन्नी बेनती कीती जांदी सी कि भोजन जाया नहीं जाना चाहिदा। ज्यों ही लोग खाना खा के उठते
ਅਤੇ ਆਪਣੀਆਂ ਥਾਲੀਆਂ ਸਾਫ਼ ਕਰਦੇ। ਜਿਹੜੀ ਥਾਂ ਖਾਲੀ ਹੁੰਦੀ ਜਾਂਦੀ, ਨਾਲੋ ਨਾਲ ਹੋਰ ਸੰਗਤ ਨਾਲ ਭਰਦੀ ਜਾਂਦੀ। ਇਹ ਸਿਲਸਿਲਾ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ। ਇਹ ਕੁੱਲ ਮਾਲਿਕ ਦੀ ਨਿਰੰਤਰ ਬਰਸ ਰਹੀ ਅਨੰਤ ਅਪਾਰ ਦਇਆ ਦੀ ਜਿਉਂਦੀ ਜਾਗਦੀ ਮਿਸਾਲ ਸੀ। ਦੂਸਰੇ ਦਿਨ ਅਸੀਂ ਭੋਜਨ ਵਾਲੀਆਂ ਦੂਸਰੀਆਂ ਥਾਵਾਂ ਉੱਤੇ ਗਏ। ਮੈਨੂੰ ਯਾਦ ਆਇਆ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਅਤੇ ਪਹਿਲਾਂ ਭੋਜਨ ਭੰਡਾਰ ਸ਼ੁਰੂ ਹੋਇਆ ਤਾਂ ਸਾਡੇ ਅੰਦਰ ਬਹੁਤ ਉਤਸੁਕਤਾ ਸੀ। ਸਾਡੇ ਬਚਪਨ ਦੇ ਜ਼ਮਾਨੇ ਵਿੱਚ ਇੱਥੇ ਚਾਹ ਪਾਣੀ ਅਤੇ ਨਾਸ਼ਤੇ ਲਈ ਸਿਰਫ ਤਿੰਨ ਦੁਕਾਨਾਂ ਹੁੰਦੀਆਂ ਸਨ। ਅਚਾਨਕ ਇਹ ਪੂਰੇ ਸੁਚਾਰੂ ਢੰਗ ਨਾਲ ਕਾਰਜ ਕਰਨ ਵਾਲਾ ਭੋਜਨ ਭੰਡਾਰ ਸ਼ੁਰੂ ਹੋ ਗਿਆ, ਜਿਸ ਵਿੱਚ ਸਵੇਰੇ ਨਾਸ਼ਤਾ ਅਤੇ ਦੁਪਹਿਰ ਤੇ ਰਾਤ ਸਮੇਂ ਭੋਜਨ ਮਿਲਦਾ ਹੈ। ਅੱਜ ਇੱਥੇ ਚਾਰ ਭੋਜਨ ਭੰਡਾਰ, ਦੋ ਸਨੈਕ ਬਾਰ ਅਤੇ ਚਾਰ ਕੰਟੀਨਾਂ ਹਨ ਜਿੱਥੇ ਸੰਗਤ ਰਿਆਇਤੀ ਕੀਮਤ ਉੱਤੇ ਭੋਜਨ ਪ੍ਰਾਪਤ ਕਰ ਸਕਦੀ ਹੈ। ਇਹਨਾਂ ਸਾਰੀਆਂ ਥਾਵਾਂ ਉੱਤੇ ਕੁੱਲ ਮਿਲਾ ਕੇ ਇੱਕ ਸਮੇਂ 2 ਲੱਖ ਵਿਅਕਤੀ ਭੋਜਨ ਕਰ ਸਕਦੇ ਹਨ। ਸੰਗਤ ਦੀ ਰਿਹਾਇਸ਼ ਦਾ ਪ੍ਰਬੰਧ ਕਰਨ ਵੱਲ ਸਾਰੇ ਸਤਿਗੁਰੂਆਂ ਦਾ ਖਾਸ ਧਿਆਨ ਰਿਹਾ ਹੈ। 1970 ਦੇ ਦਹਾਕੇ ਦੇ ਅੰਤ ਵਿੱਚ ਅਕੋਮੋਡੇਸ਼ਨ ਵਿਭਾਗ ਸਤਸੰਗ ਘਰ ਦੇ ਸਾਹਮਣੇ ਹੁੰਦਾ ਸੀ। ਇਸ ਵਿੱਚ ਇੱਕ ਲੰਮਾ ਮੇਜ਼ ਅਤੇ ਕੁਝ ਕੁਰਸੀਆਂ ਹੁੰਦੀਆਂ ਸਨ। ਅੱਜ ਇਹ ਇੱਕ ਵਿਸ਼ਾਲ ਅਤੇ ਕੁਸ਼ਲ ਵਿਭਾਗ ਵਿੱਚ ਬਦਲ ਚੁੱਕਾ ਹੈ। ਡੇਰੇ ਵਿੱਚ ਹਮੇਸ਼ਾ ਰਿਹਾਇਸ਼ ਦੀ ਸਹੂਲੀਅਤ ਮੁਫਤ ਰਹੀ ਹੈ ਅਤੇ ਸਭ ਲੋਕ ਇਸ ਦਾ ਲਾਭ ਉਠਾ ਸਕਦੇ ਹਨ। ਅਕੋਮੋਡੇਸ਼ਨ ਵਿਭਾਗ ਸਾਰਾ ਸਾਲ 24 ਘੰਟੇ ਖੁੱਲ੍ਹਾ ਰਹਿੰਦਾ ਹੈ। ਦੁਨੀਆ ਭਰ ਦੇ ਕੇਂਦਰਾਂ ਤੋਂ ਇੱਥੇ ਕੰਪਿਊਟਰ ਦੁਆਰਾ ਬੇਨਤੀ ਭੇਜੀ ਜਾ ਸਕਦੀ ਹੈ। ਡੇਰੇ ਵਿੱਚ ਰਹਿਣ ਲਈ ਕਈ ਕਿਸਮ ਦੀ ਰਿਹਾਇਸ਼ ਪ੍ਰਾਪਤ ਹੈ। ਸੰਗਤ ਦੀ ਗਿਣਤੀ ਰਿਹਾਇਸ਼ ਦੀਆਂ ਸਹੂਲਤਾਂ ਦੀ ਉਸਾਰੀ ਤੋਂ ਵੱਧ ਤੇਜ਼ ਰਫ਼ਤਾਰ ਨਾਲ ਵੱਧਦੀ ਜਾਂਦੀ ਸੀ। ਇਸ ਲਈ ਵੱਡੇ ਵੱਡੇ ਸ਼ੈੱਡਾਂ ਅਤੇ ਸਰਾਵਾਂ ਦਾ ਨਿਰਮਾਣ ਕੀਤਾ ਗਿਆ ਤਾਂ ਜੋ ਸੰਗਤ ਨੂੰ ਰਹਿਣ ਲਈ ਥਾਂ ਮਿਲ ਸਕੇ। ਸਰਾਵਾਂ ਵਿੱਚ 18,000 ਵਿਅਕਤੀ ਠਹਿਰ ਸਕਦੇ ਹਨ ਅਤੇ ਸ਼ੈੱਡਾਂ ਵਿੱਚ 81,000 ਲੋਕ ਸੌਂ ਸਕਦੇ ਹਨ। ਹਰ ਸਰਾਂ ਅਤੇ ਸ਼ੈੱਡ ਦੇ ਨਾਲ ਪ੍ਰੋਵਿਜ਼ਨ ਸਟੋਰ ਅਤੇ ਦਵਾ ਘਰ ਵੀ ਹੈ। ਪਿਛਲੇ ਕੁਝ ਸਾਲਾਂ ਵਿੱਚ ਬਹੁਤ ਸਾਰੇ ਹੋਸਟਲ ਵੀ ਉਸਾਰੇ ਗਏ ਹਨ ਜਿਨ੍ਹਾਂ ਵਿੱਚ ਬਾਹਰੋਂ ਆਉਣ ਵਾਲੀ ਸੰਗਤ ਲਈ 5,000 ਮੰਜੇ ਬਿਸਤਰੇ ਉਪਲਬਧ ਹਨ। ਵਿਦੇਸ਼ਾਂ ਤੋਂ ਆਏ ਲੋਕ ਹੋਸਟਲ ਨੰਬਰ 6 ਵਿੱਚ ਠਹਿਰਦੇ ਹਨ, ਜਿਸ ਵਿੱਚ 600 ਵਿਅਕਤੀਆਂ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ। ਹੋਸਟਲ ਨੰਬਰ 6 ਵਿੱਚ ਰਹਿਣ ਵਾਲੇ ਵਿਅਕਤੀਆਂ ਲਈ ਇਸੇ ਹੋਸਟਲ ਦੀ ਰਸੋਈ ਘਰ ਵਿੱਚ ਖਾਣਾ ਤਿਆਰ ਕੀਤਾ ਜਾਂਦਾ ਹੈ। ਇੱਥੇ ਰਹਿਣ ਵਾਲੀ ਸੰਗਤ ਬੜੀ ਖੁਸ਼ੀ ਨਾਲ ਹੋਸਟਲ ਨੰਬਰ 6 ਵਿੱਚ ਸੇਵਾ ਕਰ ਸਕਦੀ ਹੈ। ਇੱਕ ਦਿਨ ਸ਼ਾਮ ਦੇ ਵਕਤ ਮੇਰੀ ਕੁਝ ਵਿਦੇਸ਼ੀ ਸਤਸੰਗੀਆਂ ਨਾਲ ਮੁਲਾਕਾਤ ਹੋਈ ਅਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਉਹਨਾਂ ਦੀ ਡੇਰੇ ਬਾਰੇ ਕੀ ਰਾਏ ਹੈ। ਆਈ ਥਿੰਕ ਐਜ਼ ਅ ਸੀਕਰ ਸਤਸੰਗੀ ਯੂ ਨੈਵਰ ਫੀਲ ਕੁਆਇਟ ਐਟ ਹੋਮ ਐਨੀਵੇਅਰ ਇਨ ਦ ਵਰਲਡ। ਦੇਅਰ ਇਜ਼ ਸਮਥਿੰਗ ਅਬਾਊਟ ਡੇਰਾ ਇਨ ਦੈਟ ਵੇ ਦੈਟ ਦੇਅਰ ਇਜ਼ ਨੋ ਅਦਰ ਪਲੇਸ ਇਨ ਦ ਵਰਲਡ ਲਾਈਕ ਦੈਟ। You're around brothers and sisters that you have so much in common with. We have this same, you're well aware we have that same father, and we're in his home, if you will, at his feet. Everywhere you go, you greet everybody, Radha Swami, and instantly there's this connection that you have with them. And our connection is that love for the master and that becoming one with the divine. I think very wonderfully someone had asked Babaji, why is it that you allow us to come to the Dera? And he said that it is to actually see the love, to see the Sangat, to see the people, how they share and give through Seva and their quality of devotion. And by seeing that, he said, then you too, you know, can learn to live your life with that devotion. I think Babaji said once that you get what you
come to Dera for. So if you come for Seva, or if you come to meet people, you will get that. If you come for love, if you come for grace, you will get that. So Dera is, you know, whatever you choose it to be. Another incident that really affected me too was, there's a couple of staircases here. You would be going behind some BBGs, some older women, and it was so hard for them to place one foot, to the next step and the next step. But with each step, you could hear them whispering, Shukriyaji, Shukriyaji, thank you, God, thank you, God. And it was just, again, that reminder of to feel grateful for everything. You know, everything we have is due to Him. And where would we be without His grace? ਸਤਿਗੁਰੂਆਂ ਨੇ ਸਦਾ ਇਸ ਗੱਲ ਵੱਲ ਪੂਰਾ ਧਿਆਨ ਦਿੱਤਾ ਹੈ ਕਿ ਸੇਵਾਦਾਰਾਂ ਅਤੇ ਉਹਨਾਂ ਦੇ ਪਰਿਵਾਰ ਲਈ ਉਚਿਤ ਘਰ ਹੋਣੇ ਚਾਹੀਦੇ ਹਨ। 1960 ਵਿੱਚ ਉਸਾਰੇ ਗਏ ਮਕਾਨਾਂ ਦੀ ਸੰਭਾਲ ਕਰ ਸਕਣਾ ਮੁਸ਼ਕਿਲ ਹੋ ਗਿਆ ਸੀ, ਇਸ ਲਈ ਆਧੁਨਿਕ ਢੰਗ ਨਾਲ ਅਜਿਹੇ ਘਰ ਉਸਾਰੇ ਜਾ ਰਹੇ ਹਨ ਜਿਨ੍ਹਾਂ ਵਿੱਚ ਇੱਥੇ ਰਹਿ ਰਹੇ 7,000 ਲੋਕਾਂ ਲਈ ਬਿਹਤਰ ਸਹੂਲਤਾਂ ਹਨ। ਇੱਥੇ ਸਾਡੀਆਂ ਸਭ ਲੋੜਾਂ ਪੂਰੀਆਂ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਸਤਿਗੁਰੂ ਸਿਰਫ ਆਤਮਾ ਦੀ ਹੀ ਸੰਭਾਲ ਨਹੀਂ ਕਰਦੇ, ਉਹ ਸਾਡੀਆਂ ਦੁਨਿਆਵੀ ਲੋੜਾਂ ਦੀ ਪੂਰਤੀ ਵੱਲ ਵੀ ਧਿਆਨ ਦਿੰਦੇ ਹਨ। ਡੇਰੇ ਵਿਖੇ ਦਰਜੀ, ਨਾਈ, ਡਾਕਖਾਨੇ, ATM ਦੀ ਸਹੂਲਤ ਵਾਲੇ ਕਈ ਪ੍ਰਸਿੱਧ ਬੈਂਕ, ਟੈਲੀਫੋਨ ਬੂਥ ਅਤੇ ਡੇਰਾ ਨਿਵਾਸੀਆਂ ਲਈ ਵਾਜਬ ਕੀਮਤ ਵਾਲੀ ਕੱਪੜੇ ਦੀ ਦੁਕਾਨ ਵੀ ਹੈ। ਡੇਰੇ ਵਿੱਚ ਇੱਕ ਪੈਟਰੋਲ ਪੰਪ ਅਤੇ ਮੋਟਰ ਗੈਰੇਜ ਵੀ ਹੈ ਜਿੱਥੇ ਸੇਵਾਦਾਰ ਡੇਰੇ ਦੀਆਂ ਗੱਡੀਆਂ ਦੀ ਦੇਖਭਾਲ ਅਤੇ ਮੁਰੰਮਤ ਕਰਦੇ ਹਨ। ਡੇਰੇ ਦਾ ਟਰਾਂਸਪੋਰਟ ਵਿਭਾਗ ਸੰਗਤ ਲਈ ਵੱਖ ਵੱਖ ਕਿਸਮ ਦੀਆਂ ਗੱਡੀਆਂ ਦਾ ਪ੍ਰਬੰਧ ਕਰਦਾ ਹੈ। ਡੇਰੇ ਦੇ ਅੰਦਰ ਹੀ ਸ਼ਮਸ਼ਾਨ ਘਾਟ ਵੀ ਹੈ ਅਤੇ ਫੁੱਲ ਪਰਵਾਹਨ ਵਾਲੀ ਥਾਂ ਵੀ ਹੈ। ਡੇਰੇ ਦਾ ਆਪਣਾ ਵਾਟਰ ਸਪਲਾਈ ਦਾ ਪ੍ਰਬੰਧ ਹੈ ਅਤੇ ਨਿਕਾਸੀ ਨਾਲਿਆਂ 'ਚੋਂ ਪ੍ਰਾਪਤ ਹੋਣ ਵਾਲੇ ਪਾਣੀ ਸਾਫ਼ ਕਰਨ ਦਾ ਪਲਾਂਟ ਵੀ ਹੈ। ਇੱਥੇ ਬਿਜਲੀ ਦਾ ਸਬਸਟੇਸ਼ਨ ਵੀ ਹੈ ਅਤੇ ਲੋੜ ਪੈਣ 'ਤੇ ਇਸ ਦੀ ਪੂਰਨ ਰੂਪ ਵਿੱਚ ਸਹਾਇਤਾ ਲਈ ਜਨਰੇਟਰ ਵੀ ਹੈ। ਹਾਲ ਵਿੱਚ ਹੀ ਵੱਡੇ ਸਤਸੰਗ ਸ਼ੈੱਡ ਦੇ ਛੱਤ ਉੱਪਰ 21 acres ਦੇ ਰਕਬੇ ਵਿੱਚ ਸੂਰਜ ਦੀ ਊਰਜਾ ਤੋਂ ਬਿਜਲੀ ਪੈਦਾ ਕਰਨ ਵਾਲੇ ਯੰਤਰ ਵੀ ਲਗਾਏ ਗਏ ਹਨ। ਸੇਵਾ ਸਮਿਤੀ ਦੇ ਭਵਨ ਵਿੱਚ ਗਵਾਚਾ ਅਤੇ ਲੱਭਾ ਵਿਭਾਗ ਦਾ ਦਫ਼ਤਰ ਹੈ। ਇਸ ਦੇ ਨੇੜੇ ਹੀ ਸੁਰੱਖਿਆ ਵਿਭਾਗ ਹੈ ਜਿੱਥੋਂ ਸੇਵਾਦਾਰ ਸੰਗਤ ਦੀ ਸੁਰੱਖਿਆ ਦੀ ਨਿਗਰਾਨੀ ਕਰਦੇ ਹਨ। ਰੇਲਵੇ ਦਾ ਕੰਪਿਊਟਰ ਪ੍ਰਣਾਲੀ ਅਨੁਸਾਰ ਕਾਰਜ ਕਰਨ ਵਾਲਾ ਦਫ਼ਤਰ ਹੈ ਜਿੱਥੋਂ ਸੰਗਤ ਭਾਰਤ ਦੇ ਕਿਸੇ ਵੀ ਥਾਂ ਲਈ ਗੱਡੀ ਦਾ ਟਿਕਟ ਖਰੀਦ ਸਕਦੀ ਹੈ। ਡੇਰੇ ਵਿਖੇ ਇੱਕ ਅੱਗ ਬੁਝਾਉਣ ਵਾਲਾ ਦਮਕਲ ਕੇਂਦਰ ਵੀ ਹੈ ਜਿਸ ਵਿੱਚ ਲਗਭਗ 300 ਸੇਵਾਦਾਰਾਂ ਨੂੰ ਆਪਾਤਕਾਲੀ ਹਾਲਾਤ ਦਾ ਸਾਹਮਣਾ ਕਰਨ ਦੀ ਸਿਖਲਾਈ ਦਿੱਤੀ ਗਈ ਹੈ। ਖਰੀਦਦਾਰੀ ਦੇ ਛੋਟੇ ਭਵਨ, ਮਿੰਨੀ ਸ਼ਾਪਿੰਗ ਕੰਪਲੈਕਸ ਵਿੱਚ ਪ੍ਰੋਵਿਜ਼ਨ ਸਟੋਰ ਦੇਖਣ ਨੂੰ ਛੋਟਾ ਲੱਗਦਾ ਹੈ, ਪਰ ਇੱਥੋਂ ਸਭ ਜ਼ਰੂਰੀ ਚੀਜ਼ਾਂ ਮਿਲ ਜਾਂਦੀਆਂ ਹਨ। ਸੈਂਟਰਲ ਸਟੋਰ ਡਿਪਾਰਟਮੈਂਟ ਵੱਖ ਵੱਖ ਵਿਭਾਗਾਂ ਦੀ ਲੋੜ ਅਨੁਸਾਰ ਸਮਾਨ ਪ੍ਰਾਪਤ ਕਰਨ, ਉਸਨੂੰ ਗੋਦਾਮਾਂ ਵਿੱਚ ਸੰਭਾਲ ਕੇ ਰੱਖਣ ਅਤੇ ਵੱਖ ਵੱਖ ਮਹਿਕਮਿਆਂ ਤੱਕ ਪਹੁੰਚਾਉਣ ਦਾ ਕਾਰਜ ਕਰਦਾ ਹੈ। ਇੱਕ ਪਰਚੇਜ਼ ਡਿਪਾਰਟਮੈਂਟ ਖਰੀਦਦਾਰੀ ਵਿਭਾਗ ਵੀ ਹੈ ਜੋ ਡੇਰੇ ਦੀ ਜ਼ਰੂਰਤ ਮੁਤਾਬਕ ਖਾਣ ਪੀਣ ਤੋਂ ਲੈ ਕੇ ਭਵਨ ਨਿਰਮਾਣ ਦੀ ਸਾਰੀ ਸਮੱਗਰੀ ਤੱਕ ਖਰੀਦਣ ਦਾ ਪ੍ਰਬੰਧ ਕਰਦਾ ਹੈ। ਪੁਸਤਕਾਂ ਅਤੇ ਆਡੀਓ ਵੀਡੀਓ ਸਟਾਲ ਤੋਂ ਸੰਤਮਤ ਸੰਬੰਧੀ ਕਿਤਾਬਾਂ, ਸਵਾਲਾਂ ਜਵਾਬਾਂ ਦੀਆਂ ਸੀਰੀਜ਼, ਸਤਸੰਗਾਂ ਦੇ DVDs ਅਤੇ ਸਤਿਗੁਰੂਆਂ ਦੀਆਂ ਤਸਵੀਰਾਂ ਖਰੀਦੀਆਂ ਜਾ ਸਕਦੀਆਂ ਹਨ। ਮੈਨੂੰ ਦੱਸਿਆ ਗਿਆ ਕਿ ਸੰਤਮਤ ਦੀਆਂ ਘੱਟੋ ਘੱਟ 90 ਕਿਤਾਬਾਂ ਅੰਗਰੇਜ਼ੀ ਵਿੱਚ ਉਪਲਬਧ ਹਨ। ਹਿੰਦੀ ਪੰਜਾਬੀ ਵਿੱਚ ਇਸ ਤੋਂ ਵੀ ਵੱਧ ਕਿਤਾਬਾਂ ਹਨ। ਹਜ਼ੂਰ ਮਹਾਰਾਜ ਜੀ ਹਮੇਸ਼ਾ ਸਾਨੂੰ ਸੰਤਮਤ ਦੀਆਂ ਕਿਤਾਬਾਂ ਪੜ੍ਹਨ ਦੀ ਪ੍ਰੇਰਣਾ ਦਿੰਦੇ ਸਨ। ਆਪ ਸਮਝਾਇਆ ਕਰਦੇ ਸਨ ਕਿ ਇਸ ਤਰ੍ਹਾਂ ਭਜਨ ਸਿਮਰਨ ਦੀ ਖੇਤੀ ਦੁਆਲੇ ਵਾਰ ਲਾਉਣ ਵਿੱਚ ਸਹਾਇਤਾ ਮਿਲਦੀ ਹੈ। ਪਿਛਲੇ ਕੁਝ ਸਾਲਾਂ ਵਿੱਚ ਪ੍ਰਕਾਸ਼ਨ ਵਿਭਾਗ ਦਾ ਬਹੁਤ ਵਿਕਾਸ ਹੋਇਆ ਹੈ।
ਅਤੇ ਸਾਰੇ ਸੰਸਾਰ ਤੋਂ ਆਏ ਸੇਵਾਦਾਰ ਮਿਲ ਕੇ ਸੰਤ ਮਤ ਦੇ ਉਪਦੇਸ਼ ਦੇ ਪ੍ਰਸਾਰ ਦਾ ਕਾਰਜ ਕਰ ਰਹੇ ਹਨ। ਵਿਦੇਸ਼ਾਂ ਵਿੱਚ ਜਿਗਿਆਸੂਆਂ ਦੀ ਵੱਧ ਰਹੀ ਗਿਣਤੀ ਨੂੰ ਦੇਖਦੇ ਹੋਏ ਹੁਣ 44 ਤੋਂ ਵੱਧ ਭਾਸ਼ਾਵਾਂ ਵਿੱਚ ਸੰਤ ਮਤ ਸੰਬੰਧੀ ਪੁਸਤਕਾਂ ਉਪਲਬਧ ਹਨ। ਮੈਨੂੰ ਸ਼ਾਮ ਵੇਲੇ ਲਾਇਬ੍ਰੇਰੀ ਵਿੱਚ ਵਕਤ ਗੁਜ਼ਾਰਨਾ ਪਸੰਦ ਹੈ। 2004 ਵਿੱਚ ਉਸਾਰੀ ਗਈ ਲਾਇਬ੍ਰੇਰੀ ਪੂਰੀ ਤਰ੍ਹਾਂ ਆਧੁਨਿਕ ਹੈ। ਇਹ ਬਹੁਤ ਵਿਸ਼ਾਲ ਹੈ ਅਤੇ ਇਸ ਵਿੱਚ 300 ਵਿਅਕਤੀ ਬੈਠ ਸਕਦੇ ਹਨ। ਮੈਨੂੰ ਇਹ ਯਾਦ ਕਰਕੇ ਖੁਸ਼ੀ ਹੁੰਦੀ ਹੈ ਕਿ 80 ਦੇ ਦਹਾਕੇ ਵਿੱਚ ਮੈਂ ਘੰਟਿਆਂ ਬੱਧੀ ਪੁਰਾਣੀ ਛੋਟੀ ਪਰ ਸੁਖਾਵੀ ਲਾਇਬ੍ਰੇਰੀ ਵਿੱਚ ਬੈਠੀ ਕਿਤਾਬਾਂ ਪੜ੍ਹਦੀ ਰਹਿੰਦੀ ਸੀ। ਹੁਣ ਲਾਇਬ੍ਰੇਰੀ ਵਿੱਚ ਪਰਮਾਰਥ, ਧਰਮ ਅਤੇ ਫਿਲਾਸਫੀ ਸੰਬੰਧੀ ਹਜ਼ਾਰਾਂ ਪੁਸਤਕਾਂ ਉਪਲਬਧ ਹਨ। ਅੱਜ ਕੋਈ ਵੀ ਵਿਅਕਤੀ ਆਸਾਨੀ ਨਾਲ ਮਹੀਨਿਆਂ ਬੱਧੀ ਇਸ ਵਿਸ਼ਾਲ ਖੋਜ ਕੇਂਦਰ ਵਿੱਚ ਪਰਮਾਰਥ ਸੰਬੰਧੀ ਖੋਜ ਕਰ ਸਕਦਾ ਹੈ। ਲਾਇਬ੍ਰੇਰੀ ਵਿੱਚ ਇੱਕ ਬੁੱਕ ਰੈਸਟੋਰੇਸ਼ਨ ਵਿਭਾਗ ਵੀ ਹੈ ਜਿਸ ਵਿੱਚ ਸੇਵਾਦਾਰ ਪੁਰਾਣੀਆਂ ਦੁਰਲਭ ਪੁਸਤਕਾਂ, ਰਸਾਲਿਆਂ ਅਤੇ ਹੱਥ ਲਿਖਤਾਂ ਦੀ ਮੁਰੰਮਤ ਅਤੇ ਸੰਭਾਲ ਦਾ ਕਾਰਜ ਕਰਦੇ ਹਨ। ਪੁਰਾਣੀਆਂ ਰਚਨਾਵਾਂ ਦੀ ਸੰਭਾਲ ਵੱਲ ਬਹੁਤ ਧਿਆਨ ਦਿੱਤਾ ਜਾਂਦਾ ਹੈ। ਇਸ ਤੋਂ ਅੱਗੇ ਆਰਕਾਈਵਸ ਵਿਭਾਗ ਹੈ ਜਿੱਥੇ ਪੁਰਾਤਨ ਦਸਤਾਵੇਜ਼ਾਂ ਅਤੇ ਪ੍ਰਤੀਲਿਪੀਆਂ ਦੀ ਸੰਭਾਲ ਕੀਤੀ ਜਾਂਦੀ ਹੈ। ਇਹਨਾਂ ਸਭ ਦਸਤਾਵੇਜ਼ਾਂ ਦਾ ਅੰਕੀਕਰਨ ਕੀਤਾ ਜਾ ਰਿਹਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਡੇਰੇ ਦੇ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਰਹੇ। ਇੱਕ ਰੀਡਿੰਗ ਰੂਮ ਵੀ ਹੈ ਜਿੱਥੇ ਸੰਗਤ ਲਈ ਰੋਜ਼ਾਨਾ ਅਖਬਾਰਾਂ, ਰਸਾਲੇ ਅਤੇ ਸੰਤ ਮਤ ਦੀਆਂ ਪੁਸਤਕਾਂ ਉਪਲਬਧ ਹਨ। ਡੇਰੇ ਵਿੱਚ ਬੱਚਿਆਂ ਦੀ ਦੇਖਭਾਲ ਦਾ ਵੀ ਸੁੰਦਰ ਪ੍ਰਬੰਧ ਹੈ। ਅਸੀਂ ਸ਼ਾਮ ਵੇਲੇ ਬੱਚਿਆਂ ਨੂੰ ਮਨੋਰੰਜਨ ਕੇਂਦਰ ਵਿਖੇ ਖੇਡਾਂ ਵਿੱਚ ਰੁੱਝੇ ਦੇਖਿਆ। ਉੱਥੇ ਕਈ ਕਿਸਮ ਦੀਆਂ ਸਹੂਲਤਾਂ ਪ੍ਰਾਪਤ ਹਨ। ਬੱਚਿਆਂ ਨੂੰ ਖੇਡਦੇ ਦੇਖ ਕੇ ਮੈਂ ਉਹਨਾਂ ਦੀ ਪੜ੍ਹਾਈ ਬਾਰੇ ਸੋਚ ਵਿੱਚ ਪੈ ਗਈ। ਅਪ੍ਰੈਲ 2014 ਵਿੱਚ ਇੱਥੇ ਪਾਥ ਸੀਕਰਸ ਸਕੂਲ ਖੋਲ੍ਹਿਆ ਗਿਆ ਜਿੱਥੇ 18 ਮਹੀਨਿਆਂ ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਨੂੰ ਉੱਚੀ ਪੱਧਰ ਦੀ ਸਿੱਖਿਆ ਦੇਣ ਲਈ ਬਹੁਤ ਯੋਗ ਅਤੇ ਅਨੁਭਵੀ ਅਧਿਆਪਕ ਰੱਖੇ ਗਏ ਹਨ। ਡੇਰੇ ਵਿੱਚ ਜਾਂ ਬਿਆਸ ਹਸਪਤਾਲ ਵਿੱਚ ਰਹਿ ਰਹੇ ਸਾਰੇ ਬੱਚੇ ਕੋਈ ਫੀਸ ਦਿੱਤੇ ਬਗੈਰ ਇਸ ਨਵੇਂ ਸਕੂਲ ਵਿੱਚ ਪੜ੍ਹ ਸਕਦੇ ਹਨ। ਇਸ ਸਕੂਲ ਦਾ ਅਗਲੇ ਕੁਝ ਸਾਲਾਂ ਵਿੱਚ 12ਵੀਂ ਜਮਾਤ ਤੱਕ ਵਿਸਤਾਰ ਕਰਨ ਦੀ ਯੋਜਨਾ ਹੈ। ਹਮਾਰੀ ਮਦਦ ਕਰੋ ਕਿ ਟਰਨਿਪ ਨਿਕਾਲਨੇ ਮੈਂ ਤੋ ਆਪ ਵਹਾਂ ਪੇ ਹਮਕੋ ਪੁਲ ਕਰੋ ਮਨਿੰਦਰ ਪੁਲ ਕਿਟੀ ਕਿਟੀ ਪੁਲ ਵਟ ਇਜ ਦਿਸ ਕਾਰ Sports news, 13-year-old Malawat Purna becomes youngest woman to scale Everest. Thought for the day is, does God want our work or does He want our love? He wants that we should work for Him in love. ਮਨ ਵਿੱਚ ਯਕੀਨ ਨਹੀਂ ਸੀ ਆ ਰਿਹਾ ਕਿ ਡੇਰੇ ਵਿੱਚ ਅਜਿਹਾ ਸਕੂਲ ਵੀ ਮੌਜੂਦ ਹੈ। ਇੱਥੇ ਬੱਚਿਆਂ ਨੂੰ ਸਿਰਫ ਆਧੁਨਿਕ ਵਿੱਦਿਆ ਹੀ ਨਹੀਂ ਦਿੱਤੀ ਜਾ ਰਹੀ ਸਗੋਂ ਉਹਨਾਂ ਨੂੰ ਜੀਵਨ ਸੰਬੰਧੀ ਮਹੱਤਵਪੂਰਨ ਪਾਠ ਵੀ ਪੜ੍ਹਾਏ ਜਾ ਰਹੇ ਹਨ, ਜਿਵੇਂ ਦੂਸਰੇ ਲੋਕਾਂ
ਅਤੇ ਵਾਤਾਵਰਨ ਦਾ ਧਿਆਨ ਰੱਖਣਾ ਪਰਿਵਾਰ ਸਕੂਲ ਅਤੇ ਸਮਾਜ ਵਿੱਚ ਸਭ ਦਾ ਆਦਰ ਸਤਿਕਾਰ ਕਰਨਾ ਇੱਥੇ ਦਿੱਤੀ ਜਾ ਰਹੀ ਵਿਦਿਆ ਦਾ ਮੰਤਵ ਬੱਚਿਆਂ ਨੂੰ ਚੰਗੇ ਇਨਸਾਨ ਬਣਨ ਵਿੱਚ ਸਹਾਇਤਾ ਦੇਣਾ ਹੈ। ਇੱਥੇ ਡੇਰੇ ਦੇ ਬਜ਼ੁਰਗਾਂ ਅਤੇ ਰਿਟਾਇਰ ਹੋ ਚੁੱਕੇ ਸੇਵਾਦਾਰਾਂ ਲਈ ਇੱਕ ਵੱਖਰਾ ਹੋਸਟਲ ਹੈ। ਅੱਜ ਦੇ ਜ਼ਮਾਨੇ ਵਿੱਚ ਬਜ਼ੁਰਗਾਂ ਵੱਲ ਬਹੁਤ ਘੱਟ ਧਿਆਨ ਦਿੱਤਾ ਜਾਂਦਾ ਹੈ ਅਤੇ ਕਈ ਵਾਰ ਉਹਨਾਂ ਦੀ ਬਿਲਕੁਲ ਪਰਵਾਹ ਨਹੀਂ ਕੀਤੀ ਜਾਂਦੀ, ਪਰ ਇੱਥੇ ਇਸ ਤੋਂ ਬਿਲਕੁਲ ਉਲਟ ਹੈ। ਨੇਚਰ ਕਿਓਰ ਹਸਪਤਾਲ ਦੀ ਸਥਾਪਨਾ ਅਸਲ ਵਿੱਚ ਹਜ਼ੂਰ ਮਹਾਰਾਜ ਦੀ ਪਤਨੀ ਸ਼੍ਰੀਮਤੀ ਹਰਜੀਤ ਗਰੇਵਾਲ ਜੀ ਨੇ ਕੀਤੀ ਸੀ। ਇਸ ਹਸਪਤਾਲ ਵਿੱਚ ਡੇਰੇ ਦੇ ਨਿਵਾਸੀਆਂ ਲਈ ਕੁਦਰਤੀ ਸਾਧਨਾਂ ਦੁਆਰਾ ਇਲਾਜ ਦਾ ਪ੍ਰਬੰਧ ਹੈ। ਪਿਛਲੇ ਸਾਲਾਂ ਦੇ ਦੌਰਾਨ ਇਸ ਵਿੱਚ ਪ੍ਰਾਪਤ ਸਹੂਲਤਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਹੁਣ ਇਸ ਵਿੱਚ ਯੋਗ ਦੇ ਆਸਨ ਵੀ ਸਿਖਾਏ ਜਾਂਦੇ ਹਨ ਅਤੇ ਕਸਰਤ ਲਈ ਇੱਕ ਜਿਮਨੇਜ਼ੀਅਮ ਵੀ ਹੈ। ਮੈਨੂੰ ਯਾਦ ਹੈ ਕਿ ਡੇਰੇ ਦਾ ਪੁਰਾਣਾ ਹਸਪਤਾਲ ਵੀ ਨੇਚਰ ਕਿਓਰ ਸੈਂਟਰ ਦੇ ਨਾਲ ਹੀ ਹੁੰਦਾ ਸੀ। ਹੁਣ ਇਸ ਨੂੰ ਨਵੀਂ ਅਤੇ ਬਹੁਤ ਵੱਡੀ ਥਾਂ ਉੱਤੇ ਬਣਾ ਦਿੱਤਾ ਗਿਆ ਹੈ ਜਿੱਥੇ ਪਹਿਲੇ ਨਾਲੋਂ ਕਿਤੇ ਵੱਧ ਸਹੂਲਤਾਂ ਪ੍ਰਾਪਤ ਹਨ। ਪੁਰਾਣੇ ਹਸਪਤਾਲ ਤੋਂ ਨਵੇਂ ਹਸਪਤਾਲ ਪੈਦਲ ਪਹੁੰਚਣ ਵਿੱਚ 10 ਮਿੰਟ ਲੱਗਦੇ ਹਨ। ਡੇਰੇ ਦੇ ਨਵੇਂ ਹਸਪਤਾਲ ਦਾ ਨਿਰਮਾਣ 2002 ਵਿੱਚ ਹੋਇਆ ਸੀ। ਇਹ 32,000 ਮੁਰੱਬਾ ਫੁੱਟ ਰਕਬੇ ਉੱਤੇ ਫੈਲੀ ਹੋਈ 2 ਮੰਜ਼ਿਲਾ ਇਮਾਰਤ ਹੈ। ਇਸ ਵਿੱਚ ਡੇਰਾ ਨਿਵਾਸੀਆਂ ਅਤੇ ਬਾਹਰੋਂ ਆਈ ਸੰਗਤ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਨਿਰਧਾਰਿਤ ਸਤਸੰਗਾਂ ਦੌਰਾਨ ਹਰ ਰੋਜ਼ ਲਗਭਗ 4,000 ਮਰੀਜ਼ ਇਸ ਹਸਪਤਾਲ ਤੋਂ ਲਾਭ ਉਠਾਉਂਦੇ ਹਨ। ਮਰੀਜ਼ ਮਰਜ਼ੀ ਮੁਤਾਬਕ ਹੋਮਿਓਪੈਥਿਕ ਇਲਾਜ ਵੀ ਪ੍ਰਾਪਤ ਕਰ ਸਕਦੇ ਹਨ ਅਤੇ ਐਲੋਪੈਥਿਕ ਵੀ। ਇੱਥੇ ਫਿਜ਼ੀਓਥੈਰੇਪੀ ਅਤੇ ਦੰਦਾਂ ਦੇ ਇਲਾਜ ਦੀ ਸਹੂਲਤ ਵੀ ਪ੍ਰਾਪਤ ਹੈ। ਅਕਸਰ ਕਿਹਾ ਜਾਂਦਾ ਹੈ ਕਿ ਪ੍ਰੇਮ ਭਰੀ ਦੇਖਭਾਲ ਮਰੀਜ਼ ਲਈ ਉੱਤਮ ਦਵਾਈ ਹੈ। ਸਤਿਗੁਰੂ ਦੀ ਸੇਵਾ ਵਿੱਚ ਲੱਗੇ ਡਾਕਟਰ ਅਤੇ ਨਰਸਾਂ ਹਰ ਮਰੀਜ਼ ਦੀ ਦੇਖਭਾਲ ਪ੍ਰੇਮ ਅਤੇ ਦਇਆ ਭਾਵ ਨਾਲ ਕਰਦੇ ਹਨ। ਡੇਰੇ ਦੇ ਸੇਵਾਦਾਰਾਂ, ਉਹਨਾਂ ਦੇ ਪਰਿਵਾਰਾਂ ਅਤੇ ਡੇਰੇ ਦੇ ਸਥਾਈ ਨਿਵਾਸੀਆਂ ਲਈ ਹਰ ਸਾਲ ਇੱਕ ਹਫ਼ਤੇ ਦਾ ਮੈਡੀਕਲ ਚੈੱਕਅਪ ਕੈਂਪ ਲੱਗਦਾ ਹੈ। ਇਸ ਵਿੱਚ ਬਗੈਰ ਕਿਸੇ ਫੀਸ ਦੇ ਸਭ ਦੀ ਸਿਹਤ ਦੀ ਪਰਖ ਪੜਤਾਲ ਕੀਤੀ ਜਾਂਦੀ ਹੈ। ਬਿਆਸ ਹਸਪਤਾਲ ਅਤੇ ਸਾਰੇ ਭਾਰਤ ਤੋਂ ਆਏ ਡਾਕਟਰ ਅਤੇ ਵਿਸ਼ੇਸ਼ ਮਾਹਰ ਸਿਹਤ ਸੰਬੰਧੀ ਪੂਰੀ ਜਾਂਚ ਪੜਤਾਲ ਕਰਦੇ ਹਨ, ਜਿਵੇਂ ਲੈਬੋਰੇਟਰੀ ਦੇ ਟੈਸਟ, ECG, ਦੰਦਾਂ, ਅੱਖਾਂ ਅਤੇ ਕੰਨਾਂ ਦੀ ਜਾਂਚ ਆਦਿ। ਸਿਹਤ ਠੀਕ ਰੱਖਣ ਲਈ ਚਿਕਿਤਸਾ ਸੈਮੀਨਾਰ ਵੀ ਲੱਗਦੇ ਹਨ। ਡਾਕਟਰਾਂ ਨੂੰ ਮਰੀਜ਼ਾਂ ਦੀ ਸੇਵਾ ਕਰਦੇ ਦੇਖ ਕੇ ਮੈਨੂੰ ਹਜ਼ੂਰ ਮਹਾਰਾਜ ਜੀ ਦੇ ਡੇਰੇ ਵਿਖੇ ਲਾਏ ਜਾਂਦੇ ਆਈ ਕੈਂਪ ਬਾਰੇ ਕਹੇ ਗਏ ਬਚਨ ਯਾਦ ਆ ਗਏ। ਡੇਰੇ ਵਿਖੇ ਹਰ ਸਾਲ 1965 ਤੋਂ 2003 ਤੱਕ 15 ਦਿਨਾਂ ਦਾ ਅੱਖਾਂ ਦਾ ਕੈਂਪ ਲੱਗਦਾ ਸੀ, ਜਿਸ ਵਿੱਚ ਸਭ ਦੇ ਆਪਰੇਸ਼ਨ ਅਤੇ ਅੱਖਾਂ ਦੀਆਂ ਬਿਮਾਰੀਆਂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਸੀ, ਭਾਵੇਂ ਉਹ ਸਤਸੰਗੀ ਹੋਣ ਜਾਂ ਨਾ ਹੋਣ। ਸਾਰੇ ਭਾਰਤ ਅਤੇ ਵਿਦੇਸ਼ਾਂ ਤੋਂ ਸੈਂਕੜੇ ਡਾਕਟਰ ਅਤੇ ਨਰਸਾਂ
ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਮਰੀਜ਼ਾਂ ਦੀ ਸੇਵਾ ਲਈ ਆਉਂਦੇ ਸਨ। ਉਹਨਾਂ 38 ਸਾਲਾਂ ਵਿੱਚ ਲੱਗੇ ਅੱਖਾਂ ਦੇ ਕੈਂਪਾਂ ਦੌਰਾਨ ਲਗਭਗ 1,45,000 ਅੱਖਾਂ ਦੇ ਆਪਰੇਸ਼ਨ ਕੀਤੇ ਗਏ ਸਨ। ਜਦੋਂ ਹਜ਼ੂਰ ਮਹਾਰਾਜ ਜੀ ਮਰੀਜ਼ਾਂ ਨੂੰ ਦੇਖਣ ਅਤੇ ਉਹਨਾਂ ਦਾ ਹਾਲ ਚਾਲ ਪੁੱਛਣ ਲਈ ਜਾਂਦੇ ਤਾਂ ਉਹ ਸੇਵਾਦਾਰਾਂ ਅਤੇ ਮਰੀਜ਼ਾਂ ਲਈ ਸਭ ਤੋਂ ਵੱਧ ਖੁਸ਼ੀ ਦਾ ਵਕਤ ਹੁੰਦਾ ਸੀ। ਕਈ ਵਾਰ ਹਜ਼ੂਰ ਮਹਾਰਾਜ ਜੀ ਦਿਨ ਵਿੱਚ 2-3 ਵਾਰ ਵੀ ਆਈ ਕੈਂਪ ਵਿੱਚ ਚੱਕਰ ਲਾ ਜਾਂਦੇ। And in that time, you see two results, after breakfast as well as after lunch. See, they need lot of care, attention. Yes. Thank you. ਉਹਨਾਂ ਦੇ ਦਰਸ਼ਨ ਕਰਕੇ ਮਰੀਜ਼ਾਂ ਨੂੰ ਆਪਣਾ ਸਾਰਾ ਦੁੱਖ ਦਰਦ ਭੁੱਲ ਜਾਂਦਾ ਸੀ। ਹਜ਼ੂਰ ਮਹਾਰਾਜ ਜੀ ਦਾ ਹਿਰਦਾ ਪ੍ਰੇਮ ਅਤੇ ਦਇਆ ਨਾਲ ਭਰਪੂਰ ਸੀ। ਮੈਨੂੰ ਅਹਿਸਾਸ ਹੋਇਆ ਕਿ ਜਦੋਂ ਅਸੀਂ ਦੁੱਖਾਂ ਕਸ਼ਟਾਂ ਵਿੱਚੋਂ ਗੁਜ਼ਰ ਰਹੇ ਹੁੰਦੇ ਹਾਂ ਤਾਂ ਸਤਿਗੁਰੂ ਦੀ ਹਜ਼ੂਰੀ ਹੀ ਸਾਡੇ ਲਈ ਆਸ਼ਾ ਅਤੇ ਸੁੱਖ ਦਾ ਸੁਨੇਹਾ ਲੈ ਕੇ ਆਉਂਦੀ ਹੈ। ਅੱਖਾਂ ਦੇ ਇਲਾਜ ਕਰਾਉਣ ਲਈ ਆਉਣ ਵਾਲੇ ਮਰੀਜ਼ਾਂ ਦੀ ਲਗਾਤਾਰ ਵੱਧਦੀ ਜਾ ਰਹੀ ਗਿਣਤੀ ਦੇ ਕਾਰਨ ਅੰਤ ਵਿੱਚ ਆਈ ਕੈਂਪ ਬੰਦ ਕਰਨੇ ਪੈ ਗਏ ਅਤੇ ਮਰੀਜ਼ਾਂ ਨੂੰ ਬਿਆਸ ਹਸਪਤਾਲ ਵਿੱਚ ਭੇਜਿਆ ਜਾਣ ਲੱਗ ਪਿਆ ਜਿੱਥੇ ਉਹਨਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਬਿਆਸ ਦਾ ਚੈਰੀਟੇਬਲ ਜਾਂ ਖੈਰਾਤੀ ਹਸਪਤਾਲ ਹਜ਼ੂਰ ਮਹਾਰਾਜ ਦੀ ਦਇਆ ਦ੍ਰਿਸ਼ਟੀ ਦਾ ਹੀ ਫਲ ਹੈ। ਆਪ ਚਾਹੁੰਦੇ ਸਨ ਕਿ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਉੱਤੇ ਡੇਰੇ ਆਉਣ ਦੀ ਬੰਦਿਸ਼ ਵੀ ਨਾ ਹੋਵੇ ਅਤੇ ਉਹਨਾਂ ਨੂੰ ਮੁਫ਼ਤ ਡਾਕਟਰੀ ਇਲਾਜ ਦੀ ਸਹੂਲਤ ਵੀ ਮਿਲ ਜਾਵੇ। 1978 ਵਿੱਚ ਡੇਰੇ ਤੋਂ ਲਗਭਗ 6 ਕਿਲੋਮੀਟਰ ਦੀ ਦੂਰੀ ਉੱਤੇ 35 ਏਕੜ ਜ਼ਮੀਨ ਦਾ ਟੁਕੜਾ ਹਸਪਤਾਲ ਬਣਾਉਣ ਲਈ ਚੁਣਿਆ ਗਿਆ। ਹਸਪਤਾਲ ਬਣਾਏ ਜਾਣ ਦੀ ਮਨਸ਼ਾ ਦੀ ਘੋਸ਼ਣਾ ਹੁੰਦੇ ਹੀ ਜਦੋਂ ਹਸਪਤਾਲ ਲਈ ਕੋਈ ਨਕਸ਼ਾ ਜਾਂ ਯੋਜਨਾ ਵੀ ਨਹੀਂ ਸੀ ਬਣੀ, ਸਾਰੀ ਦੁਨੀਆ ਤੋਂ ਸੇਵਾਦਾਰਾਂ ਵੱਲੋਂ ਭਾਰੀ ਗਿਣਤੀ ਵਿੱਚ ਸਹਾਇਤਾ ਦੇ ਪ੍ਰਸਤਾਵ ਆਉਣੇ ਸ਼ੁਰੂ ਹੋ ਗਏ। ਹਸਪਤਾਲ ਦੀ ਉਸਾਰੀ ਲਈ ਕੰਮ ਕਰਨ ਵਾਲਿਆਂ ਵਿੱਚੋਂ 75% ਸੇਵਾਦਾਰ ਸਨ। ਉਹਨਾਂ ਵਿੱਚੋਂ ਬਹੁਤ ਥੋੜ੍ਹੇ ਲੋਕਾਂ ਨੂੰ ਉਸਾਰੀ ਦਾ ਅਨੁਭਵ ਸੀ, ਪਰ ਸਭ ਨੂੰ ਸੇਵਾ ਦਾ ਮੌਕਾ ਦਿੱਤਾ ਗਿਆ ਅਤੇ ਜ਼ਰੂਰੀ ਸਿਖਲਾਈ ਦਿੱਤੀ ਗਈ ਤਾਂ ਜੋ ਉਹ ਸਤਿਗੁਰੂ ਦੇ ਪ੍ਰੇਮ ਪੂਰਵਕ ਕੀਤੇ ਜਾਣ ਵਾਲੀ ਸੇਵਾ ਤੋਂ ਲਾਭ ਪ੍ਰਾਪਤ ਕਰ ਸਕਣ। ਸਤਿਗੁਰੂ ਦੀ ਦਇਆ ਮਿਹਰ ਨੇ ਸੇਵਾਦਾਰਾਂ ਅੰਦਰ ਜੋਸ਼ ਭਰ ਦਿੱਤਾ। ਉਹਨਾਂ ਨੇ ਸਾਲਾਂ ਬੱਧੀ ਆਪਸ ਵਿੱਚ ਰਲ ਮਿਲ ਕੇ ਅਣਥੱਕ ਉਤਸ਼ਾਹ ਨਾਲ ਸੇਵਾ ਕੀਤੀ ਤਾਂ ਜੋ ਹਜ਼ੂਰ ਮਹਾਰਾਜ ਜੀ ਦਾ ਸੁਪਨਾ ਸਾਕਾਰ ਹੋ ਸਕੇ। ਸ਼ੁਰੂ ਦੇ ਖਾਕੇ ਨਕਸ਼ੇ ਤੋਂ ਲੈ ਕੇ ਹਸਪਤਾਲ ਦੀ ਉਸਾਰੀ ਪੂਰੀ ਹੋ ਜਾਣ ਤੱਕ ਹਜ਼ੂਰ ਮਹਾਰਾਜ ਜੀ ਨੇ ਖੁਦ ਪ੍ਰੇਮ ਪੂਰਵਕ ਕਦਮ ਕਦਮ 'ਤੇ ਸਾਰੇ ਕਾਰਜ ਬਾਰੇ ਅਗਵਾਹੀ ਪ੍ਰਦਾਨ ਕੀਤੀ। ਆਪ ਹਰ ਰੋਜ਼ ਉਸਾਰੇ ਵਾਲੀ ਥਾਂ ਉੱਤੇ ਚੱਕਰ ਲਾਉਂਦੇ ਸਨ। ਆਪ ਆਰਕੀਟੈਕਟਾਂ, ਇੰਜੀਨੀਅਰਾਂ ਅਤੇ ਲੈਂਡਸਕੇਪਰਾਂ ਨੂੰ ਸਲਾਹ ਦਿੰਦੇ ਸਨ ਕਿ ਹਸਪਤਾਲ ਦੀ ਇਮਾਰਤ ਸਾਦਾ ਪਰ ਸੁੰਦਰ ਹੋਣੀ ਚਾਹੀਦੀ ਹੈ। ਇੱਥੇ ਹਰਿਆਲੀ ਭਰਪੂਰ, ਸ਼ਾਂਤ ਅਤੇ ਸਵੱਛ ਵਾਤਾਵਰਨ ਹੋਣਾ ਚਾਹੀਦਾ ਹੈ ਤਾਂ ਜੋ ਇੱਥੇ ਆਉਣ ਵਾਲੇ ਇਸ ਇਲਾਕੇ ਦੇ ਲੋਕ ਆਰਾਮ ਅਤੇ ਸ਼ਾਂਤੀ ਮਹਿਸੂਸ ਕਰਨ। ਅੱਜ ਵੀ ਹਸਪਤਾਲ ਦੀ ਧਰਤੀ 'ਤੇ ਕਦਮ ਰੱਖਦੇ ਹੀ ਇੱਥੇ ਦਇਆ ਮਿਹਰ ਅਤੇ ਸ਼ਾਂਤੀ ਦੀ ਕੋਮਲ ਲਹਿਰ ਚੱਲ ਰਹੀ ਪ੍ਰਤੀਤ ਹੁੰਦੀ ਹੈ। ਮਹਾਰਾਜ ਜਗਤ ਸਿੰਘ ਮੈਡੀਕਲ ਰਿਲੀਫ ਸੁਸਾਇਟੀ ਬਿਆਸ, ਬਹੋਟਾ ਅਤੇ ਸਿਕੰਦਰਪੁਰ ਵਿਖੇ ਸਥਾਪਿਤ ਕੀਤੇ ਗਏ ਖਰਾਇਤੀ ਹਸਪਤਾਲਾਂ ਦਾ ਪ੍ਰਬੰਧ ਚਲਾਉਂਦੀ ਹੈ। ਭਾਰਤ ਵਿੱਚ ਵਾਪਰਨ ਵਾਲੀਆਂ ਵੱਡੀਆਂ ਆਫਤਾਂ ਸਮੇਂ ਡੇਰਾ ਅਕਸਰ ਇਹਨਾਂ ਨਾਲ ਪੀੜਿਤ ਲੋਕਾਂ ਦੀ ਕਈ ਤਰ੍ਹਾਂ ਸਹਾਇਤਾ ਕਰਦਾ ਹੈ। 2001 ਵਿੱਚ ਗੁਜਰਾਤ ਵਿੱਚ ਆਏ ਭੂਚਾਲ ਤੋਂ ਬਾਅਦ ਸਾਰੇ ਦੇਸ਼ ਤੋਂ ਆਏ ਸੇਵਾਦਾਰਾਂ ਨੇ ਇੱਥੇ 69 ਪਿੰਡਾਂ ਵਿੱਚ 69 ਸਕੂਲਾਂ ਦਾ ਨਿਰਮਾਣ ਕੀਤਾ। ਇੰਜੀਨੀਅਰਾਂ, ਆਰਕੀਟੈਕਟਾਂ, ਡਾਕਟਰਾਂ ਅਤੇ ਪਲੰਬਰਾਂ ਨੇ ਖੁਸ਼ੀ ਖੁਸ਼ੀ ਆਪਣਾ ਵਕਤ ਦੇ ਕੇ ਦਿਨ ਰਾਤ ਅਣਥੱਕ ਮਿਹਨਤ ਕੀਤੀ। ਉਸਾਰੀ ਦਾ ਕਾਰਜ ਮਈ 2001 ਵਿੱਚ ਸ਼ੁਰੂ ਹੋਇਆ। ਪਰਮਾਤਮਾ ਦੀ ਦਇਆ ਮੇਰ ਨਾਲ 5 ਮਹੀਨਿਆਂ ਵਿੱਚ ਸਾਰਾ ਕੰਮ ਮੁਕੰਮਲ ਹੋ ਗਿਆ। ਜਦੋਂ ਨਿਰਮਾਣ ਕਾਰਜ ਪੂਰਾ ਹੋ ਗਿਆ ਤਾਂ ਕਿਸੇ ਸੇਵਾਦਾਰ ਨੂੰ ਪੁੱਛਿਆ ਗਿਆ ਕਿ ਉਸਨੂੰ ਇੱਥੇ ਸੇਵਾ ਕਰਕੇ ਕਿਵੇਂ ਮਹਿਸੂਸ ਹੋਇਆ। ਸੇਵਾਦਾਰ ਨੇ ਜਵਾਬ ਦਿੱਤਾ,
ਇਹ ਜੀਵਨ ਵਿੱਚ ਇਨਕਲਾਬ ਲਿਆਉਣ ਵਾਲਾ ਅਨੁਭਵ ਸੀ। ਜੰਮੂ ਕਸ਼ਮੀਰ ਵਿੱਚ 2005 ਵਿੱਚ ਆਏ ਭੁਚਾਲ ਅਤੇ ਲੇਹ ਵਿੱਚ 2010 ਵਿੱਚ ਆਏ ਹੜ੍ਹਾਂ ਸਮੇਂ ਸੈਂਕੜੋ ਸੇਵਾਦਾਰਾਂ ਨੇ ਮੁਫ਼ਤ ਅਜਿਹੇ ਵੱਡੇ ਵੱਡੇ ਸ਼ੈੱਡ ਤਿਆਰ ਕੀਤੇ ਜਿਨ੍ਹਾਂ ਵਿੱਚ ਹੜ੍ਹ ਪੀੜਿਤ ਲੋਕ ਗਰਮੀ ਸਰਦੀ ਤੋਂ ਬਚ ਸਕਦੇ ਸਨ। ਸੰਤ ਸਤਿਗੁਰੂ ਸਦਾ ਇਹੋ ਉਪਦੇਸ਼ ਦਿੰਦੇ ਹਨ ਕਿ ਸਾਨੂੰ ਇਸ ਗੱਲ ਵੱਲ ਧਿਆਨ ਦਿੱਤੇ ਬਿਨਾਂ ਕਿ ਉਹ ਕੌਣ ਹਨ ਅਤੇ ਕਿਸ ਧਰਮ ਨੂੰ ਮੰਨਣ ਵਾਲੇ ਹਨ ਅਤੇ ਬਗੈਰ ਕਿਸੇ ਸ਼ਰਤ ਜਾਂ ਸਵਾਰਥ ਦੇ ਜ਼ਰੂਰਤਮੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਸੰਤ ਸਤਿਗੁਰੂ ਆਪਣੀ ਜ਼ਿੰਦਾ ਮਿਸਾਲ ਦੁਆਰਾ ਵੱਧ ਤੋਂ ਵੱਧ ਦਇਆ ਅਤੇ ਏਕਤਾ ਦੇ ਭਾਵ ਨਾਲ ਜੀਵਨ ਜਿਉਣ ਦੀ ਰਾਹ ਦਿਖਾਉਂਦੇ ਹਨ। 1980 ਵਿੱਚ ਜਦੋਂ ਪੰਜਾਬ ਵਿੱਚ ਅਸ਼ਾਂਤੀ ਫੈਲ ਗਈ ਤਾਂ ਅਨੇਕ ਬੇਘਰ ਲੋਕਾਂ ਨੇ ਡੇਰੇ ਆ ਕੇ ਸ਼ਰਨ ਲਈ। ਉਸ ਸਮੇਂ ਹਜ਼ੂਰ ਮਹਾਰਾਜ ਜੀ ਨੇ ਉਹਨਾਂ ਲਈ ਇੱਕ ਕੈਂਪ ਦਾ ਇੰਤਜ਼ਾਮ ਕਰ ਦਿੱਤਾ ਅਤੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਟੈਂਪਰੇਰੀ ਸਕੂਲ ਵੀ ਬਣਾ ਦਿੱਤਾ। 1965 ਅਤੇ 1971 ਦੀਆਂ ਜੰਗਾਂ ਸਮੇਂ ਵੀ ਡੇਰਾ ਸ਼ਰਨਾਰਥੀਆਂ ਲਈ ਸੁਰੱਖਿਅਤ ਜਗ੍ਹਾ ਬਣ ਗਿਆ ਸੀ। ਭਾਰਤ ਦੀ ਵੰਡ ਸਮੇਂ ਵੱਡੇ ਮਹਾਰਾਜ ਜੀ ਨੇ ਹਿੰਦੂਆਂ, ਸਿੱਖਾਂ, ਮੁਸਲਮਾਨਾਂ, ਸਤਸੰਗੀਆਂ ਅਤੇ ਗੈਰ ਸਤਸੰਗੀਆਂ ਸਭ ਲਈ ਸਮਾਨ ਰੂਪ ਵਿੱਚ ਡੇਰੇ ਦੇ ਦੁਆਰ ਖੋਲ੍ਹ ਦਿੱਤੇ। ਦੋਹਾਂ ਪਾਸਿਆਂ ਤੋਂ ਆਉਣ ਜਾਣ ਵਾਲੇ ਸ਼ਰਨਾਰਥੀਆਂ ਲਈ ਬਿਆਸ ਰੇਲਵੇ ਸਟੇਸ਼ਨ ਉੱਤੇ ਤਾਜ਼ਾ ਭੋਜਨ ਭੇਜਿਆ ਜਾਂਦਾ ਸੀ। ਸ਼ਰਨਾਰਥੀਆਂ ਦੇ ਦੁੱਖ ਅਤੇ ਨੁਕਸਾਨ ਦਾ ਬਿਰਤਾਂਤ ਸੁਣ ਕੇ ਵੱਡੇ ਮਹਾਰਾਜ ਜੀ ਦਾ ਹਿਰਦੇ ਦਇਆ ਨਾਲ ਭਰ ਗਿਆ ਅਤੇ ਆਪ ਨੇ ਬਹੁਤ ਹਮਦਰਦੀ ਨਾਲ ਸਭ ਦੀ ਸਹਾਇਤਾ ਅਤੇ ਸੰਭਾਲ ਕੀਤੀ। ਕਿਹਾ ਜਾਂਦਾ ਹੈ ਕਿ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਨੂੰ ਵੱਡੇ ਮਹਾਰਾਜ ਜੀ ਦੇ ਨੇਤਰਾਂ ਵਿੱਚ ਅਥਰੂ ਝਲਕਦੇ ਦਿਖਾਈ ਦਿੱਤੇ ਸਨ। ਆਪ ਨੇ ਸੰਗਤ ਨੂੰ ਸਮਝਾਇਆ ਕਿ ਕਦੇ ਵੀ ਕਿਸੇ ਨੂੰ ਆਪਣਾ ਦੁਸ਼ਮਣ ਨਹੀਂ ਸਮਝਣਾ ਚਾਹੀਦਾ ਅਤੇ ਕਿਸੇ ਦੀਆਂ ਭਾਵਨਾ ਨੂੰ ਠੇਸ ਪਹੁੰਚਾਉਣਾ ਹੋਰ ਪਾਪ ਹੈ। ਇਸ ਸਾਰੀਆਂ ਵਾਰਤਾਵਾਂ ਸੁਣ ਕੇ ਅਤੇ ਡੇਰੇ ਦੀਆਂ ਅਨੇਕ ਸਹੂਲਤਾਂ ਅਤੇ ਗਤੀਵਿਧੀਆਂ ਦੇਖ ਕੇ ਮੇਰੇ ਅੰਦਰ ਇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਦੀ ਇੱਛਾ ਪੈਦਾ ਹੋ ਗਈ ਕਿ ਇੰਨੇ ਉੱਚੇ ਕਿਸਮ ਦੇ ਅਨੁਸ਼ਾਸਨ, ਸਫਾਈ ਅਤੇ ਪ੍ਰਬੰਧ ਦੇ ਪਿੱਛੇ ਕਿਹੜੀ ਸ਼ਕਤੀ ਕੰਮ ਕਰ ਰਹੀ ਹੈ। ਮਿਸਾਲ ਦੇ ਤੌਰ 'ਤੇ ਸਤਸੰਗ ਤੋਂ ਬਾਅਦ ਸੁਰੱਖਿਆ ਵਾਲੇ ਸੇਵਾਦਾਰ, ਪੈਦਲ ਚੱਲਣ ਵਾਲੀ ਸੰਗਤ ਅਤੇ ਅਣਗਿਣਤ ਬੱਸਾਂ, ਕਾਰਾਂ, ਸਕੂਟਰਾਂ ਅਤੇ ਸਾਈਕਲਾਂ ਦੇ ਪਰਵਾਹ ਦੀ ਰਾਹ ਵਿਖਾਲੀ ਲਈ ਥਾਂ ਥਾਂ ਮੌਜੂਦ ਹੁੰਦੇ ਹਨ। ਇੰਨੀ ਭਾਰੀ ਭੀੜ ਦਾ ਆਸਾਨੀ ਅਤੇ ਬਿਨਾਂ ਰੁਕਾਵਟ ਚੱਲਦੇ ਰਹਿਣਾ ਇਸ ਗੱਲ ਦਾ ਸਬੂਤ ਹੈ ਕਿ ਹਰ ਵਿਭਾਗ ਛੋਟੀ ਤੋਂ ਛੋਟੀ ਗੱਲ ਵੱਲ ਪੂਰਾ ਧਿਆਨ ਦਿੰਦਾ ਹੈ। ਸੇਠੀ ਸਾਹਿਬ ਦੁਆਰਾ ਕਹੇ ਗਏ ਕੁਝ ਸ਼ਬਦਾਂ ਨਾਲ ਸਾਰੀ ਗੱਲ ਨੂੰ ਠੀਕ ਰੂਪ ਵਿੱਚ ਸਮਝਣਾ ਆਸਾਨ ਹੋ ਗਿਆ। ਡੇਰੇ ਦੀ ਇਮਾਰਤਾਂ ਦੀ ਹਰ ਇੱਟ, ਇੱਥੋਂ ਦੇ ਪੇੜਾਂ ਦੇ ਹਰ ਪੱਤੇ, ਘਾਹ ਦੇ ਹਰ ਤਿਨਕੇ ਅਤੇ ਮਿੱਟੀ ਦੇ ਹਰ ਕਣ ਵਿੱਚੋਂ ਇੱਕੋ ਹੀ ਮਹਿਕ ਝਲਕਦੀ ਹੈ, ਉਹ ਹੈ ਸਤਿਗੁਰਾਂ ਦਾ ਸੰਗਤ ਲਈ ਪ੍ਰੇਮ ਅਤੇ ਸੰਗਤ ਦਾ ਆਪਣੇ ਸਤਿਗੁਰਾਂ ਲਈ ਪ੍ਰੇਮ। ਸਾਡੀ ਆਮਦਨ ਦਾ ਜ਼ਰੀਆ ਸੰਗਤ ਦੀ ਸੇਵਾ ਹੈ, ਪਰ ਸੰਗਤ ਦੀ ਸੇਵਾ ਦੇ ਹਰ ਪੈਸੇ ਦਾ ਪੂਰਾ ਪੂਰਾ ਹਿਸਾਬ ਰੱਖਿਆ ਜਾਂਦਾ ਹੈ ਅਤੇ ਪੈਸੇ ਦਾ ਵੀ ਇਸਤੇਮਾਲ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਸੰਗਤ ਦੇ ਪ੍ਰੇਮ ਦਾ ਬੀਜ ਵੱਧ ਤੋਂ ਵੱਧ ਫਲਦਾ ਰਹੇ ਅਤੇ ਫੁੱਲਦਾ ਰਹੇ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਡੇਰਾ ਬਿਆਸ ਦੇ ਸੰਤ ਸਤਿਗੁਰੂ ਆਪਣੀ ਹੱਕ ਹਲਾਲ ਦੀ ਕਮਾਈ ਉੱਤੇ ਗੁਜ਼ਾਰਾ ਕਰਦੇ ਹਨ। ਉਹ ਇੱਕ ਆਦਰਸ਼ ਸਦਾਚਾਰਕ ਅਤੇ ਪਰਮਾਰਥੀ ਜੀਵਨ ਜਿਉਂਦੇ ਹਨ ਜਿਹੜਾ ਕਿ ਸੰਗਤ ਲਈ ਇੱਕ ਉੱਚ ਕੋਟੀ ਦੀ ਮਿਸਾਲ ਦਾ ਕੰਮ ਕਰਦਾ ਹੈ। ਇਹੀ ਸੱਚਾਈ ਇਸ ਵਿਸ਼ਾਲ ਸੰਸਥਾ ਦੇ ਸੁਚਾਰੂ ਢੰਗ ਨਾਲ ਚੱਲ ਰਹੇ ਪ੍ਰਬੰਧ ਦਾ ਆਧਾਰ ਹੈ। ਡੇਰੇ ਦੀ ਇੱਕ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਦਾ ਸਾਰਾ ਕਾਰਜ ਸੇਵਾਦਾਰ ਚਲਾਉਂਦੇ ਹਨ। ਲਗਭਗ 1500 ਸਥਾਈ ਸੇਵਾਦਾਰ ਸਾਰਾ ਸਾਲ ਡੇਰੇ ਦਾ ਪ੍ਰਬੰਧ ਚਲਾਉਂਦੇ ਹਨ।
ਪਰ ਜਦੋਂ ਸੰਗਤ ਦੀ ਗਿਣਤੀ ਲੱਖਾਂ ਵਿੱਚ ਜਾ ਪਹੁੰਚਦੀ ਹੈ ਅਤੇ ਹੋਰ ਅਨੇਕ ਸੇਵਾਦਾਰਾਂ ਦੀ ਲੋੜ ਪੈਂਦੀ ਹੈ ਤਾਂ ਇੱਕ ਚਮਤਕਾਰ ਵਾਪਰ ਜਾਂਦਾ ਹੈ। ਡੇਰੇ ਵਿੱਚ ਸ਼ਰਧਾ ਅਤੇ ਭਗਤੀ ਭਾਵ ਦੀ ਪ੍ਰਬਲ ਲਹਿਰ ਉੱਭਰ ਆਉਂਦੀ ਹੈ ਅਤੇ ਨੇੜਲੇ ਪਿੰਡਾਂ ਅਤੇ ਪ੍ਰਾਂਤਾਂ ਤੋਂ ਲਗਭਗ 35,000 ਜੱਥਾ ਸੇਵਾਦਾਰ ਡੇਰੇ ਪਹੁੰਚ ਜਾਂਦੇ ਹਨ। ਕਿਸੇ ਉੱਤੇ ਸੇਵਾ ਕਰਨ ਲਈ ਕੋਈ ਦਬਾਅ ਨਹੀਂ ਪਾਇਆ ਜਾਂਦਾ। ਸਭ ਲੋਕ ਆਪਣੀ ਮਰਜ਼ੀ ਅਤੇ ਨਿਸ਼ਕਾਮ ਭਾਵ ਨਾਲ ਸੇਵਾ ਲਈ ਆਉਂਦੇ ਹਨ। ਉਹਨਾਂ ਦੇ ਅੰਦਰ ਸਿਰਫ ਸੇਵਾ ਕਰਨ ਦੀ ਇੱਛਾ ਹੁੰਦੀ ਹੈ, ਭਾਵੇਂ ਸਖਤ ਗਰਮੀ ਹੋਵੇ, ਭਾਵੇਂ ਸਖਤ ਸਰਦੀ। ਉਹ ਘੰਟਿਆਂ ਬੱਧੀ ਖੁਸ਼ੀ ਖੁਸ਼ੀ ਸੇਵਾ ਕਰਦੇ ਰਹਿੰਦੇ ਹਨ। ਉਹਨਾਂ ਦੀਆਂ ਅੱਖਾਂ ਵਿੱਚ ਦਿਖਾਈ ਦਿੰਦੀ ਚਮਕ ਸੇਵਾ 'ਚੋਂ ਪ੍ਰਾਪਤ ਹੋਣ ਵਾਲੀ ਖੁਸ਼ੀ ਤੋਂ ਉਪਜਦੀ ਹੈ। ਉਹ ਬਗੈਰ ਕਿਸੇ ਫਲ ਦੀ ਆਸ਼ਾ ਦੇ ਆਪਣੇ ਆਪ ਨੂੰ ਦੂਸਰਿਆਂ ਉੱਤੇ ਕੁਰਬਾਨ ਕਰ ਦੇਣਾ ਚਾਹੁੰਦੇ ਹਨ। ਹਜ਼ੂਰ ਮਹਾਰਾਜ ਜੀ ਨੇ ਉਹਨਾਂ ਦਾ ਭਗਤੀ ਭਾਵ ਇਸ ਤਰ੍ਹਾਂ ਬਿਆਨ ਕੀਤਾ ਹੈ। ਲਵ ਮੇਕਸ ਇਟ ਗੋ ਟੂ ਵੈਰੀ ਫਰੈਂਕ ਬਿਕਾਜ਼ ਵੀ ਡੋਂਟ ਹੈਵ ਐਨੀ ਪੇਡ ਪੀਪਲ ਟੂ ਵਰਕ ਨਾਈਦਰ ਦ ਪੇਡ ਪੀਪਲ ਕੈਨ ਵਰਕ ਵਿਦ ਸੋ ਮਚ ਡਿਵੋਸ਼ਨ ਐਂਡ ਲਵ ਐਂਡ ਦੇ ਨੋ ਵਟ ਆਰ ਦੇਅਰ ਡਿਊਟੀਜ਼ ਵਟ ਆਰ ਦੇ ਰਿਕੁਆਇਰਮੈਂਟਸ ਸਪੋਜ ਟੂ ਡੂ ਐਂਡ ਵੀ ਜਸਟ ਵਾਚ ਦੈਮ ਬਿਕਾਜ਼ ਵੀ ਹੈਵ ਓਨਲੀ ਹੈਂਡਫੁੱਲ ਆਫ ਸੇਵਾਦਾਰ ਇਨ ਦੀ ਲੇਰਾ ਬਟ ਔਨ ਸਚ ਓਕੇਜ਼ਨ ਦੇ ਆਲ ਕਮ ਫਰੋਮ ਡਿਫਰੈਂਟ ਡਾਇਰੈਕਸ਼ਨਸ ਐਂਡ ਥਾਊਜ਼ੈਂਡਸ ਐਜ਼ ਯੂ ਆਰ ਸੀਇੰਗ ਦੈਮ ਐਂਡ ਦੇ ਟੇਕ ਟੂ ਦੇਅਰ ਓਨ ਡਿਊਟੀਜ਼ ਐਂਡ ਵੰਡਰਫੁਲੀ ਦੇ ਆਰ ਸਰਵਿੰਗ ਦੀ ਪੀਪਲ ਲੁਕਿੰਗ ਟੂ ਦੇਅਰ ਰਿਕੁਆਇਰਮੈਂਟਸ ਦੇ ਆਰ ਨੀਡਸ ਐਂਡ ਦੇ ਮੇਕ ਅਸ ਫੀਲ ਦੈਟ ਪ੍ਰੋਬਬਲੀ ਵੀ ਆਰ ਡੂਇੰਗ ਇਟ ਦੇ ਡੋਂਟ ਵਾਂਟ ਟੂ ਈਵਨ ਅਸਿਊਮ ਦੈਟ ਦੇ ਆਰ ਡੂਇੰਗ ਇਟ ਬਟ ਦੇ ਡੂ ਇਟ ਬਿਊਟੀਫੁਲੀ ਸਰਵਿੰਗ ਐਂਡ ਆਫਟਰ ਦੀ ਭੰਡਾਰਾ ਵਿਲ ਬੀ ਓਵਰ ਦੇ ਵਿਲ ਜਸਟ ਪੈਕ ਅਪ ਦੋਜ਼ ਥਿੰਗਸ ਪੁੱਟ ਦੈਮ ਇਨ ਦੀ ਸਟੋਰਸ ਐਂਡ ਵੀ ਜਸਟ ਗੋ ਬੈਕ ਟੂ ਯਰ ਹੋਮਸ। ਜਦੋਂ ਸੇਵਾਦਾਰਾਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਸੇਵਾ ਕਿਉਂ ਕਰਦੇ ਹੋ ਤਾਂ ਉਹ ਸਿਰਫ ਮੁਸਕਰਾ ਛੱਡਦੇ ਹਨ। ਹਜ਼ੂਰ ਮਹਾਰਾਜ ਜੀ ਅਕਸਰ ਕਿਹਾ ਕਰਦੇ ਸਨ, ਸੱਚੀ ਖੁਸ਼ੀ ਪਿਆਰ ਕੀਤੇ ਜਾਣ ਨਾਲੋਂ ਪਿਆਰ ਕਰਨ ਵਿੱਚ ਹੈ, ਲੈਣ ਦੀ ਬਜਾਏ ਦੇਣ ਵਿੱਚ ਹੈ ਅਤੇ ਸੇਵਾ ਕਰਾਉਣ ਨਾਲੋਂ ਸੇਵਾ ਕਰਨ ਵਿੱਚ ਹੈ। ਸੇਵਾਦਾਰਾਂ ਦਾ ਉਤਸ਼ਾਹ ਅਤੇ ਸੰਗਤ ਦੀ ਸੇਵਾ ਪ੍ਰਤੀ ਉਹਨਾਂ ਦੀ ਭਗਤੀ ਭਾਵ ਬਿਆਨ ਤੋਂ ਬਾਹਰ ਹੈ। ਉਹ ਪ੍ਰਭੂ ਦੇ ਪ੍ਰੇਮ ਕਾਰਨ ਬਦੋ ਬਦੀ ਖਿੱਚੇ ਚਲੇ ਆਉਂਦੇ ਹਨ। ਇਹ ਪ੍ਰੇਮ ਉਹਨਾਂ ਵਿੱਚ ਨਵਾਂ ਉਤਸ਼ਾਹ ਭਰ ਜਾਂਦਾ ਹੈ। ਡੇਰੇ ਦਾ ਪੂਰਾ ਵਾਤਾਵਰਣ ਉਹਨਾਂ ਦੀ ਪ੍ਰੇਮ ਭਰੀ ਸੇਵਾ ਦੀ ਸ਼ਕਤੀ ਨਾਲ ਭਰਪੂਰ ਦਿਖਾਈ ਦਿੰਦਾ ਹੈ। ਸਾਨੂੰ ਰੋੜੀ ਦੀ ਸੇਵਾ ਸਮੇਂ ਇਸ ਦੀ ਸ਼ਕਤੀ ਦਾ ਅਨੁਭਵ ਹੋਇਆ। ਰੋੜੀ ਦੀ ਸੇਵਾ ਸਾਰਾ ਸਾਲ ਚਲਦੀ ਰਹਿੰਦੀ ਹੈ ਅਤੇ ਕੋਈ ਵੀ ਇਹ ਸੇਵਾ ਕਰ ਸਕਦਾ ਹੈ। ਇੱਥੇ ਪੁਰਾਣੀਆਂ ਟੁੱਟੀਆਂ ਹੋਈਆਂ ਇੱਟਾਂ ਦੀ ਰੋੜੀ ਬਣਾਈ ਜਾਂਦੀ ਹੈ ਜਿਹੜੀ ਨਵੀਆਂ ਇਮਾਰਤਾਂ ਦੀਆਂ ਨੀਹਾਂ ਭਰਨ ਵਿੱਚ ਕੰਮ ਆਉਂਦੀ ਹੈ। ਜਵਾਨਾਂ ਅਤੇ ਬਜ਼ੁਰਗਾਂ ਨੂੰ ਇਕੱਠੇ ਸੇਵਾ ਕਰਦੇ ਦੇਖ ਕੇ ਸੇਵਾ ਲਈ ਪ੍ਰੇਰਣਾ ਮਿਲਦੀ ਹੈ। ਇਸ ਨਾਲ ਬਹੁਤ ਸਾਰੀਆਂ ਪਿਆਰੀਆਂ ਯਾਦਾਂ ਤਾਜ਼ਾ ਹੋ ਗਈਆਂ। ਵੱਡੇ ਮਹਾਰਾਜ ਜੀ ਨੇ ਫਰਮਾਇਆ ਸੀ, ਡੇਰੇ ਵਿੱਚ ਉਸਾਰੀ ਦਾ ਕੰਮ ਹਮੇਸ਼ਾ ਚੱਲਦਾ ਰਹੇਗਾ। ਆਪ ਦੇ ਬਚਨ ਕਿੰਨੇ ਸੱਚ ਸਾਬਿਤ ਹੋਏ ਹਨ। ਸਾਰੇ ਡੇਰੇ ਵਿੱਚ ਲਗਾਤਾਰ ਕਿਤੇ ਨਵੀਂ ਉਸਾਰੀ ਚੱਲ ਰਹੀ ਹੁੰਦੀ ਹੈ ਜਾਂ ਕਿਸੇ ਪੁਰਾਣੀ ਇਮਾਰਤ ਦੀ ਮੁਰੰਮਤ ਹੋ ਰਹੀ ਹੁੰਦੀ ਹੈ। ਸੇਵਾਦਾਰ ਸਹਾਇਤਾ ਲਈ ਹਮੇਸ਼ਾ ਤਿਆਰ ਰਹਿੰਦੇ ਹਨ, ਭਾਵੇਂ ਉਹ ਕਾਰੀਗਰ ਹੋਣ ਜਾਂ ਲੇਬਰ। ਬੀਬੀਆਂ ਅਤੇ ਭਾਈ ਰਲ ਮਿਲ ਕੇ ਇਹਨਾਂ ਸਾਦਾ ਅਤੇ ਸੁੰਦਰ ਇਮਾਰਤਾਂ ਦੇ ਨਿਰਮਾਣ ਵਿੱਚ ਲੱਗੇ ਰਹਿੰਦੇ ਹਨ। ਡੇਰਾ ਆਤਮ ਨਿਰਭਰ ਹੈ,
ਉਸਾਰੀ ਵਿੱਚ ਵਰਤੀ ਜਾਣ ਵਾਲੀ ਬਹੁਤੀ ਸਮੱਗਰੀ ਡੇਰੇ ਵਿੱਚ ਹੀ ਤਿਆਰ ਕੀਤੀ ਜਾਂਦੀ ਹੈ। ਡੇਰੇ ਦੀ ਉਸਾਰੀ ਵਿੱਚ ਲੱਗੀ ਹਰ ਇੱਟ ਡੇਰੇ ਦੇ ਇੱਟਾਂ ਦੇ ਪੱਠੇ 'ਤੇ ਤਿਆਰ ਹੁੰਦੀ ਹੈ। ਬਾਬਾ ਜੈਮਲ ਸਿੰਘ ਜੀ ਦੇ ਸਮੇਂ ਜਦੋਂ ਖੂਹ ਬਣਾਉਣ ਲਈ ਇੱਟਾਂ ਦੀ ਲੋੜ ਪਈ ਤਾਂ ਇੱਥੇ ਸਭ ਤੋਂ ਪਹਿਲਾਂ ਇੱਟਾਂ ਦਾ ਪੱਠਾ ਬਣਾਇਆ ਗਿਆ। ਉਹਨਾਂ ਦਿਨਾਂ ਵਿੱਚ ਪੱਠੇ ਵਿੱਚ ਇੱਟਾਂ ਨੂੰ ਪਕਾਉਣ ਵਿੱਚ 6 ਤੋਂ 8 ਹਫ਼ਤੇ ਲੱਗ ਜਾਂਦੇ ਸਨ। ਅੱਜ ਡੇਰੇ ਦੇ ਪੱਠੇ ਵਿੱਚ ਜਿਹੜਾ ਪਰਿਆਵਰਨ ਦੇ ਨਿਯਮਾਂ ਅਨੁਸਾਰ ਬਣਾਇਆ ਗਿਆ ਹੈ, ਹਰ ਰੋਜ਼ ਲਗਭਗ 50,000 ਇੱਟਾਂ ਤਿਆਰ ਹੋ ਜਾਂਦੀਆਂ ਹਨ। ਮਕਾਨਾਂ, ਹੋਸਟਲਾਂ, ਦਫ਼ਤਰਾਂ ਅਤੇ ਫੁੱਟਪਾਥਾਂ ਲਈ ਵਰਤੀਆਂ ਜਾਣ ਵਾਲੀਆਂ ਟਾਈਲਾਂ ਇੱਥੋਂ ਦੀ ਟਾਈਲ ਵਰਕਸ਼ਾਪ ਵਿੱਚ ਤਿਆਰ ਕੀਤੀਆਂ ਜਾਂਦੀਆਂ ਹਨ। ਇਮਾਰਤਾਂ ਦੀ ਉਸਾਰੀ ਵਿੱਚ ਵਰਤੀ ਜਾਣ ਵਾਲੀ ਦੂਸਰੀ ਸਮੱਗਰੀ ਕਾਰਪੈਂਟਰੀ, ਹਾਰਡਵੇਅਰ, ਪੇਂਟ ਅਤੇ ਆਇਰਨ ਵਰਕਸ਼ਾਪਾਂ ਵਿੱਚ ਤਿਆਰ ਕੀਤੀ ਜਾਂਦੀ ਹੈ। ਇਸ ਨੂੰ ਲੋਕ ਸੇਵਾ ਕਹਿੰਦੇ ਹਨ। ਲਗਭਗ 1,000 ਸੇਵਾਦਾਰ ਇਕੱਠੇ ਹੋ ਕੇ ਨਵੀਆਂ ਸੜਕਾਂ ਦੇ ਨਿਰਮਾਣ ਅਤੇ ਪੁਰਾਣੀਆਂ ਸੜਕਾਂ ਦੀ ਮੁਰੰਮਤ ਦੇ ਇਸ ਅਤਿਅੰਤ ਚੁਣੌਤੀ ਭਰੇ ਕਾਰਜ ਵਿੱਚ ਜੁੜ ਜਾਂਦੇ ਹਨ। ਲੁੱਕ ਡੇਰੇ ਦੇ ਹੌਟ ਵੈਟ ਮਿਕਸ ਪਲਾਂਟ ਵਿੱਚ ਤਿਆਰ ਕੀਤੀ ਜਾਂਦੀ ਹੈ। ਇਹ ਪਲਾਂਟ ਏਅਰ ਕੰਡੀਸ਼ਨਡ ਕੈਬਿਨ ਵਿੱਚ ਕੰਪਿਊਟਰ ਪ੍ਰਣਾਲੀ ਦੁਆਰਾ ਕਾਰਜ ਕਰਦਾ ਹੈ। ਲੁੱਕ ਦੀ ਸੇਵਾ ਗਰਮੀ ਦੀ ਸਿਖਰ ਦੇ ਮੌਸਮ ਵਿੱਚ ਹੁੰਦੀ ਹੈ, ਜਦੋਂ ਤਾਪਮਾਨ 48 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ, ਕਿਉਂਕਿ ਗਰਮੀ ਲੁੱਕ ਨੂੰ ਪਿਘਲਾ ਕੇ ਇਕਸਾਰ ਕਰ ਦਿੰਦੀ ਹੈ। ਇਸ ਨਾਲ ਪੱਧਰੀਆਂ ਸੜਕਾਂ ਦੀ ਉਸਾਰੀ ਵਿੱਚ ਸਹਾਇਤਾ ਮਿਲਦੀ ਹੈ। ਮੈਂ ਇੱਕ ਸੇਵਾਦਾਰ ਨੂੰ ਪੁੱਛਿਆ ਕਿ ਤੁਸੀਂ ਇੰਨੀ ਗਰਮੀ ਵਿੱਚ ਸੇਵਾ ਕਿਸ ਤਰ੍ਹਾਂ ਕਰਦੇ ਹੋ। ਉਸਨੇ ਜਵਾਬ ਦਿੱਤਾ, ਸਾਨੂੰ ਸ਼ਕਤੀ ਅਤੇ ਸਮਰੱਥਾ ਉਹੀ ਬਖਸ਼ਦਾ ਹੈ। ਸੇਵਾ ਅਸੰਭਵ ਨੂੰ ਵੀ ਸੰਭਵ ਬਣਾ ਦਿੰਦੀ ਹੈ। ਅੱਜ ਡੇਰਾ 1,900 ਏਕੜ ਰਕਬੇ ਉੱਤੇ ਫੈਲਿਆ ਹੋਇਆ ਹੈ। ਉਸਾਰੀ ਅਤੇ ਦੇਖਭਾਲ ਦੇ ਸਾਰੇ ਕਾਰਜਾਂ ਦੀ ਜ਼ਿੰਮੇਵਾਰੀ ਇੰਜੀਨੀਅਰਿੰਗ ਵਿਭਾਗ ਸੰਭਾਲਦਾ ਹੈ, ਪਰ ਦੂਰਦਰਸ਼ੀ ਸਿਰਫ ਸਤਿਗੁਰੂ ਹਨ। 1 ਵਾਰ ਸਤਿਗੁਰੂ ਉਸਾਰੀ ਵਾਲੀ ਕਿਸੇ ਥਾਂ ਦੇ ਨਿਰੀਖਣ ਲਈ ਗਏ ਤਾਂ ਕਮੇਟੀ ਨੇ ਉਹਨਾਂ ਦੇ ਸਾਹਮਣੇ ਡੇਰੇ ਦੇ ਵਿਕਾਸ ਲਈ ਤਿਆਰ ਕੀਤੇ ਰੇਖਾ ਚਿੱਤਰ ਅਤੇ ਯੋਜਨਾਵਾਂ ਪੇਸ਼ ਕੀਤੀਆਂ। ਉਹਨਾਂ ਨੂੰ ਭਲੀ ਭਾਂਤ ਕੋਖ ਕਰਨ ਤੋਂ ਬਾਅਦ ਸਤਿਗੁਰੂ ਨੇ ਫਰਮਾਇਆ, ਤੁਹਾਡੀਆਂ ਯੋਜਨਾਵਾਂ ਸਿਰਫ ਅਗਲੇ 10 ਸਾਲ ਲਈ ਠੀਕ ਹਨ, ਜਦਕਿ ਮੇਰਾ ਧਿਆਨ ਸੰਗਤ ਦੀਆਂ ਅਗਲੇ 50 ਸਾਲ ਦੀਆਂ ਜ਼ਰੂਰਤਾਂ ਉੱਤੇ ਹੈ। ਸਤਿਗੁਰੂ ਹੀ ਹਰ ਨਵੇਂ ਨਿਰਮਾਣ ਦੇ ਅਸਲ ਨਿਰਮਾਤਾ ਅਤੇ ਉਸਦੇ ਪਿੱਛੇ ਕੰਮ ਕਰ ਰਹੀ ਅਸਲ ਪ੍ਰੇਰਣਾ ਹਨ। ਉਹਨਾਂ ਦੀ ਅਗਵਾਈ ਵਿੱਚ ਲਗਾਤਾਰ ਨਵੀਆਂ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਤੇਜ਼ ਰਫ਼ਤਾਰ ਨਾਲ ਨਵੇਂ ਨਿਰਮਾਣ ਹੋ ਰਹੇ ਹਨ। ਪਰ ਡੇਰਾ ਸਿਰਫ ਇਮਾਰਤਾਂ ਜਾਂ ਮੂਲਭੂਤ ਸਹੂਲਤਾਂ ਤੱਕ ਹੀ ਸੀਮਿਤ ਨਹੀਂ ਹੈ। ਇਸਦਾ ਅਸਲ ਮੰਤਵ ਆਪਣੇ ਅੰਦਰ ਨਿਮਰਤਾ ਦਾ ਗੁਣ ਨਿਰਮਾਣ ਕਰਨ ਵਿੱਚ ਸਹਾਇਤਾ ਦੇਣਾ ਹੈ। ਸਤਿਗੁਰ ਅਕਸਰ ਸਮਝਾਉਂਦੇ ਹਨ ਕਿ ਤਨ ਦੀ ਸੇਵਾ ਅਸਲ ਮੰਤਵ ਦੀ ਸਿੱਧੀ ਦਾ ਸਾਧਨ ਮਾਤਰ ਹੈ। ਸੇਵਾ ਨਾਲ ਮਨ ਦੀ ਸਫਾਈ ਹੁੰਦੀ ਹੈ ਤਾਂ ਜੋ ਅਸੀਂ ਆਪਣੀ ਸੁਰਤ ਸਮੇਟ ਕੇ ਅੰਦਰ ਸ਼ਬਦ ਨਾਲ ਜੋੜ ਸਕੀਏ, ਅਤੇ ਇਹੋ ਸਾਡੀ ਸੱਚੀ ਸੇਵਾ ਹੈ। ਡੇਰੇ ਵਿੱਚ ਸਫਾਈ ਅਤੇ ਅਰੋਗਤਾ ਦੇ ਸਾਧਨਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਸਾਰੇ ਡੇਰੇ ਵਿੱਚ ਉਸਾਰੇ ਗਏ ਹਜ਼ਾਰਾਂ ਸ਼ੌਚਾਲਿਆਂ ਅਤੇ ਗੁਸਲਖਾਨਿਆਂ ਦੀ ਰੋਜ਼ ਸਫਾਈ ਕੀਤੀ ਜਾਂਦੀ ਹੈ। ਸਾਰੀਆਂ ਗਲੀਆਂ ਅਤੇ ਸੜਕਾਂ ਦੀ ਵੀ ਸਫਾਈ ਕੀਤੀ ਜਾਂਦੀ ਹੈ। ਕਈ ਵਾਰ ਹੈਰਾਨੀ ਹੁੰਦੀ ਹੈ, ਇਹ ਸਭ ਕਿਸ ਤਰ੍ਹਾਂ ਸੰਭਵ ਹੋ ਜਾਂਦਾ ਹੈ, ਇਹ ਸਭ ਕੌਣ ਕਰਦਾ ਹੈ, ਉਹ ਕਦੋਂ ਇਹ ਸਭ ਕੁਝ ਕਰਦੇ ਹਨ।
ਸਵੇਰੇ ਤੜਕੇ 3 ਵਜੇ, ਇੱਥੋਂ ਤੱਕ ਕਿ ਕੜਾਕੇ ਦੀ ਠੰਡ ਦੇ ਦਿਨਾਂ ਵਿੱਚ ਵੀ ਜਦੋਂ ਤਾਪਮਾਨ 2 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਜਾਂਦਾ ਹੈ, ਸਫਾਈ ਵਾਲੇ ਸੇਵਾਦਾਰ ਧੁਲਾਈ ਸਫਾਈ ਕਰਦੇ ਹੋਏ ਅਤੇ ਝਾੜੂ ਲਾਉਂਦੇ ਹੋਏ ਦਿਖਾਈ ਦਿੰਦੇ ਹਨ। ਨਿਰਧਾਰਿਤ ਸਤਸੰਗਾਂ ਦੇ ਦੌਰਾਨ 1000 ਤੋਂ ਵੱਧ ਸੇਵਾਦਾਰਾਂ ਨੂੰ ਸਫਾਈ ਦੀ ਸੇਵਾ ਦਿੱਤੀ ਜਾਂਦੀ ਹੈ। ਸਾਡੀ ਖੁਸ਼ਕਿਸਮਤੀ ਹੈ ਕਿ ਸਫਾਈ ਦੇ ਮਹਿਕਮੇ ਦੇ ਇੰਚਾਰਜ ਸੇਵਾਦਾਰ ਨਾਲ ਸਾਡੀ ਮੁਲਾਕਾਤ ਹੋ ਗਈ, ਜਿਨ੍ਹਾਂ ਨੇ ਸਾਨੂੰ ਸਫਾਈ ਦੇ ਇਸ ਮਹਿਕਮੇ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੇ ਅੰਦਰ ਭਾਰੀ ਜੋਸ਼ ਅਤੇ ਉਤਸ਼ਾਹ ਸੀ ਅਤੇ ਉਹਨਾਂ ਦੀ ਆਪਣੀ ਬਿਰਤੀ ਦਾ ਪ੍ਰਭਾਵ ਸਾਰੇ ਜੱਥੇ ਉੱਤੇ ਪ੍ਰਤੱਖ ਦਿਖਾਈ ਦਿੰਦਾ ਸੀ। ਮੇਰੇ ਮਾਤਾ ਪਿਤਾ ਨੇ ਨਾਮ ਤਾਂ ਲਿਆ, ਉਹ ਕਹਿੰਦੇ ਆਪਾਂ ਡੇਰੇ ਜਿੱਤ ਕਰ ਚੱਲੀਏ। ਬਾਬਾ ਜੀ ਕੀ ਹੋਊਗਾ ਤੁਹਾਨੂੰ? ਬਾਬਾ ਜੀ ਕਹਿੰਦੇ ਬੇਟਾ, ਡੇਰਾ ਕੋਈ ਇੱਟਾਂ ਪੱਥਰਾਂ ਦੇ ਨਹੀਂ ਬਣਿਆ, ਡੇਰੇ ਚ ਡਿਸਿਪਲਿਨ ਹੈ, ਕੋਈ ਅਸੂਲ ਹੈ। ਜੇ ਤਾਂ ਆਪਾਂ ਡੇਰੇ ਦੇ ਅਸੂਲਾਂ ਨੂੰ ਮੰਨਦੇ ਹਾਂ, ਡਿਸਿਪਲਿਨ ਨੂੰ ਮੰਨਦੇ ਹਾਂ, ਜਿੱਥੇ ਮਰਜ਼ੀ ਜਿਹੜੀ ਹੈ ਥੱਲੇ ਨਹੀਂ ਡੇਰਾ ਜੀ। ਜੇ ਡਿਸਿਪਲਿਨ ਨਹੀਂ ਮੰਨਦੇ, ਅਸੂਲ ਨਹੀਂ ਮੰਨਦੇ, ਡੇਰੇ ਜਿਹੜੇ ਕਿ ਵੀ ਸਾਡਾ ਦੂਜੇ ਸ਼ਹਿਰ ਵਰਗਾ ਹਾਲ ਜੀ। ਬੜਾ ਪਿਆਰ ਜੀ, ਪੱਗਾਂ ਲਿਓ, ਜਿਹੜੀ ਸੇਵਾ ਮਿਲੀ ਹੈ ਇਹ ਪੱਗਾਂ ਵਾਲਿਆਂ ਨੂੰ ਮਿਲਦੀ ਜੀ। ਉਹਨਾਂ ਦੀ ਮਨੋਵ੍ਰਿੱਤੀ ਸਾਡੇ ਸਾਰਿਆਂ ਲਈ ਚਾਨਣ ਮੁਨਾਰਾ ਹੈ। ਉਹਨਾਂ ਦੀ ਮਾਨਤਾ ਹੈ ਕਿ ਡੇਰਾ ਪਰਮਾਤਮਾ ਦਾ ਵਰਦਾਨ ਹੈ, ਇਹ ਉਹ ਘਰ ਹੈ ਜਿੱਥੇ ਸਾਡੇ ਸਤਿਗੁਰੂ ਦਾ ਨਿਵਾਸ ਹੈ, ਤਾਂ ਫਿਰ ਕੌਣ ਇਸ ਨੂੰ ਸਾਫ਼ ਸੁਥਰਾ ਨਹੀਂ ਰੱਖਣਾ ਚਾਹੇਗਾ? ਇਹਨਾਂ ਸੇਵਾਦਾਰਾਂ ਤੋਂ ਮੈਨੂੰ ਇਹ ਸਿੱਖਿਆ ਮਿਲੀ ਕਿ ਜਿਸ ਤਰ੍ਹਾਂ ਡੇਰੇ ਨੂੰ ਰੋਜ਼ ਪ੍ਰੇਮ ਪੂਰਵਕ ਸਾਫ਼ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਭਜਨ ਸਿਮਰਨ ਦੁਆਰਾ ਮਨ ਦੀ ਸਫਾਈ ਦਾ ਸਭ ਤੋਂ ਜ਼ਰੂਰੀ ਕਾਰਜ ਵੀ ਹਰ ਰੋਜ਼ ਹਰ ਹਾਲਤ ਵਿੱਚ ਕਰਨਾ ਚਾਹੀਦਾ ਹੈ। ਇੱਥੇ ਪਰਿਆਵਰਣ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਅਤੇ ਕੁਝ ਵੀ ਵਿਅਰਥ ਨਹੀਂ ਜਾਣ ਦਿੱਤਾ ਜਾਂਦਾ। ਕੂੜਾ ਕਰਕਟ ਛੱਡਣ ਲਈ ਕਈ ਸਹੂਲਤਾਂ ਦਿੱਤੀਆਂ ਗਈਆਂ ਹਨ। ਸੇਵਾਦਾਰ ਨੇਮ ਪੂਰਵਕ ਥਾਂ ਥਾਂ ਚੱਕਰ ਲਾ ਕੇ ਕੂੜਾ ਇਕੱਠਾ ਕਰਦੇ ਹਨ ਤਾਂ ਜੋ ਇਸ ਨੂੰ ਛਾਂਟ ਕੇ ਦੁਬਾਰਾ ਵਰਤੋਂ ਲਾਇਕ ਬਣਾਇਆ ਜਾ ਸਕੇ। ਲੰਗਰ ਅਤੇ ਫਲ ਸਬਜ਼ੀਆਂ ਦੇ ਸਟਾਲਾਂ ਤੋਂ ਪ੍ਰਾਪਤ ਹੋਏ ਠੋਸ ਕਚਰੇ ਨੂੰ ਖਾਦ ਵਿੱਚ ਬਦਲ ਦਿੱਤਾ ਜਾਂਦਾ ਹੈ। ਡੇਰੇ ਦੀ ਧਰਤੀ ਹੇਠ ਵਗ ਰਹੇ ਨਿਕਾਸੀ ਨਾਲਿਆਂ 'ਚੋਂ ਪ੍ਰਾਪਤ ਹੋਣ ਵਾਲੇ ਕਚਰੇ ਨੂੰ ਨਲਾਂ ਦੁਆਰਾ ਵਿਸ਼ੇਸ਼ ਆਕਸੀਡੇਸ਼ਨ ਤਲਾਬਾਂ ਵਿੱਚ ਭੇਜਿਆ ਜਾਂਦਾ ਹੈ ਤਾਂ ਜੋ ਇਸ ਨੂੰ ਖਾਦ ਵਿੱਚ ਬਦਲਿਆ ਜਾ ਸਕੇ। ਨਾ ਗਲਣ ਸੜਨ ਵਾਲੀਆਂ ਚੀਜ਼ਾਂ ਨੂੰ ਜਿਵੇਂ ਲੋਹੇ ਦੇ ਡੱਬੇ, ਪਲਾਸਟਿਕ, ਸ਼ੀਸ਼ੇ ਦਾ ਸਮਾਨ, ਅਖਬਾਰਾਂ ਆਦਿ ਸਭ ਕੁਝ ਸਕਰੈਪ ਵਿਭਾਗ ਵਿੱਚ ਭੇਜ ਦਿੱਤਾ ਜਾਂਦਾ ਹੈ, ਜੋ ਜਾਂ ਤਾਂ ਇਹਨਾਂ ਦੀ ਵਿਕਰੀ ਕਰ ਦਿੰਦਾ ਹੈ ਅਤੇ ਜਾਂ ਇਹਨਾਂ ਨੂੰ ਦੁਬਾਰਾ ਵਰਤੇ ਜਾਣ ਦੇ ਕਾਬਲ ਬਣਾ ਦਿੰਦਾ ਹੈ। ਮਿਸਾਲ ਦੇ ਤੌਰ 'ਤੇ ਦੁੱਧ ਵਾਲੇ ਖਾਲੀ ਡੱਬੇ ਬੀਜ ਬੀਜਣ ਲਈ ਵਰਤ ਲਏ ਜਾਂਦੇ ਹਨ। ਇਹ ਨਰਸਰੀ ਹੈ ਜਿੱਥੇ ਫੁੱਲ, ਝਾੜੀਆਂ, ਬਿਰਖ ਬੂਟੇ ਉਗਾਏ ਜਾਂਦੇ ਹਨ। ਇੱਥੋਂ ਇਹਨਾਂ ਦੀਆਂ ਕੁੰਪਲਾਂ ਨਾ ਸਿਰਫ ਡੇਰੇ ਵਿੱਚ ਸਗੋਂ ਡੇਰੇ ਦੇ ਗੇਟਾਂ ਦੇ ਬਾਹਰ ਵੀ ਲਾਈਆਂ ਜਾਂਦੀਆਂ ਹਨ। ਜੱਥਾ ਸੇਵਾਦਾਰ ਸਾਰਾ ਸਾਲ ਡੇਰੇ ਦੀ ਹਰਿਆਲੀ ਅਤੇ ਸੁੰਦਰਤਾ ਨੂੰ ਬਰਕਰਾਰ ਰੱਖਣ ਅਤੇ ਨਿਖਾਰਨ ਦਾ ਕੰਮ ਕਰਦੇ ਦਿਖਾਈ ਦਿੰਦੇ ਹਨ। ਡੇਰੇ ਦੀ 60% ਧਰਤੀ ਉੱਤੇ ਹਰਿਆਲੀ ਛਾਈ ਹੋਈ ਹੈ। ਇੱਥੋਂ ਦੇ ਹਰੇ ਭਰੇ ਮੈਦਾਨ ਇੰਨੇ ਲੁਭਾਵਨੇ ਹਨ ਕਿ ਥਾਂ ਥਾਂ ਪਰਿਵਾਰ ਹਰੀ ਭਰੀ ਠੰਡੀ ਘਾਹ ਉੱਤੇ ਆਰਾਮ ਕਰਦੇ ਦਿਖਾਈ ਦਿੰਦੇ ਹਨ। ਕੁਦਰਤ ਦੇ ਰੰਗ ਬਿਰੰਗੇ ਸੁੰਦਰ ਨਜ਼ਾਰੇ ਹਰ ਦਮ ਪਰਮਾਤਮਾ ਦੁਆਰਾ ਸਿਰਜੀ ਗਈ ਸ੍ਰਿਸ਼ਟੀ ਦੇ ਅਲੌਕਿਕ ਵਰਦਾਨ ਦੀ ਯਾਦ ਤਾਜ਼ਾ ਕਰਦੇ ਹਨ। ਖੂਬਸੂਰਤ ਫੁੱਲਾਂ ਨੂੰ ਦੇਖ ਕੇ ਮੈਨੂੰ ਮੌਜੂਦਾ ਸਤਿਗੁਰੂ ਦੁਆਰਾ ਹਾਲ ਵਿੱਚ ਫਰਮਾਏ ਗਏ ਬਚਨ ਯਾਦ ਆ ਗਏ। ਉਹਨਾਂ ਨੇ ਫਰਮਾਇਆ, ਤੁਹਾਨੂੰ ਸਭ ਨੂੰ ਪਤਾ ਹੈ ਕਿ ਹਜ਼ੂਰ ਨੂੰ ਗੁਲਾਬ ਦੇ ਫੁੱਲ ਬਹੁਤ ਪਿਆਰੇ ਲੱਗਦੇ ਸਨ। ਤੁਸੀਂ ਸਾਰੇ ਉਹਨਾਂ ਦੇ ਗੁਲਾਬ ਦੇ ਫੁੱਲ ਹੋ ਅਤੇ ਉਹ ਮੈਨੂੰ ਆਪਣੇ ਬਾਗ ਅਤੇ ਆਪਣੇ ਗੁਲਾਬ ਦੇ ਫੁੱਲਾਂ ਦੀ ਰਖਵਾਲੀ ਕਰਨ ਲਈ ਮਾਲੀ ਦੀ ਸੇਵਾ ਬਖਸ਼ ਗਏ ਹਨ। ਡੇਰੇ ਵਿੱਚ ਲਗਭਗ 1100 ਏਕੜ ਰਕਬੇ ਉੱਤੇ ਖੇਤੀਬਾੜੀ ਕੀਤੀ ਜਾਂਦੀ ਹੈ ਅਤੇ ਜ਼ਿਆਦਾਤਰ ਫਲ ਅਤੇ ਸਬਜ਼ੀਆਂ ਰਸਾਇਣਿਕ ਖਾਦ ਤੋਂ ਬਗੈਰ
ਔਰਗੈਨਿਕ ਢੰਗ ਨਾਲ ਪੈਦਾ ਕੀਤੀਆਂ ਜਾਂਦੀਆਂ ਹਨ। ਜਿੱਥੋਂ ਤੱਕ ਹੋ ਸਕੇ ਨਾਉਣ ਧੋਣ ਤੋਂ ਬਾਅਦ ਵਾਲਾ ਨਲਾਂ ਨਾਲੀਆਂ ਰਾਹੀਂ ਵਗਦਾ ਪਾਣੀ ਸਾਫ਼ ਕਰਕੇ ਖੇਤਾਂ ਦੀ ਸਿੰਚਾਈ ਲਈ ਵਰਤੋਂ ਵਿੱਚ ਲਿਆਇਆ ਜਾਂਦਾ ਹੈ। ਬਰਸਾਤ ਦਾ ਪਾਣੀ ਵੀ ਵੱਖ ਵੱਖ ਢੰਗਾਂ ਨਾਲ ਸਿੰਚਾਈ ਲਈ ਵਰਤੋਂ ਵਿੱਚ ਲਿਆ ਜਾਂਦਾ ਹੈ। ਹਫ਼ਤੇ ਦੇ ਅੰਤ ਵਿੱਚ 7,000 ਤੋਂ ਵੱਧ ਜੱਥਾ ਸੇਵਾਦਾਰ ਆ ਕੇ ਖੇਤਾਂ ਵਿੱਚ ਸੇਵਾ ਕਰਦੇ ਹਨ। ਖੇਤਾਂ ਵਿੱਚ ਪੈਦਾ ਕੀਤੇ ਫਲ ਅਤੇ ਸਬਜ਼ੀਆਂ ਜਾਂ ਤਾਂ ਲੰਗਰ ਅਤੇ ਭੋਜਨ ਭੰਡਾਰ ਵਿੱਚ ਭੇਜੇ ਜਾਂਦੇ ਹਨ ਅਤੇ ਜਾਂ ਡੇਰੇ ਦੇ ਸਬਜ਼ੀਆਂ ਅਤੇ ਫਲਾਂ ਦੇ ਸਟਾਲਾਂ 'ਤੇ ਜਿੱਥੇ ਡੇਰੇ ਦੇ ਨਿਵਾਸੀ ਇਹਨਾਂ ਦੀ ਖਰੀਦਦਾਰੀ ਕਰ ਸਕਦੇ ਹਨ। ਸੇਵਾ ਸਮਿਤੀ ਦਾ ਵਿਭਾਗ ਦੂਸਰੀਆਂ ਅਨੇਕ ਗਤੀਵਿਧੀਆਂ ਦੇ ਨਾਲ ਨਾਲ ਖੇਤੀਬਾੜੀ ਦੀ ਉਪਜ ਦਾ ਪ੍ਰਬੰਧ ਵੀ ਕਰਦਾ ਹੈ। ਮੈਨੂੰ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਵੱਖ ਵੱਖ ਭੋਜਨ ਭੰਡਾਰਾਂ, ਸਨੈਕ ਬਾਰਾਂ ਅਤੇ ਕੈਂਟੀਨਾਂ ਦੇ ਰਸੋਈ ਘਰਾਂ ਵਿੱਚ ਕਿੰਨਾ ਜ਼ਿਆਦਾ ਕੰਮ ਹੁੰਦਾ ਹੈ। ਪਰ ਸਭ ਤੋਂ ਵੱਧ ਹੈਰਾਨੀ ਇਹ ਦੇਖ ਕੇ ਹੋਈ ਕਿ ਲੰਗਰ ਚਲਾਉਣ ਵਾਸਤੇ ਕਿੰਨੀ ਜ਼ਿਆਦਾ ਸੇਵਾ ਦੀ ਜ਼ਰੂਰਤ ਹੈ। ਹਜ਼ੂਰ ਮਹਾਰਾਜ ਜੀ ਸਾਨੂੰ ਸਮਝਾਇਆ ਕਰਦੇ ਸਨ ਕਿ ਲੰਗਰ ਦਾ ਇੱਕ ਮੁੱਖ ਉਦੇਸ਼ ਇਹ ਹੈ ਕਿ ਸੇਵਾਦਾਰਾਂ ਨੂੰ ਸੰਗਤ ਦੀ ਸੇਵਾ ਦਾ ਮੌਕਾ ਮਿਲੇ ਤਾਂ ਜੋ ਉਹਨਾਂ ਦੇ ਅੰਦਰ ਪ੍ਰੇਮ ਅਤੇ ਸਮਾਨਤਾ ਦੇ ਭਾਵ ਵਿੱਚ ਵਾਧਾ ਹੋਵੇ। ਸਤਿਗੁਰੂਆਂ ਦੇ ਲੰਗਰ ਵਿੱਚ ਅਮੀਰ ਗਰੀਬ, ਉੱਚੇ ਨੀਵੇਂ ਦਾ ਭੇਦਭਾਵ ਨਹੀਂ ਹੈ। ਡੇਰੇ ਦੇ ਨਿਰਧਾਰਿਤ ਸਤਸੰਗਾਂ ਵਾਲੇ ਦਿਨਾਂ ਵਿੱਚ ਸੰਗਤ ਦੀ ਗਿਣਤੀ ਬਹੁਤ ਵੱਧ ਜਾਂਦੀ ਹੈ। 15,000 ਦੇ ਲਗਭਗ ਸੇਵਾਦਾਰ ਲੰਗਰ ਵਿੱਚ ਸੇਵਾ ਕਰਦੇ ਹਨ। ਰਸੋਈ ਘਰ ਵਿੱਚ 30 ਤੋਂ ਵੱਧ ਵੱਡੇ ਵੱਡੇ ਕੜਾਹੇ ਅਤੇ ਦੇਗਾਂ ਹਨ ਜਿਨ੍ਹਾਂ ਵਿੱਚ ਦਾਲ, ਸਬਜ਼ੀ ਅਤੇ ਚੌਲ ਪਕਾਏ ਜਾਂਦੇ ਹਨ। ਹਰ ਕੜਾਹੇ ਜਾਂ ਦੇਗ ਵਿੱਚ 2,000 ਲੀਟਰ ਦਾਲ, ਸਬਜ਼ੀ ਪਕਾਈ ਜਾ ਸਕਦੀ ਹੈ। ਸੇਵਾਦਾਰ ਹਰ 3 ਘੰਟਿਆਂ ਵਿੱਚ ਲਗਭਗ 360,000 ਲੋਕਾਂ ਲਈ ਦਾਲ ਅਤੇ ਸਬਜ਼ੀ ਤਿਆਰ ਕਰ ਲੈਂਦੇ ਹਨ। 4 ਵੱਡੇ ਵੱਡੇ ਕੈਂਟਰਾਂ ਵਿੱਚ ਤਾਜ਼ਾ ਚਾਹ ਤਿਆਰ ਕੀਤੀ ਜਾਂਦੀ ਹੈ। ਇਹਨਾਂ ਵਿੱਚੋਂ ਹਰ ਕੈਂਟਰ ਵਿੱਚ ਪ੍ਰਤੀ ਘੰਟਾ 1120 ਲੀਟਰ ਚਾਹ ਤਿਆਰ ਕੀਤੀ ਜਾ ਸਕਦੀ ਹੈ। ਜਦੋਂ ਚਾਹ ਤਿਆਰ ਹੋ ਜਾਂਦੀ ਹੈ ਤਾਂ ਇਹ ਸਟੇਨਲੈਸ ਸਟੀਲ ਦੀ ਗਰਮੀ, ਸਰਦੀ ਦੇ ਪ੍ਰਭਾਵ ਤੋਂ ਮੁਕਤ ਪਾਈਪਾਂ ਦੁਆਰਾ ਆਪਣੇ ਆਪ ਵੱਖ ਵੱਖ ਥਾਵਾਂ ਵਿੱਚ ਵੰਡੀ ਜਾਂਦੀ ਹੈ। ਜਿਸ ਦਿਨ ਸਭ ਤੋਂ ਵੱਧ ਸੰਗਤ ਹੁੰਦੀ ਹੈ ਉਸ ਦਿਨ ਲੰਗਰ ਵਿੱਚ ਲਗਭਗ 80,000 ਲੀਟਰ ਚਾਹ ਵਰਤਾਈ ਜਾਂਦੀ ਹੈ, ਜੋ 3,50,000 ਕੱਪਾਂ ਦੇ ਬਰਾਬਰ ਹੁੰਦੀ ਹੈ। ਡੇਰੇ ਦੀਆਂ ਲੋੜਾਂ ਦੀ ਪੂਰਤੀ ਲਈ ਆਧੁਨਿਕ ਸਵੈਚਾਲਿਤ ਯੰਤਰ ਸਥਾਪਿਤ ਕੀਤੇ ਗਏ ਹਨ। ਕਣਕ 2 ਹਵਾ ਬੰਦ ਸਾਈਲੋਜ਼ ਵਿੱਚ ਸੰਭਾਲੀ ਜਾਂਦੀ ਹੈ। ਹਰ ਸਾਈਲੋ ਵਿੱਚ 2,000 ਮੀਟ੍ਰਿਕ ਟਨ ਅਨਾਜ ਰੱਖਿਆ ਜਾ ਸਕਦਾ ਹੈ। ਜਦੋਂ ਆਟੇ ਦੀ ਲੋੜ ਪੈਂਦੀ ਹੈ ਤਾਂ ਕਣਕ ਆਟੇ ਦੀ ਪਿਸਾਈ ਵਾਲੀ ਚੱਕੀ ਵਿੱਚ ਪਹੁੰਚਾਈ ਜਾਂਦੀ ਹੈ, ਜਿੱਥੇ ਇਸ ਦੀ ਪਹਿਲੋਂ ਸਫਾਈ ਅਤੇ ਫਿਰ ਪਿਸਾਈ ਅਤੇ ਛਨਾਈ ਹੋ ਜਾਂਦੀ ਹੈ। ਫਿਰ ਆਟਾ ਸਵੈ ਚਾਲਕ ਯੰਤਰਾਂ ਦੁਆਰਾ ਆਟਾ ਗੁੰਨਣ ਵਾਲੀਆਂ ਮਸ਼ੀਨਾਂ ਤੱਕ ਪਹੁੰਚਾਇਆ ਜਾਂਦਾ ਹੈ। ਗੁੰਨਿਆ ਹੋਇਆ ਆਟਾ ਪੇੜੇ ਬਣਾਉਣ ਵਾਲੀ ਮਸ਼ੀਨ ਵਿੱਚ ਪਾ ਦਿੱਤਾ ਜਾਂਦਾ ਹੈ, ਜੋ ਹਰ ਘੰਟੇ ਵਿੱਚ 10,000 ਤੋਂ 12,000 ਤੱਕ ਪੇੜੇ ਤਿਆਰ ਕਰ ਦਿੰਦੀ ਹੈ। ਇਹ ਪੇੜੇ ਰੋਟੀਆਂ ਬੇਲਣ ਲਈ ਸੇਵਾਦਾਰਾਂ ਤੱਕ ਪਹੁੰਚਾਏ ਜਾਂਦੇ ਹਨ। ਰੋਟੀਆਂ ਪਕਾਉਣ ਵਾਲੀ ਭੱਠੀਆਂ ਵਿੱਚ ਕਾਈ, ਸੁੱਕੇ ਪੱਤਿਆਂ ਅਤੇ ਟਾਹਣੀਆਂ ਨਾਲ ਅੱਗ ਬਾਲੀ ਜਾਂਦੀ ਹੈ। ਅਗਲੇ ਕੁਝ ਸਾਲਾਂ ਵਿੱਚ ਲੰਗਰ ਵਿੱਚ ਥਰਮਲ ਫਲੂਇਡ ਹੀਟਿੰਗ ਸਿਸਟਮ ਦੀ ਵਰਤੋਂ ਸ਼ੁਰੂ ਕੀਤੀ ਜਾਵੇਗੀ, ਕਿਉਂਕਿ ਇਹ ਡੇਰੇ ਦੇ ਸਨੈਕ ਬਾਰਾਂ ਵਿੱਚ ਬਹੁਤ ਸੁਚਾਰੂ ਢੰਗ ਨਾਲ ਕੰਮ ਕਰ ਰਿਹਾ ਹੈ। ਜਿਨ੍ਹਾਂ ਮਹੀਨਿਆਂ ਵਿੱਚ ਸੰਗਤ ਵੱਧ ਜਾਂਦੀ ਹੈ 4,000 ਦੇ ਕਰੀਬ ਸੇਵਾਦਾਰਨੀਆਂ ਰੋਟੀਆਂ ਬਣਾਉਂਦੀਆਂ ਹਨ। ਉਹ ਸਵੇਰੇ ਤੜਕੇ 2 ਵਜੇ ਸੰਗਤ ਦੇ ਨਾਸ਼ਤੇ ਦੀ ਤਿਆਰੀ ਸ਼ੁਰੂ ਕਰ ਦਿੰਦੀਆਂ ਹਨ ਅਤੇ ਇੱਕ ਵਕਤ ਦੇ ਭੋਜਨ ਲਈ 10,00,000 ਰੋਟੀਆਂ ਤਿਆਰ ਕਰ ਦਿੰਦੀਆਂ ਹਨ। ਜਦੋਂ ਰੋਟੀਆਂ ਤਿਆਰ ਹੋ ਜਾਂਦੀਆਂ ਹਨ ਤਾਂ ਇਹਨਾਂ ਨੂੰ ਦੇਸੀ ਘਿਓ ਨਾਲ ਚੋਪੜ ਕੇ ਇੱਕ ਵੱਡੇ ਕਮਰੇ ਵਿੱਚ ਸੰਗਤ ਵਿੱਚ ਵਰਤਾਏ ਜਾਣ ਲਈ ਇਹਨਾਂ ਦੀਆਂ ਢੇਰੀਆਂ ਲਾ ਦਿੱਤੀਆਂ ਜਾਂਦੀਆਂ ਹਨ।
ਲੰਗਰ ਦਾ ਸੇਵਾ ਦਾ ਮਾਹੌਲ ਕੁਝ ਐਸਾ ਹੁੰਦਾ ਹੈ ਜੋ ਦੇਖਣ ਅਤੇ ਅਨੁਭਵ ਕਰਨ ਦੇ ਲਾਇਕ ਹੈ। ਸਾਰੇ ਵਾਤਾਵਰਣ ਵਿੱਚ ਪਿਆਰ ਨਾਲ ਸ਼ਬਦ ਗਾਉਣ ਦੀ ਆਵਾਜ਼ ਗੂੰਜ ਰਹੀ ਹੁੰਦੀ ਹੈ ਅਤੇ ਸੇਵਾ ਦਿਨ ਰਾਤ ਲਗਾਤਾਰ ਚਲਦੀ ਰਹਿੰਦੀ ਹੈ। ਇੱਕ ਵਾਰ ਸਵਾਲਾਂ ਜਵਾਬਾਂ ਦੇ ਮੌਕੇ 'ਤੇ ਹਜ਼ੂਰ ਮਹਾਰਾਜ ਜੀ ਨੇ ਲੰਗਰ ਦੇ ਸੇਵਾਦਾਰਾਂ ਦੇ ਸ਼ਰਧਾ ਭਾਵ ਬਾਰੇ ਫਰਮਾਇਆ। ਯੂ ਮਸਟ ਹੈਵ ਵਿਟਨੈਸਡ ਸੋ ਮੈਨੀ ਲੇਡੀਜ਼ ਕੁਕਿੰਗ, ਯੂ ਸੀ ਹਾਊ ਮਚ ਦੇ ਕੁੱਕ ਜਸਟ ਬਾਈ ਦੀ ਸਾਈਡ ਆਫ ਦੀ ਫਾਇਰ। ਇਨ ਵਿੰਟਰ ਇਟ ਇਜ਼ ਆਲ ਰਾਈਟ, ਇਮੈਜਿਨ ਦੀ ਮੰਥ ਆਫ ਜੂਨ ਐਂਡ ਜੁਲਾਈ ਵੈਨ ਇਟ ਇਜ਼ ਸੋ ਹਿਊਮਿਡ ਐਂਡ ਹੋਟ, ਯੂ ਕਾਂਟ ਸੀ ਦੀ ਫਾਇਰ, ਯੂ ਕਾਂਟ ਸਿਟ ਨੀਅਰ ਇਟ, ਐਂਡ ਯੈਟ ਦੇ ਆਰ ਕੁੱਕ ਈਵਨ ਮੋਰ ਦੈਨ ਵਟ ਯੂ ਹੈਵ ਵਿਟਨੈਸ ਨਾਓ। And yet they are so happy, so contented. The spirit to serve, the Sangat is always there with them. It's all Babaji's grace, you see. ਸੰਨ 1990 ਦੇ ਦਹਾਕੇ ਵਿੱਚ ਇੱਕ ਦਿਨ ਦੁਪਹਿਰ ਵੇਲੇ ਲੰਗਰ ਵਿੱਚ ਪਈਆਂ ਸੁੱਕੀਆਂ ਟਾਹਣੀਆਂ ਦੇ ਢੇਰ ਨੂੰ ਅੱਗ ਲੱਗ ਗਈ, ਜਿਸ ਨਾਲ ਡੇਰੇ ਵਿੱਚ ਅਪਾਤਕਾਲੀ ਘੁੱਗੂ ਵੱਜ ਗਿਆ। ਅੱਗ ਦੀਆਂ ਲਪਟਾਂ ਤੇਜ਼ੀ ਨਾਲ ਫੈਲਦੀਆਂ ਜਾ ਰਹੀਆਂ ਸਨ ਅਤੇ ਚਾਰੇ ਪਾਸੇ ਕਾਲੇ ਧੂੰਏ ਦਾ ਬੱਦਲ ਬਣ ਗਿਆ ਸੀ। ਸੰਗਤ ਉਸ ਵੇਲੇ ਦੁਪਹਿਰ ਦਾ ਖਾਣਾ ਖਾ ਰਹੀ ਸੀ ਜਦੋਂ ਉਹਨਾਂ ਨੂੰ ਲੰਗਰ ਵਿੱਚ ਲੱਗੀ ਅੱਗ ਦਿਖਾਈ ਦਿੱਤੀ। ਲੋਕ ਪਾਣੀ ਦੀਆਂ ਬਾਲਟੀਆਂ ਭਰ ਕੇ ਅੱਗ ਬੁਝਾਉਣ ਲਈ ਦੌੜ ਪਏ ਅਤੇ ਅੱਗ ਬੁਝਾਉਣ ਵਾਲੀਆਂ ਦਮਕਲ ਗੱਡੀਆਂ ਵੀ ਮੌਕੇ 'ਤੇ ਪਹੁੰਚ ਗਈਆਂ। ਇਸ ਸਾਰੀ ਹਫੜਾ ਦਫੜੀ ਵਿੱਚ ਸੰਗਤ ਨੂੰ ਬਾਬਾ ਜੀ ਅੱਗ ਦੇ ਨੇੜੇ ਇੱਕ ਘਾਹ ਦੇ ਢੇਰ ਉੱਤੇ ਖੜ੍ਹੇ ਦਿਖਾਈ ਦਿੱਤੇ। ਆਪ ਅੱਗ ਬੁਝਾਉਣ ਵਿੱਚ ਲੱਗੀ ਸੰਗਤ ਅਤੇ ਦਮਕਲ ਵਾਲਿਆਂ ਨੂੰ ਨਿਰਦੇਸ਼ ਦੇ ਰਹੇ ਸਨ। ਆਪ ਲਗਭਗ 3 ਘੰਟੇ ਉੱਥੇ ਖੜ੍ਹੇ ਰਹੇ ਜਦ ਤੱਕ ਅੱਗ ਪੂਰੀ ਤਰ੍ਹਾਂ ਨਾ ਬੁਝ ਗਈ ਅਤੇ ਆਪ ਨੂੰ ਪੂਰਾ ਨਿਸ਼ਚੈ ਨਾ ਹੋ ਗਿਆ ਕਿ ਸਾਰੀ ਸੰਗਤ ਸੁਰੱਖਿਅਤ ਹੈ। ਕੁੱਲ ਮਾਲਿਕ ਦੀ ਦਇਆ ਨਾਲ ਕਿਸੇ ਨੂੰ ਨਾ ਕੋਈ ਸੱਟ ਚੋਟ ਲੱਗੀ, ਨਾ ਹੀ ਕੋਈ ਜ਼ਖਮੀ ਹੋਇਆ। ਸਤਿਗੁਰੂ ਪ੍ਰੇਮ ਅਤੇ ਦਇਆ ਦਾ ਸਾਗਰ ਹੈ। ਇੱਕ ਵਾਰ ਆਪ ਨੇ ਇੱਥੋਂ ਤੱਕ ਕਹਿ ਦਿੱਤਾ, ਹੋ ਸਕਦਾ ਹੈ ਤੁਹਾਨੂੰ ਮੇਰੇ ਜਿਹਾ ਗੁਰੂ ਮਿਲ ਜਾਵੇ, ਪਰ ਮੈਨੂੰ ਤੁਹਾਡੇ ਜਿਹੇ ਸੇਵਾਦਾਰ ਨਹੀਂ ਮਿਲਣੇ। ਅਸੀਂ ਤਾਂ ਸਿਰਫ ਧੰਨਵਾਦ ਵਿੱਚ ਸਿਰ ਝੁਕਾ ਸਕਦੇ ਹਾਂ ਕਿ ਸਾਡੀ ਅਯੋਗਤਾ ਅਤੇ ਔਗਣਾਂ ਦੇ ਬਾਵਜੂਦ ਸਾਨੂੰ ਅਜਿਹੇ ਸਤਿਗੁਰ ਦੀ ਸ਼ਰਨ ਪ੍ਰਾਪਤ ਹੋ ਗਈ ਹੈ ਜੋ ਸਾਡੇ ਪਰਮਾਰਥੀ ਸਫ਼ਰ ਵਿੱਚ ਕਦਮ ਕਦਮ ਉੱਤੇ ਸਾਡੀ ਰਾਹ ਵਿਖਾਲੀ ਕਰਦੇ ਹਨ ਅਤੇ ਜੀਵਨ ਦੀ ਮੂਲ ਮੰਤਵ ਦੀ ਪ੍ਰਾਪਤੀ ਵਿੱਚ ਸਾਨੂੰ ਸਮਰੱਥਾ ਅਤੇ ਪ੍ਰੇਰਣਾ ਪ੍ਰਦਾਨ ਕਰਦੇ ਹਨ। ਸੱਚਮੁੱਚ ਅਸੀਂ ਬਹੁਤ ਖੁਸ਼ਕਿਸਮਤ ਹਾਂ। ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਇੜਾ ਮੇਰਾ ਸਾਜਨੜਾ ਜਾਨੀਅੜਾ ਹਰ ਜਾਨੀਅੜਾ ਨੈਣ ਅਲੋਇਆ ਕਟ ਕਟ ਸੋਇਆ ਅਤ ਅੰਮ੍ਰਿਤ ਪ੍ਰੀਆ ਗੂੜਾ ਨਿਕਟ ਖਲੋਇੜਾ ਮੇਰਾ ਸਾਜਨੜਾ। ਸਤਿਗੁਰ ਦੀ ਪ੍ਰੇਮ ਭਰੀ ਅਮੋਲਕ ਦਇਆ ਦ੍ਰਿਸ਼ਟੀ ਹੀ ਸੇਵਾਦਾਰਾਂ ਨੂੰ ਅੰਥਕ ਸੇਵਾ ਕਰਨ ਦੀ ਸ਼ਕਤੀ ਬਖਸ਼ਦੀ ਹੈ। ਉਹਨਾਂ ਨੂੰ ਸਦਾ ਇਸ ਦ੍ਰਿਸ਼ਟੀ ਦੀ ਤਾਂਘ ਰਹਿੰਦੀ ਹੈ, ਉਹਨਾਂ ਦੇ ਅੰਦਰ ਇਸ ਦੀ ਤੀਬਰ ਲੋਚਾ ਸਮਾਈ ਰਹਿੰਦੀ ਹੈ। ਇੱਕ ਵਾਰ ਇੱਕ ਸਤਸੰਗੀ ਬੀਬੀ ਨੇ ਹਜ਼ੂਰ ਮਹਾਰਾਜ ਜੀ ਦਾ ਧੰਨਵਾਦ ਕੀਤਾ
ਕਿ ਉਹਨਾਂ ਨੇ ਉਸ ਨੂੰ ਆਪਣੇ ਨਾਲ ਲੰਗਰ ਦਰਸ਼ਨ ਲਈ ਜਾਣ ਦੀ ਆਗਿਆ ਦੇ ਦਿੱਤੀ ਸੀ। ਉਹਨੇ ਕਿਹਾ ਕਿ ਸੇਵਾਦਾਰਾਂ ਅਤੇ ਸਤਿਗੁਰੂ ਦੇ ਵਿਚਕਾਰ ਬਹਿ ਰਹੀ ਪ੍ਰੇਮ ਅਤੇ ਸ਼ਰਧਾ ਦੀ ਪ੍ਰਬਲ ਧਾਰਾ ਦਾ ਮੇਰੇ ਮਨ ਉੱਤੇ ਡੂੰਘਾ ਪ੍ਰਭਾਵ ਪਿਆ ਹੈ। ਹਜ਼ੂਰ ਮਹਾਰਾਜ ਜੀ ਨੇ ਪ੍ਰੇਮ ਪੂਰਵਕ ਉੱਤਰ ਦਿੱਤਾ, ਇਸ ਪਿਆਰੇ ਪਿਆਰੇ ਨਜ਼ਾਰੇ ਨੂੰ ਦੇਖਣਾ ਤੁਹਾਡੇ ਨਾਲੋਂ ਮੇਰੇ ਲਈ ਜ਼ਿਆਦਾ ਸੁੰਦਰ ਅਹਿਸਾਸ ਸੀ। ਆਪਨੇ ਫਰਮਾਇਆ, ਇਹ ਪ੍ਰੇਮ ਉਹਨਾਂ ਦੇ ਹਿਰਦੇ 'ਚੋਂ ਉਮੜਦਾ ਹੈ। ਸਤਿਗੁਰੂ ਇਸੇ ਪ੍ਰੇਮ ਦੀ ਖਾਤਰ ਜ਼ਿੰਦਾ ਹੈ। ਇੱਕ ਵਾਰ ਰਾਤ ਦੇ ਖਾਣੇ ਤੋਂ ਬਾਅਦ ਅਸੀਂ ਸੈਰ ਕਰਨ ਲਈ ਨਿਕਲ ਗਏ। ਅਸੀਂ ਅਣਗਿਣਤ ਲੋਕਾਂ ਨੂੰ ਬਾਹਰ ਹਰੇ ਭਰੇ ਘਾਹ ਦੇ ਮੈਦਾਨਾਂ ਵਿੱਚ ਸੁੱਤੇ ਦੇਖ ਕੇ ਹੈਰਾਨ ਰਹਿ ਗਏ। ਸਾਨੂੰ ਦੱਸਿਆ ਗਿਆ ਕਿ ਬੇਸ਼ੱਕ ਡੇਰੇ ਵਿੱਚ ਸੰਗਤ ਲਈ ਅਨੇਕ ਰਿਹਾਇਸ਼ੀ ਇਮਾਰਤਾਂ ਬਣਾਈਆਂ ਗਈਆਂ ਹਨ ਅਤੇ ਹੋਰ ਇਮਾਰਤਾਂ ਵੀ ਲਗਾਤਾਰ ਬਣਾਈਆਂ ਜਾ ਰਹੀਆਂ ਹਨ, ਪਰ ਫਿਰ ਵੀ ਨਿਰਧਾਰਿਤ ਸਤਸੰਗਾਂ ਦੇ ਦੌਰਾਨ ਸੰਗਤ ਦੀ ਗਿਣਤੀ ਇਹਨਾਂ ਦੇ ਮੁਕਾਬਲੇ ਹਮੇਸ਼ਾ ਵੱਧ ਹੁੰਦੀ ਹੈ, ਪਰ ਕਿਸੇ ਨੂੰ ਡੇਰੇ ਤੋਂ ਵਾਪਸ ਨਹੀਂ ਭੇਜਿਆ ਜਾਂਦਾ ਅਤੇ ਨਾ ਹੀ ਹੋਰ ਸੰਗਤ ਨੂੰ ਕਿਸੇ ਸੂਰਤ ਵਿੱਚ ਡੇਰੇ ਆਉਣ ਤੋਂ ਰੋਕਿਆ ਜਾ ਸਕਦਾ ਹੈ। ਸੰਗਤ ਨੂੰ ਜਿੱਥੇ ਵੀ ਸੌਣ ਲਈ ਥਾਂ ਮਿਲ ਜਾਂਦੀ ਹੈ ਉਹ ਉੱਥੇ ਹੀ ਖੁਸ਼ੀ ਖੁਸ਼ੀ ਸੌਂ ਜਾਂਦੀ ਹੈ ਅਤੇ ਕਦੇ ਵੀ ਕੋਈ ਸ਼ਿਕਾਇਤ ਨਹੀਂ ਕਰਦੀ। ਮੈਨੂੰ ਅਜਿਹੀਆਂ ਪ੍ਰੇਮੀ ਰੂਹਾਂ ਨਾਲ ਰਸ਼ਕ ਹੋ ਰਿਹਾ ਸੀ ਜਿਹੜੀਆਂ ਦਿਨ ਭਰ ਦੇ ਸਫ਼ਰ ਜਾਂ ਸੇਵਾ ਦੇ ਬਾਵਜੂਦ ਸਿਰਾਂ ਉੱਤੇ ਚਾਦਰਾਂ ਲਪੇਟੀ ਭਜਨ ਸਿਮਰਨ ਵਿੱਚ ਮਗਨ ਬੈਠੀਆਂ ਸਨ। ਸਤਿਗੁਰੂ ਅਕਸਰ ਫਰਮਾਉਂਦੇ ਹਨ ਕਿ ਜਦੋਂ ਉਹ ਆਗਿਆਕਾਰੀ ਸ਼ਿਸ਼ਿਆਂ ਨੂੰ ਆਲੇ ਦੁਆਲੇ ਦੇ ਇੰਨੇ ਸ਼ੋਰ ਸ਼ਰਾਬੇ ਦੇ ਬਾਵਜੂਦ ਭਜਨ ਵਿੱਚ ਬੈਠੇ ਦੇਖਦੇ ਹਨ ਤੇ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ। ਆਪ ਸਾਨੂੰ ਯਾਦ ਕਰਵਾਉਂਦੇ ਹਨ ਕਿ ਅਜਿਹੇ ਜੀਵ ਹੀ ਸੱਚੇ ਸਤਸੰਗੀ ਅਤੇ ਸੇਵਾਦਾਰ ਹਨ ਜਿਹੜੇ ਇਸ ਸਰਵੋਤਮ ਸੇਵਾ ਵਿੱਚ ਲੱਗੇ ਹੋਏ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਤਿਗੁਰੂ ਹੀ ਡੇਰੇ ਦੇ ਜਾਨ ਪ੍ਰਾਣ ਹਨ, ਪਰ ਮੈਂ ਸੋਚ ਰਹੀ ਸੀ ਕਿ ਜਦੋਂ ਸਤਿਗੁਰੂ ਇੱਥੇ ਨਹੀਂ ਹੁੰਦੇ ਤਾਂ ਡੇਰਾ ਕਿਸ ਤਰ੍ਹਾਂ ਦਾ ਲੱਗਦਾ ਹੋਵੇਗਾ। ਨਵੰਬਰ 2013 ਵਿੱਚ ਸਤਿਗੁਰੂ ਇਲਾਜ ਵਾਸਤੇ ਕਈ ਮਹੀਨਿਆਂ ਲਈ ਡੇਰੇ ਤੋਂ ਚਲੇ ਗਏ। ਇਹ ਸੂਚਨਾ ਦੇ ਦਿੱਤੀ ਗਈ ਕਿ ਸਤਿਗੁਰੂ ਦੇ ਫਰਵਰੀ ਦੇ 2014 ਤੱਕ ਦੇ ਡੇਰੇ ਦੇ ਸਾਰੇ ਨਿਰਧਾਰਿਤ ਸਤਸੰਗ ਰੱਦ ਕਰ ਦਿੱਤੇ ਗਏ ਹਨ। ਇਹ ਦਿਲ ਕੰਬਾ ਦੇਣ ਵਾਲੀ ਸੂਚਨਾ ਸੀ ਕਿਉਂਕਿ ਮੌਜੂਦਾ ਸਤਿਗੁਰੂ ਦੇ ਕਾਰਜਕਾਲ ਵਿੱਚ ਕਦੇ ਵੀ ਨਿਰਧਾਰਿਤ ਸਤਸੰਗ ਰੱਦ ਨਹੀਂ ਸਨ ਕੀਤੇ ਗਏ। ਆਮ ਤੌਰ 'ਤੇ ਦਸੰਬਰ ਵਿੱਚ ਡੇਰੇ ਵਿਖੇ ਬਹੁਤ ਚਹਿਲ ਪਹਿਲ, ਉਤਸ਼ਾਹ ਅਤੇ ਖੁਸ਼ੀ ਦਾ ਮਾਹੌਲ ਹੁੰਦਾ ਹੈ, ਪਰ ਇਸ ਸਾਲ ਡੇਰੇ ਵਿੱਚ ਸੂਨਾਪਨ ਅਤੇ ਉਦਾਸੀ ਛਾਈ ਹੋਈ ਸੀ। ਇਉਂ ਮਹਿਸੂਸ ਹੋ ਰਿਹਾ ਸੀ ਜਿਵੇਂ ਡੇਰੇ ਦੀ ਜਿੰਦ ਜਾਨ ਅਤੇ ਰੂਹ ਇੱਥੋਂ ਚਲੀ ਗਈ ਹੋਵੇ। ਫਿਰ ਵੀ ਅਸੀਂ ਉਹਦਾ ਭਾਨਾ ਮੰਨ ਲਿਆ। ਅਸੀਂ ਸਤਿਗੁਰ ਦੇ ਹੁਕਮ ਅਨੁਸਾਰ ਪਹਿਲਾਂ ਤੋਂ ਵੀ ਵੱਧ ਪ੍ਰੇਮ ਭਰੋਸੇ ਨਾਲ ਸੇਵਾ, ਸਤਸੰਗ ਅਤੇ ਭਜਨ ਸਿਮਰਨ ਕਰਦੇ ਰਹੇ। ਜਿਉਂ ਜਿਉਂ ਦਿਨ ਬੀਤਦੇ ਗਏ ਸਤਿਗੁਰਾਂ ਦੇ ਦਰਸ਼ਨ ਦੀ ਲੋਚਾ ਹੋਰ ਤੀਬਰ ਹੁੰਦੀ ਗਈ। ਹਰ ਕੋਈ ਇੱਕੋ ਗੱਲ ਕਹਿ ਰਿਹਾ ਸੀ, ਉਹ ਇੱਥੇ ਨਾ ਹੋਣ ਦੇ ਬਾਵਜੂਦ ਇੱਥੇ ਹੀ ਸਨ, ਉਹ ਸਾਡੇ ਨਾਲ ਸਨ, ਸਾਡੇ ਅੰਦਰ ਉਹਨਾਂ ਦੀ ਤਾਂਘ ਸੀ, ਅਸੀਂ ਉਹਨਾਂ ਦੀ ਬਿਰਹਾ
महसूस कर रही सी। हुजूर महाराज जी ने बिरहा दी वड्याई इस तरह बयान कीती है। Somebody asked Meera. Meera was in love with her guru. He says, why don't you forget him? You're so miserable and so unhappy in separation. He says, don't take this love from me. Take anything from me, but don't take my love for my guru. I appreciate this separation, then giving it up. There's a prayer in that love. And at no cost the lover will like to be out of that pain of separation. Christ said, blessed are those who mourn, for they shall get comfort. He said they are blessed ones who are yearning for him, who are in love with him, who being separated and day and night, see, are being consumed in his love. They are the blessed ones. No union is complete without a separation. अंत विच जदों सतगुरु डेरे वापस आ गए तां संगत नूं बहुत खुशी हुई ਅਤੇ ਸਭ ਨੇ ਸੁੱਖ ਦਾ ਸਾਹ ਲਿਆ। ਸਾਨੂੰ ਇਕਲਾਪੇ ਵਾਲੇ ਦਿਨ ਭੁੱਲ ਗਏ। ਪਹਿਲਾਂ ਸਾਨੂੰ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਦਇਆ ਮਿਹਰ ਦਾ ਅਹਿਸਾਸ ਹੋ ਰਿਹਾ ਸੀ, ਹੁਣ ਉਹਨਾਂ ਦੀ ਹਜ਼ੂਰੀ ਵਿੱਚ ਦਇਆ ਮਿਹਰ ਦਾ ਅਹਿਸਾਸ ਹੋ ਰਿਹਾ ਸੀ। ਅਬ ਤੋਂ ਹੈ ਜਾਨ ਨਾ ਦੇਉਂ ਰਾਮ ਪਿਆਰੇ ਬਹੁਤ ਦਿਨਨ ਕੇ ਬਿਛੜੇ ਹਾਰ ਪਾਏ ਆਗ ਬੜੇ ਘਰ ਬੈਠੇ ਆਏ ਅਬ ਤੋ ਹੈ ਜਾਨ ਨਾ ਦੇਉ ਰਾਮ ਪਿਆ। ਡੇਰਾ ਬਾਬਾ ਜੈਮਲ ਸਿੰਘ ਅਜਿਹਾ ਅਦੁੱਤੀ ਸਥਾਨ ਹੈ ਜਿੱਥੇ ਸਾਨੂੰ ਆਪਣੇ ਵਕਤ ਦੇ ਦੇਹਧਾਰੀ ਸਤਿਗੁਰੂ ਦੀ ਸੰਗਤ ਵਿੱਚ ਆਪਣੇ ਸੱਚੇ ਆਤਮਿਕ ਸਰੂਪ ਦੀ ਖੋਜ ਦਾ ਦੁਰਲਭ ਅਵਸਰ ਪ੍ਰਾਪਤ ਹੁੰਦਾ ਹੈ। ਇੱਥੇ ਇੰਨੀਆਂ ਸਹੂਲਤਾਂ ਇਸ ਵਾਸਤੇ ਦਿੱਤੀਆਂ ਜਾਂਦੀਆਂ ਹਨ ਕਿ ਸਾਨੂੰ ਰੂਹਾਨੀ ਅਭਿਆਸ ਵਿੱਚ ਸਹਾਇਤਾ ਮਿਲੇ। ਇੱਥੇ ਬਿਤਾਏ ਜਾਣ ਵਾਲੇ ਵਕਤ ਲਈ ਧੰਨਵਾਦ ਕਰਨ ਦਾ ਇਹੋ ਇੱਕ ਤਰੀਕਾ ਹੈ ਕਿ ਅਸੀਂ ਆਪਣਾ ਭਜਨ ਸਿਮਰਨ ਕਰੀਏ ਅਤੇ ਸੁਰਤ ਦੁਆਰਾ ਸੇਵਾ ਕਰਨ ਵਾਲੇ ਸੇਵਾਦਾਰ ਬਣੀਏ। ਜੇ ਅਸੀਂ ਇਸ ਉੱਚੀ ਸੁੱਚੀ ਸੇਵਾ ਵੱਲ ਧਿਆਨ ਨਹੀਂ ਦਿੰਦੇ ਤਾਂ ਸਮਝੋ ਅਸੀਂ ਡੇਰੇ, ਸਤਿਗੁਰੂ ਅਤੇ ਆਪਣੇ ਜੀਵਨ ਵਿੱਚ ਉਹਨਾਂ ਦੇ ਅਸਲ ਮੰਤਵ ਨੂੰ ਵਿਸਾਰ ਦਿੱਤਾ ਹੈ। ਸਤਿਗੁਰੂ ਕੁੱਲ ਮਾਲਕ ਦੇ ਨਿਸ਼ਕਾਮ ਸੇਵਕ ਹਨ। ਉਹ ਆਪਣੇ ਅਪਾਰ ਪ੍ਰੇਮ ਅਤੇ ਨਿਮਰਤਾ ਕਾਰਨ ਜੀਵਾਂ ਨੂੰ ਜੰਮਣ ਮਰਨ ਦੇ ਚੱਕਰ ਤੋਂ ਮੁਕਤ ਕਰਨ ਲਈ ਆਪਣਾ ਸਰਵਸਵ ਉਹਨਾਂ ਦੀ ਸੇਵਾ ਵਿੱਚ ਅਰਪਣ ਕਰ ਦਿੰਦੇ ਹਨ। ਉਹਨਾਂ ਦੀ ਗਿਆਨ ਦੇ ਪ੍ਰਕਾਸ਼ ਨਾਲ ਭਰੀ ਸ੍ਰੇਸ਼ਟ ਅਗਵਾਹੀ ਅਤੇ ਪਰਮਾਤਮਾ ਦੀ ਅਪਾਰ ਦਇਆ ਮਿਹਰ ਦੁਆਰਾ ਹੀ ਡੇਰੇ ਨੂੰ ਆਪਣਾ ਅੱਜ ਵਾਲਾ ਸਰੂਪ ਪ੍ਰਾਪਤ ਹੋਇਆ ਹੈ ਅਤੇ ਇਹੋ ਕਾਰਨ ਹੈ ਕਿ ਸੰਤਾਂ ਦੀ ਪਰੰਪਰਾ ਅੱਗੇ ਚੱਲਦੀ ਜਾ ਰਹੀ ਹੈ। दास तिहारो तारी जाति खुजाती प्रभु जी मो पर कृपा ਮੈਂ ਆਪਣੇ ਅੰਦਰ ਬੈਠੀ ਉਸ ਸ਼ਕਤੀ ਦੀ ਸ਼ੁਕਰਗੁਜ਼ਾਰ ਸੀ
ਜਿਸ ਨੇ ਮੈਨੂੰ ਇਸ ਖਾਸ ਜਗ੍ਹਾ ਉੱਤੇ ਪਹੁੰਚਾ ਦਿੱਤਾ ਤਾਂ ਕਿ ਮੈਂ ਕੁਝ ਵਕਤ ਸਤਿਗੁਰੂ ਦੀ ਸੰਗਤ ਵਿੱਚ ਗੁਜ਼ਾਰ ਸਕਾਂ। ਮੈਂ ਇੱਥੇ ਬਿਲਕੁਲ ਖਾਲੀਪਨ ਦਾ ਅਹਿਸਾਸ ਲੈ ਕੇ ਆਈ ਸੀ, ਪਰ ਹੁਣ ਨਵੀਂ ਸ਼ਕਤੀ ਅਤੇ ਉਤਸ਼ਾਹ ਨਾਲ ਭਰਪੂਰ ਹੋ ਕੇ ਇੱਥੋਂ ਵਾਪਸ ਜਾ ਰਹੀ ਸੀ। ਹੁਣ ਮੈਂ ਹੋਰ ਵੀ ਲਗਨ ਨਾਲ ਆਪਣਾ ਭਜਨ ਸਿਮਰਨ ਕਰਨ ਦੀ ਕੋਸ਼ਿਸ਼ ਕਰਾਂਗੀ ਤਾਂ ਕਿ ਨਾਮਦਾਨ ਸਮੇਂ ਹਜ਼ੂਰ ਮਹਾਰਾਜ ਜੀ ਨਾਲ ਕੀਤਾ ਆਪਣਾ ਵਾਅਦਾ ਪੂਰਾ ਕਰ ਸਕਾਂ। ਮੈਂ ਸੱਚੇ ਦਿਲੋਂ ਇੱਕੋ ਅਰਦਾਸ ਕਰਦੀ ਹਾਂ, ਜਦੋਂ ਮੈਂ ਆਪਣੀ ਦੁਨਿਆਵੀ ਜੀਵਨ ਵਿੱਚ ਵਾਪਸ ਜਾਵਾਂ ਤਾਂ ਮੇਰੇ ਅੰਦਰ ਪਰਮਾਤਮਾ ਦੀ ਮੌਜੂਦਗੀ ਦਾ ਅਹਿਸਾਸ ਉਸੇ ਤਰ੍ਹਾਂ ਕਾਇਮ ਰਹੇ ਜਿਸ ਤਰ੍ਹਾਂ ਇਸ ਵੇਲੇ ਹੈ। ਜਿਉਂ ਹੀ ਬੱਸ ਡੇਰੇ ਦੇ ਗੇਟ 'ਚੋਂ ਬਾਹਰ ਨਿਕਲੀ ਮੈਂ ਬਹੁਤ ਉਦਾਸ ਹੋ ਗਈ, ਪਰ ਮੈਨੂੰ ਇੱਕਦਮ ਹਜ਼ੂਰ ਮਹਾਰਾਜ ਜੀ ਦੇ ਇਹ ਵਚਨ ਯਾਦ ਆ ਗਏ। ਵਾਈ ਲੀਵ ਦੀ ਡੇਰਾ, ਵਾਈ ਨਾਟ ਟੇਕ ਇਟ ਵਿਦ ਯੂ? You built your own dera within yourself and keep it with you always. Dera is not made of brick and mortar. It is the love and devotion by which we are affected, and that you develop within your own self. Tu hi o hai main nahi ve sajna, tu hi o hai main nahi, tu hi o hai main nahi ve sajna, tu hi o hai main nahi, bulla shauk kar aaya mere jindadi ko kumai, bulla shauk kar aaya mere jindadi ko kumai, jindadi ko kumai ve sajna, tu hi o hai main nahi, tu hi o hai main nahi ve sajna, tu hi o hai main nahi, tu hi o hai main nahi ve sajna, tu hi o hai main nahi, tu hi o hai main nahi ve sajna,